प्यार भरी सारे दर्शक वीरां सत श्री अकाल। जिस तरह तुहानू पता ही आ वी पंजाब दे कोने कोने ते वख वख सूबियां दे नामवर खिडारियां नू मालवा टीवी राहीं थोड़े रू रू कीता जा रहा। समय समय दे नाल कदे घोड़ियां दे खेत्र दे विच, कबूतरबाजी दे खेत्र दे विच, कबड्डी दे खेत्र दे विच, बैल गड्डियां दीआं तिन चार गेमां ने जिहदे विच खूह दी दौड़ आ, खूह दा चक्कर दा प्रोग्राम, दूरी खेड आ। तो अज बहुत ही पुराने खिडारी ने, नौजवान भी ने, तो जिन्होंने अपनी सिंगल बैल गड्डी दे खेत्र दे विच बैल भी भजाए ते उन्हां दे बैठ के उत्ते उन्हां नूं गडवानी भी कीती जिहनूं आपां पंजाबी च चावकी कह दिंदे आ। लुधियाणे जिले का मशहूर पिंड आ पिंड कुहाड़ा अज कस्बा बन गया, शहर का रूप धार गया। जदों आपां लुधियाणे तों समराले वल जाने आ, सानेवाल ते कुहाड़ा बिल्कुल लागे लाग गया, रोड दे उत्ते ही कस्बा वा ते रोड दे उत्ते ही सरदार बिंदर सिंह जी कुहाड़ा बड़े शरीफ इंसान ने, वधिया बैल लैके तैयार करके ट्रैक दे उत्ते लैके आउंदे आ ते वधिया निम्रता वाले सत्कार आ, जिथे खेड दे विच प्यार भी बनाया सत्कार भी बनाया। ते अज आपां इहो जी शख्सियत दे नाल मुलाकात कर रहे हैं, सरदार बिंदर सिंह जी कुहाड़ा। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਾਲਵਾ ਟੀਵੀ ਵਾਲਿਆਂ ਦਾ ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਜੀ ਸਾਡੇ ਘਰ ਆਇਆ ਜੀ। ਅੱਛਾ ਮਹਿੰਦਰ ਬਾਈ ਜੀ, ਸਾਰੇ ਹੀ ਅੱਜ ਤਾਂ ਤੁਸੀਂ ਵੀ ਜਵਾਨ ਲੱਗਦੇ ਹੋ, ਐ ਤਾਂ ਵੈਸੇ ਹੀ ਜਵਾਨ ਹੈ ਨਾ। ਤੇ ਇਹ ਨਵੇਂ ਮੁੰਡੇ ਕਰਾਓ ਤਾਂ ਇਹਨਾਂ ਨਾਲ ਜਾਣ ਪਛਾਣ ਦੇ ਤਿਆਰ ਕਰਾਏ ਨੇ ਜੀ। ਇਹ ਭਤੀਜਾ ਜੀ ਆਪਣਾ ਜੀ, ਬਲਕਾਰ ਸਿੰਘ ਜੀ। ਬਲਕਾਰ ਸਿੰਘ, ਅੱਛਾ। ਉਹ ਮੁੰਡਾ ਸਹਿਲ ਆ ਜੀ, ਪਿੰਡੋਂ ਹੀ, ਮੁੰਡਿਆਂ ਦਾ ਹਾਲੀ ਜੀ। ਕੀ ਨਾਮ? ਸਹਿਲ ਜੀ। ਸਹਿਲ, ਹਾਂ ਜੀ। ਉੱਧਰ ਹੈਗਾ ਜੀ ਗੁਰਿੰਦਰ ਜੀ, ਸਰਦਾਰ ਗੁਰਿੰਦਰ। ਗੁਰਿੰਦਰ, ਹਾਂ ਜੀ। ਮੁੱਛਾਂ ਮੱਛਾਂ ਮੁੰਡਿਆਂ ਨੇ ਗੁੰਡੀਆਂ ਰੱਖੀਆਂ ਪੂਰੀਆਂ? ਇਹ ਮਤਲਬ ਛੋਟਾ ਮੁੰਡਾ ਜੀ, ਜਿਸ ਕਾਰਨ। ਜਿਸ ਕਾਰਨ, ਹਾਂ ਜੀ। ਅੱਛਾ, ਉਹ ਵੱਡਾ ਜੀ, ਉਹ ਸਰਪ੍ਰੀਤ ਜੀ। ਸਰਪ੍ਰੀਤ? ਸਰਪ੍ਰੀਤ, ਹਾਂ ਜੀ। ਅੱਛਾ, ਉਹ ਹਰਸ਼? ਹਰਸ਼, ਹਰਸ਼ ਜੀ। ਪਿੰਡੋਂ ਹੀ? ਪਿੰਡੋਂ ਜੀ, ਆਲੀ ਮੁੰਡਿਆਂ ਦਾ ਆਲੀ ਆ ਜੀ। ਅੱਛਾ, ਹਾਂ ਜੀ, ਉਹ ਵੀ ਮੁੰਡਿਆਂ ਦਾ ਆਲੀ ਆ ਜੀ, ਜਿਸ ਕਾਰਨ ਸਿੰਘ ਜੀ। ਅੱਛਾ, ਤੇ ਉਹ ਹੈਗਾ ਜੀ ਉਹ ਹਰਪ੍ਰੀਤ ਸਿੰਘ ਜੀ। ਹਰਪ੍ਰੀਤ, ਹਾਂ ਜੀ, ਇਹ ਵੀ ਆਪਣਾ ਆਲੀ ਆ, ਮੱਤਰ ਆ ਜੀ ਪੂਰਾ। ਅੱਛਾ, ਰਣਧੀਰ ਸਿੰਘ ਜੀ ਬਿੱਲਾ। ਬਿੱਲਾ, ਛੋਟਾ ਭਾਈ, ਛੋਟਾ ਭਾਈ ਆ, ਠੀਕ ਆ। ਤੇ ਜਾਨੀ ਸਾਰੀ ਮੁੰਡਿਆਂ ਦੀ? ਹਾਂ, ਮੁੰਡਿਆਂ ਦਾ ਸ਼ੌਂਕ ਆ ਜੀ ਬਹੁਤ, ਇਹਨਾਂ ਸਹਿਯੋਗ ਨਾਲ ਆਪਾਂ ਫਿਰਦੇ ਆ ਜੀ। ਹਾਂ, ਹੁਣ ਤਾਂ ਮੁੰਡਿਆਂ ਦਾ ਹੀ ਆ। ਹਾਂ ਜੀ, ਹਾਂ ਜੀ। ਤੇ ਇਹ ਛੋਟੇ ਮੁੰਡੇ ਦੇ ਨਾਂ ਐਂਟਰੀ ਪਾਉਣੇ? ਇਹਦੇ ਨਾਂ ਮਾਰ ਦਿੰਦੇ ਆ। ਕੀ ਗੱਲ, ਵੱਡੇ ਨੂੰ ਛੱਡ ਲਿਆ? ਉਹ ਪਾਉਂਦਾ ਨਹੀਂ ਜੀ। ਕੀ ਗੱਲ, ਉਹ ਚਲੋ ਜੀ ਤੁਹਾਡੇ ਸਾਹਮਣੇ ਆ, ਇਹ ਪਾਉਂਦਾ ਨਹੀਂ ਗਾ। ਕੀ ਗੱਲ, ਕਹਿੰਦਾ ਨਹੀਂ ਮੈਂ ਨਹੀਂ ਪਾਉਂਦਾ। ਫਿਰ ਵੀ ਨਾ ਹੀ ਪਤਾ ਹੀ ਨਹੀਂ ਜਿਵੇਂ, ਪੁੱਛ ਲਓ ਤੁਹਾਡੇ ਸਾਹਮਣੇ। ਚਲੋ, ਗਾਹਾਂ ਬਾਹਾਂ ਪਾਉਂਦੇ, ਕਿਸੇ ਨੇ ਕਹਿ ਤਾਂ ਨਹੀਂ ਦਿੱਤਾ ਗਾਹਾਂ ਨਵੇਂ ਮੁੰਡੇ ਆ? ਨਹੀਂ, ਇਹ ਕਿਹੜੇ ਕੰਮ ਚ ਆ? ਨਹੀਂ ਜੀ, ਪਤਾ ਨਹੀਂ, ਇਹਨੂੰ ਪਤਾ ਹੋਊ। ਚਲੋ, ਠੀਕ। ਸੋ ਸਾਰਾ ਯੂਥ ਬੈਠਾ, ਤੂੰ ਦੇਖਦੇ ਹੋ ਵੀ ਸਾਰੇ ਤੁਸੀਂ ਖੇਡਾ? ਹਾਂ, ਜਾਂਦੇ ਨਹੀਂ ਸਾਰੇ। ਨਹੀਂ, ਜਿਵੇਂ ਹੁਣ ਨਵੇਂ ਮੁੰਡਿਆਂ ਨੂੰ ਬਹੁਤਾ ਕਬੱਡੀ ਦਾ ਸ਼ੌਂਕ ਆ, ਤੇ ਤੁਹਾਨੂੰ ਇਹ ਬੈਲ ਗੱਡੀਆਂ ਦਾ ਲੈ ਹੈ ਸ਼ੌਂਕ? ਦੋ ਘੋੜੀਆਂ ਲਿਆਉਣੇ ਹੁੰਦੇ ਆ ਕਿੱਥੇ? ਵਧੀਆ ਦੋ ਤਿੰਨ ਥਾਂ ਤੇ ਮੈਂ ਕਹਿੰਦਾ ਬਾਬਾ ਜੀ ਨੇ ਢੱਕੀ ਸਾਹਿਬ ਵਾਲਿਆਂ ਨੇ ਖੇਡ ਕਰਾਈ ਸੀ, ਇੱਕ ਵਾਰੀ ਵਧੀਆ ਭੱਜੀ, ਫਿਰ ਦੂਜੀ ਵਾਰੀ? ਚਲੋ, ਚੌਥੇ। ਅੱਛਾ ਰਵਿੰਦਰ ਬਾਈ ਜੀ, ਪੁਰਾਣੇ ਬੰਦੇ ਹੋ ਤੁਸੀਂ, ਕਿੰਨੇ ਸਾਲ ਹੋ ਗਏ ਬਾਲ ਭਜਾਉਂਦੇ ਨੂੰ? ਬਾਲ ਭਜਾਉਂਦੇ ਨੂੰ ਹੋ ਗਏ ਜੀ 87-88 ਦੇ ਲੱਗੇ। 87-88, ਪਹਿਲਾਂ ਵੀ ਸ਼ੌਂਕ ਸੀਗਾ ਕਿਸੇ? ਪਹਿਲਾਂ ਮੈਨੂੰ ਬੁੱਢ ਤੋਂ ਹੀ ਸ਼ੌਂਕ ਸੀਗਾ। ਨਹੀਂ, ਥੋ ਤੋਂ ਪਹਿਲਾਂ? ਹਲੇ ਬਜ਼ੁਰਗਾਂ ਨੂੰ ਸੀਗਾ ਜੀ। ਅੱਛਾ, ਤੇ ਹਲੇ ਚਾਚੇ ਨੂੰ ਜੀ ਜੈਪਾਲ ਜੀ। ਇਹ ਚਾਚਾ ਜੀ, ਇਹ ਤਾਂ ਭਰਾ ਜੀ, ਭਰਾ ਦਾ ਮੁੰਡਾ ਜੀ, ਇਹ ਭਰਾ ਦਾ, ਇਹ ਵੱਡੇ ਭਰਾ ਦਾ। ਅੱਛਾ, ਚਾਚਾ ਜੀ ਉਹ ਆ ਜੀ ਜੈਪਾਲ ਸਿੰਘ। ਜੈਪਾਲ ਸਿੰਘ, ਹਾਂ ਜੀ। ਕਿਹੜੇ? ਇਹ ਡੈਥ ਹੋ ਗਈ ਜੀ। ਅੱਛਾ, ਇਹਨਾਂ ਨੂੰ ਪਹਿਲਾਂ ਸ਼ੌਂਕ ਸੀਗਾ? ਹਾਂ ਜੀ, ਹਾਂ ਜੀ, ਠੀਕ। ਤੇ ਇਹਨਾਂ ਨੂੰ ਕਾਹਦਾ ਸ਼ੌਂਕ ਸੀ? ਇਹਨੂੰ ਪੜ੍ਹਦਾ ਜੀ। ਨਹੀਂ, ਟਰੈਕ ਤੇ ਲਿਆਉਣ ਦਾ, ਭਜਾਉਣ ਦਾ, ਕਿ ਵੈਸੇ ਹੀ ਘਰੇ? ਵੈਸੇ ਹੀ ਘਰੇ ਰੱਖ ਲੋ, ਕਿ ਲੈ ਜਾਂਦੇ ਟੂਰਨਾਮੈਂਟ ਤੇ ਜਾਂਦੇ, ਘੱਟ ਜਾਂਦੇ ਹੁੰਦੇ ਸੀ। ਅੱਛਾ, ਬਾਲਾ ਦਾ ਜੀ ਮੈਂ ਹੀ ਜਾਣ ਲੱਗਾ ਬਦ। ਫਿਰ ਤੁਸੀਂ 87 ਚ ਆਏ? ਅਸੀਂ 88 ਜੀ। 88 ਚ? ਹਾਂ ਜੀ। ਅੱਛਾ, 88 ਇੱਕ ਬਾਲਾ ਲੈ ਜੀ ਰੋਂਪੜ ਤੋਂ, ਜਦ ਬਾਟ ਬਹੁਤ ਲੰਬੀ ਹੁੰਦੀ ਸੀ, ਦਿਲੀ 47 ਸੈਕਿੰਡ ਦੀ। ਅੱਛਾ, ਉਹ 7 ਕਿੱਲੇ ਭੱਜ ਕੇ ਥੱਕ ਜਾਂਦਾ ਸੀ। ਅੱਛਾ, ਉਹ ਤੋਂ ਗਾਹਾਂ ਪਿਛਲਾ ਥੋੜਾ ਲੱਗਾ। ਨਹੀਂ, ਤੁਸੀਂ ਉਹ ਲਿਆ, ਮੰਨ ਲਓ ਲਿਆ ਜੀ ਮੁੱਲ? ਹਾਂ ਜੀ, 2300 ਦਾ ਲਿਆ ਸੀ। 2300 ਦਾ? ਹਾਂ ਜੀ। ਉਦੋਂ ਤੁਹਾਡੀ ਉਮਰ ਕਿੰਨੀ ਹੋ ਗਈ ਸੀ? ਉਮਰ ਦੀ ਮੇਰੀ ਹੋਊ ਘੱਟੋ ਘੱਟ ਜ਼ਿਆਦਾ। ਚਲੋ,
बोलो बी समझ लो बी टाइम गलत लग गया बी रौला पौड़ा आपा पैसे तो तुम पाते नहीं ते भाई हाँ भाई बढ़ता ना विखी तो टाइम गलत लग गया उमें पूरा लाली आके गुस्से उमें गलबात हो गई अपनी क्योंकि फिर जो बे लोग विंदर कहारे दल सुनिया चाहते हैं भी एडा तुम स्टार खिडारी हो वह गलों का स्वाद आए अच्छा फिर तुम थोड़ू फिर लैंड का शौक किमें पिया बस हूँ पहला तो मैंने शौक थी जी बजुर्गों करके देखता रहा मैं पिंडों हाले करनैल सिंह जी कई बंदे है साढ़े शौक वाले मैं उन्होंने जाता कद कद अच्छा झोला चक के चाह चाह पत्ती देंदे होंगे जी जब जब झोला चक के नाल जाना फिर उत्तर शौक पै गया जी फिर मैं बच्चा लिया जी लिया जी फिर अठ किले होंगे जी बार दी जब अच्छा ਜਾਣੀ ਸੱਤ ਕਿੱਲੇ ਭੱਜ ਕੇ ਉਹ ਜਾਣੀ ਥੱਕਣ ਲੱਗ ਜਾਂਦਾ ਸੀ ਅੱਛਾ ਦੁੱਗਾ ਸੀਗਾ ਜੀ ਕਿੱਥੇ ਲਗਾਇਆ ਪਹਿਲੀ ਵਾਰੀ ਖੇਡ ਤੇ ਪਹਿਲਾਂ ਪਿੰਡੇ ਭਜਾਇਆ ਸੀ ਅੱਛਾ ਕੁਹਾੜੀ ਹਾਂ ਜੀ ਫਿਰ ਇੱਕ ਦੋ ਪਿੰਡ ਹੋਰ ਭਜਾਏ ਨੇੜੇ ਨੇੜੇ ਜਦ ਤਾਂ ਜੀ ਹੁਣ ਹੁੰਦਾ ਨਹੀਂ ਸਾਧਨ ਸੁਧਨ ਕੋਈ ਅੱਛਾ ਇਹ ਫਿਰ ਜੀ ਮਾਂ ਵੀ ਇਹ ਨਹੀਂ ਲੋਟਾਉਣਾ ਫਿਰ ਸਾਨੂੰ ਚਾਪਕੀ ਕਰਨ ਲੱਗਿਆ ਜੀ ਮੈਂ ਪਿੰਡ ਗੇੜਾ ਗੁੜਾ ਹੁੰਦਾ ਸੀ ਆਪੇ ਆਪ ਹੀ ਚਾਪਕੀ ਹਾਂ ਜੀ ਅੱਛਾ ਬਸ ਉਹ ਮੁੰਡੇ ਦੇ ਬਹੁਤ ਉਹਦੇ ਹੁੰਦੇ ਸੀ ਕਰਨੈਲ ਦੇ ਬਹੁਤ ਜੀ ਇਹਨਾਂ ਦਾ ਚਾਚਾ ਲੱਗਦਾ ਅੱਛਾ ਚਾਚਾ ਜੀ ਹਾਂ ਉਹਦੇ ਨਾਲ ਜਾਂਦਾ ਹੁੰਦਾ ਜੀ ਮੈਂ ਅੱਛਾ ਚੱਲ ਉਹਦੇ ਕਦੇ ਕਦੇ ਇੱਥੇ ਘੁਮਾਉਣ ਚਲੇ ਜਾਣਾ ਸੀ ਬਹੁਤ ਭਜਾ ਦੇਣੇ ਦੁਕਾਨ ਦੇ ਉੱਤੇ ਬਹਿ ਕੇ ਅੱਛਾ ਬਸ ਇੱਥੋਂ ਸ਼ੌਂਕ ਪੈ ਗਿਆ ਜੀ ਪੂਰਾ ਉਹ ਚਾਪਕੀ ਦਾ ਵੀ ਸ਼ੌਂਕ ਪੈ ਗਿਆ ਚਾਪਕੀ ਦਾ ਪੂਰਾ ਹੋ ਗਿਆ ਜੀ ਅੱਛਾ ਜਦ ਨੂੰ ਫਿਰ ਆ ਜੀ ਇੱਕ ਬਹੁਤ ਲੈ ਕੇ ਚਲੇ ਗਏ ਇੱਕ ਦੋ ਵਾਰੀ ਉਹਦੇ ਨੰਬਰ ਨੰਬਰ ਲੇਟ ਬਣੇ ਜੀ ਉਹ ਫਿਰ ਉਹਨਾਂ ਦੀ ਡੈਥ ਹੋ ਗਈ ਅੱਛਾ ਉਹ ਜਦ ਤੋਂ ਛੱਡ ਗਏ ਅੱਛਾ ਅਤੇ ਫਿਰ ਮੈਂ ਸਾਡੇ ਡੋਗਰ ਆ ਜੀ ਇੱਕ ਬਜ਼ੁਰਗ ਇੱਥੇ ਕੁਹਾੜੇ ਦੇ ਹਾਂ ਕੁਹਾੜੇ ਦਾ ਜੀ ਅੱਛਾ ਉਹ ਪਹਿਲਾਂ ਬਹੁਤ ਪਹੁੰਚਾਉਂਦਾ ਹੁੰਦਾ ਜੀ ਅੱਛਾ ਅਤੇ ਉਹਨੂੰ ਫਿਰ ਮੈਂ ਪੁੱਛਿਆ ਬਾਬਾ ਐਂ ਕਰਕੇ ਵੀ ਕਿਵੇਂ ਉਹ ਕਹਿੰਦਾ ਇਹ 'ਚ ਡਰਨ ਡਰਨ ਦੀ ਕੋਈ ਗੱਲ ਨਹੀਂ ਬਸ ਇੱਕ ਕਣਕ ਸ਼ੌਂਕ ਪਿਆ ਜੀ ਬਸ ਚੱਲੀ ਯਾਰ ਫਿਰ ਮੈਂ ਉਹ ਬਾਲ ਨੂੰ ਵੇਚਤਾ ਜੀ ਫਿਰ ਉਹ ਦੂਆ ਬਾਲ ਲਿਆ ਜਿਹੜਾ ਸਿੰਘ ਟੁੱਟਾ ਜੀ ਸਿੰਘ ਟੁੱਟਾ ਹਾਂ ਜੀ ਉਹ ਛੋਟਾ ਜਿਹਾ ਲਿਆ ਜੀ ਉਹ 1500 ਰੁਪਈਏ ਦਾ ਸਿੰਘ ਟੁੱਟਾ ਉਹ ਕਿਹੜੇ ਸਾਲ 'ਚ ਲਿਆ ਉਹ ਤਾਂ ਬਹੁਤ 93 'ਚ ਭੱਜਿਆ 92 'ਚ ਆ ਗਿਆ ਸੀ ਸਾਡੇ ਬਜ਼ੁਰਗ ਨੂੰ ਲੈ ਕੇ ਸਵੇਰੇ ਸਾਜਰੀ ਚਲੇ ਗਏ ਗਿਆ 1500 ਦਾ ਬੱਚਾ ਲਿਆ ਜੀ ਜਾਤ ਜੂਤ ਵਧੀਆ ਸੀ ਮਾੜਾ ਬਾਲਾ ਸੀ ਤੇ ਇਹਨਾਂ ਦਾ ਡੈਡੀ ਆ ਕੇ ਕਹਿੰਦਾ ਬੱਚਾ ਲੈ ਨੇ ਮੈਨੂੰ ਕਹਿੰਦਾ ਮਾਂ ਕੀ ਹੋ ਗਿਆ ਕਹਿੰਦਾ ਸੁਣਸਣਾ ਲਿਆ ਸਾ ਖੜਕਾਈ ਚੱਲੇ ਮਾੜਾ ਸੀਗਾ ਛੋਟਾ ਵਾਲਾ ਸੀ ਜੀ ਏਡਾ ਸੀ ਛੋਟਾ ਲਿਆ ਜਮਾ ਤੇ ਕਹਿੰਦਾ ਸੁਣਸਣਾ ਲਿਆ ਕੇ ਜਦੋਂ ਖੇਡੀ ਚੱਲੀ ਮਾਂ ਇਹਨੇ ਪਹਿਲੇ ਕਰਨੇ ਨੇ ਉਹਨੂੰ ਹੋਰ ਕਹਿ ਦਿਆ ਕਰਾਂ ਚੱਲ ਜੀ ਅੱਜ ਹੋਰ ਕੱਲ੍ਹ ਹੋਰ ਛੋਲੇ ਦਾਲ ਦੁਣ ਪਾ ਕੇ ਪੂਰਾ ਕਰ ਲਿਆ ਦੁੱਧ ਪਿਲਾ ਕੇ ਜਦ ਜੀ ਉਸ ਟਾਈਮ 35 ਰੁਪਏ ਛੋਲੇ ਸੀ 35 ਰੁਪਏ ਹਾਂ ਜਦ ਭਾਅ ਉਦੋਂ ਵੀ ਖਾਸ ਸੀ 91-92 ਚ ਜਦ ਤਾਂ 35 ਰੁਪਏ ਸੁਣਦੇ ਲੋਕ ਹੌਲ ਕਰਦੇ ਸੀ ਸੀਗਾ ਜੀ ਮਾਂ ਪਿਆਉਂਦਾ ਰਹਿ ਫਿਰ ਜੀ ਬੱਚਾ ਤਿਆਰ ਕਰਿਆ ਜੀ ਬਿੰਦਰ ਭਾਈ ਹੁਣ ਤੱਕ ਹੁਣ 70 ਰੁਪਈਏ ਆ ਹੁਣ 65-60 ਦੇ ਵਿਚਾਲੇ ਆ ਜੀ ਛੋਲਿਆਂ ਦਾ ਭਾਅ ਬਹੁਤ ਘੱਟ ਵਧਿਆ ਫਿਰ ਬਜ਼ੁਰਗ ਚਲੇ ਗਾ ਲਾਭ ਨੂੰ ਫਿਰ ਇੱਥੇ ਆਪਣੇ ਰਾਹ ਸੀਗਾ ਨਾਲੇ ਘਰ ਦੇ ਜਾਣੀ ਚੋਰੀ ਕਿਹੜਾ ਦੇਣਾ ਸੀ ਚੋਰੀ ਦੂਏ ਬਾਹਣ ਨਾਲ ਜੋੜ ਕੇ ਮਰਦੇ ਨੇ ਗੱਲੀ ਘੁਮਾਉਣ ਦੇ ਬਹਾਨੇ ਚਲੇ ਗਿਆ ਉੱਥੋਂ ਜੋੜ ਕੇ ਸੀ ਮੋੜ ਕੇ ਛੱਡ ਤੇ ਮੈਂ ਹੀ ਉੱਥੇ ਬੈਠਾ ਸੀ ਜਦ ਮੈਂ ਮਾੜਾ ਜਿਹਾ ਲਾਇਆ ਲੱਕਾ ਪੱਛਾ ਭੱਜਿਆ ਬਾਲ ਫਿਰ ਰੁਕਿਆ ਬਹੁਤ ਔਖਾ ਮੈਂ ਇਹ ਭੱਜੂਗਾ ਚੱਲ ਜੀ ਫਿਰ ਸਾਡੇ ਲਾਣ ਦਾ ਖੜਕੂਗਾ ਚੱਲ ਮਨ ਨੂੰ ਹੋ ਗਿਆ ਉਹਨਾਂ ਚਿਰ ਤਾਂ ਮਨ ਚ ਭਾਈ ਰਹੇ ਮਨ ਚ ਫਿਰ ਸਾਡਾ ਲਾਣ ਦਾ ਕਹਿੰਦਾ ਜੋੜ ਕੇ ਦੇਖੀਏ ਕਹਿੰਦਾ ਚੱਲ ਦੇਖਦੇ ਹਾਂ ਹਫ਼ਤੇ ਇੱਕ ਬਾਅਦ ਮੈਂ ਚੱਲ ਦੇਖ ਲੈਂਦੇ ਹਾਂ ਮੈਂ ਤਾਂ ਉਹਨੂੰ ਦੱਸਿਆ ਨੀ ਵੀ ਮੈਂ ਤਾਂ ਵੀ ਘੂਰੂ ਮੈਨੂੰ ਵੀ ਪਹਿਲਾਂ ਹੀ ਖੇਡਦਾ ਬੱਚਾ ਭਜਾਤਾ ਚੱਲ ਜੀ ਫਿਰ ਅਸੀਂ ਉੱਥੇ ਕਰੇ ਬਾਲ ਜੋੜ ਜਾਲ ਕੇ ਘੁਮਾ ਕੇ ਲੈ ਆਏ ਅਸੀਂ ਇੱਕ ਬੱਚੇ ਜਿਹੇ ਨਾਲ ਜੋੜ ਕੇ ਲਾਣ ਦਾ ਸਾਡਾ ਉੱਪਰ ਬਹਿ ਗਿਆ ਉਹਨੇ ਭਜਾ ਤੇ ਅੱਛਾ ਭਾਈ ਜਦ ਹੀ ਮੈਨੂੰ ਕਹਿੰਦਾ ਇਹਨੂੰ 2 ਕਿਲੋ ਦੁੱਧ ਸ਼ੁਰੂ ਕਰ ਦਿਓ 2 ਕਿਲੋ ਜੀ ਅੱਛਾ
ਕਰ ਦਿੰਦਾ ਕੋਈ ਗੱਲ ਜੀ, ਦੋ ਕਿਲੋ ਛੋਲੇ ਪਾਉਣ ਲੱਗ ਗਏ ਜੀ ਉਹਨੂੰ, ਇੱਕ ਸਵੇਰ ਦਿਨ ਸ਼ਾਮ ਨੂੰ ਦੁੱਧ ਪਿਲਾਉਣ ਲੱਗ ਗਏ, ਅੱਜ ਹੋਰ ਕੱਲ ਹੋਰ ਜੀ। ਫਿਰ ਸਾਡੇ ਮੰਗਲੀ ਦਾ ਇੱਕ ਬੱਚਾ ਸੀਗਾ ਜੀ, ਅੱਛਾ ਉਹਦਾ ਮਤਲਬ ਕਿ ਬਲਜੀਤ ਸਿੰਘ ਦਾ ਬਲੈਤੀ ਨੀਤੀ, ਉਹ ਦੂਆ ਸੀ, ਉਹ ਇੱਥੇ ਪਿੰਡ ਗੇੜਾ ਦੇਣ ਆ ਗਏ ਸਾਡਾ ਫੁੱਫੜਾ ਜੀ ਮੰਗਲੀ ਜਿਹੜਾ ਪਹੁੰਚਾਉਂਦੇ ਗੇੜਾ ਦੇਣ ਆਏ। ਉਹ ਕਹਿੰਦੇ ਵੀ ਗੇੜਾ ਦੇਣਾ ਸੀਗਾ ਦੇ ਲਓ ਕੋਈ ਚੱਕਰ। ਚੱਲ ਆਪਣੇ ਉਹ ਸੰਘੂ ਪੈਲਸ ਕੋਲ ਰਾਹ ਸੀ ਘਰ ਆ ਜੀ, ਉੱਥੇ ਜੋੜ ਕੇ ਛੱਡਤੇ ਅਤੇ ਉਹ ਡੋਗਰ ਬਾਬਾ ਉੱਥੇ ਬਹਿ ਗਿਆ ਜੀ, ਬੱਚੇ ਭੱਜੇ ਬਹੁਤ ਜੀ, ਅਤੇ ਉੱਥੇ ਭੱਜੇ ਬਹੁਤ ਜੀ। ਫਿਰ ਕਹਿੰਦੇ ਖੇਡ ਆਉਂਦੀ ਆ ਫੈਂਚਗੜ੍ਹ ਜੀ, ਆਪਣਾ ਤਾਂ ਚੱਲ ਖੀਰਾ ਜੀ ਤੂੰ, ਫਿਰ ਲੈਚਿਆਂ ਵਾਲੇ ਕਹਿੰਦੇ ਸਾਡੇ ਨਾਲ ਜੋੜ ਦਿਓ ਘਰੇ ਆ ਗਏ ਜੀ, ਚੱਲ ਜੋੜ ਲਓ ਅਤੇ ਜੋੜੇ ਇੱਥੇ ਨੰਬਰ ਪਹਿਲਾਂ ਫਿਰ ਕਰ ਲਏ। ਉਹ ਤਾਂ ਬਿੱਟੂ ਕਹਿੰਦਾ ਮੇਰਾ ਪਹਿਲਾਂ ਰਿਹਾ ਵਾ, ਕਿੱਥੇ ਕੂਮ ਖੇਡਾਂ ਹੀ ਦੋ ਹੋਈਆਂ, ਖੇਡਾਂ ਦੋ, ਇੱਕ 'ਚ ਉਹਦਾ ਪਹਿਲਾਂ ਸੀ ਇੱਕ 'ਚ ਮੇਰਾ ਪਹਿਲਾਂ ਹੋਇਆ। ਅੱਛਾ ਇੱਕ ਹਾਂ ਪਹਿਲਾਂ ਦੋ ਹੋਈਆਂ ਸੀ ਇੱਕ 'ਚ ਤੁਹਾਡਾ ਰਿਹਾ। ਹਾਂਜੀ ਹਾਂ। ਅੱਛਾ ਉਹ ਇਹਦੇ ਬੱਚੇ ਨਾਲ ਹੀ? ਇਹਦੇ ਨਾਲ ਨਹੀਂ ਜੀ, ਅੜੈਚਿਆਂ ਵਾਲੇ ਬੱਚੇ ਨੇ ਜੀ, ਅੜੈਚਿਆਂ ਗੁਰਦਿਆਲ ਸਿੰਘ ਦਾ ਜੀ, ਗੁਰਦਿਆਲ ਸਿੰਘ ਦਾ ਜੀ, ਉਹ ਬਜ਼ੁਰਗ ਮਰ ਗਏ ਜੀ, ਕਾਲਾ ਦੇ ਬੱਚਾ ਹੁੰਦਾ ਜੀ। ਯਾਨੀ ਇਹ ਫਿਰ ਤੁਹਾਨੂੰ ਬੱਲੇ ਬੱਲੇ ਹੋ ਗਈ, ਬੱਲੇ ਬੱਲੇ ਹੋ ਗਈ। ਉਦੋਂ ਕਿਹੜੇ ਬੰਦੇ ਫੁੱਲ ਟਰੈਕ ਦੇ ਵਿੱਚ ਸੀਗੇ ਬਈ? ਹਾਂ ਜਿਹੜੇ ਮੰਨ ਲਓ ਪਹਿਲੀ ਵਾਰੀ ਤੁਸੀਂ ਕੂਮ ਜਿੱਤ ਗਏ ਬਿੱਟੂ ਬਾਈ ਦੇ ਪ੍ਰਧਾਨ ਦੇ ਕੂਮ ਵਾਲੇ ਦੇ, ਬਹੁਤ ਆਉਂਦੇ ਹੁੰਦੇ ਸੀ ਇੱਧਰੋਂ, ਉਹ ਮੁੰਡੇ ਦੇ ਇੱਥੇ ਪੱਟੀ ਬੰਨੀ ਹੁੰਦੀ ਸੀ, ਤਿੰਨ ਬਹੁਤ ਹੁੰਦੇ ਸੀ ਉਹਨਾਂ ਕੋਲ। ਅੱਛਾ ਚਲੋ ਆਜੂ ਦਿਮਾਗ 'ਚ। ਹਾਂਜੀ ਉਹ ਤਿੰਨ ਹੁੰਦੇ ਸੀ, ਉਹ ਤਾਂ ਦੋ ਇਕੱਠੇ ਜੋੜ ਲੈਂਦੇ ਕੱਟ ਜੋੜ ਲੈਂਦੀ, ਕਰ ਜਾਂਦੀ ਨੰਬਰ ਕਦੇ ਮੈਨੂੰ ਕਰ ਜਾਂਦੇ ਮਗਰ, ਕਦੇ ਮੈਂ ਉਹਨਾਂ ਨੂੰ ਕਰ ਜਾਂਦਾ। ਬੱਚਿਆਂ 'ਚ ਸੀ? ਬੱਚਿਆਂ ਜੀ ਦੁੱਗਿਆਂ 'ਚ। ਅੱਛਾ ਫਿਰ ਲਾਇਆ ਜੀ ਅਸੀਂ ਬੱਚਿਆਂ 'ਚ, ਤਾਂ ਇੱਕ ਵੱਦੀ ਵਾਲੇ ਨੂੰ ਜੋੜਦੇ ਰਹੇ ਬਾਅਦ 'ਚ, ਇੱਕ ਵੱਦੀ ਵਾਲੇ ਨਾਲ ਫੋਗਾ ਜੀ ਸੈੱਟ ਸਾਡਾ। ਅੱਛਾ ਕਿਹੜੇ ਸੀ ਕਬੱਦੀ ਦੇ? ਕਬੱਦੀ ਮੱਲ ਸਿੰਘ ਜੀ, ਮੱਲ ਸਿੰਘ। ਹਾਂਜੀ ਉਹ ਚੌਂਕ ਤੋਂ ਇੱਧਰ ਨੂੰ, ਇਹ ਵੀ ਬਹੁਤ ਪੁਰਾਣੇ ਬੰਦੇ ਆ। ਹਾਂਜੀ ਉਹ ਪੁਰਾਣੇ ਨੇ, ਮੱਲ ਸਿੰਘ ਸਾਡੇ ਪਿੰਡ ਵੀ ਰਿਸ਼ਤੇਦਾਰੀ ਹੈ ਇਹਨਾਂ ਦੀ। ਹਾਂਜੀ ਅਤੇ ਫਿਰ ਜੀ ਉਹ ਉਹਨਾਂ ਨਾਲ ਜੋੜਿਆ ਜੀ, ਫਿਰ ਤਾਂ ਨੰਬਰ ਮੰਨ ਪਹਿਲਾਂ ਹੀ ਦੂਆ, ਪਹਿਲਾਂ ਹੀ ਦੂਆ ਬੱਚਿਆਂ 'ਚ। ਬੱਚਿਆਂ 'ਚ ਮੋਪਲੇ ਵਾਲਾ ਭਿੰਦਰ ਹਾਲਾ ਬੋਲ ਆਖਦਾ ਜੀ। ਅੱਛਾ ਇੱਕ ਉਹ ਗੇਲਾ ਭੁੱਟੇ ਵਾਲਾ ਹੁੰਦਾ ਜੀ, ਗੇਲਾ ਭੁੱਟੇ ਦਾ ਉਹਨਾਂ ਚਾਪਕਦੀ, ਉਹ ਮੈਂ ਮੇਰਾ ਚਾਪਕਦੀ ਜੀ। ਅੱਛਾ ਉਹ ਇੱਕ ਖੇਤ 'ਤੇ ਉਹ ਆਖਦਾ ਜੀ, ਇੱਕ ਖੇਤ 'ਤੇ ਉਹ ਆਖਦਾ ਜੀ। ਫਿਰ ਆਪ ਨਹੀਂ ਕਿਤੇ ਜੀ ਕੀਤਾ ਬਈ ਹੁਣ ਮੈਂ ਵੀ, ਮੈਂ ਜੀ ਹਾਲੇ ਫਿਰ ਮੈਨੂੰ ਲੜਦਾ ਬੈਠਣ ਨਹੀਂ ਪੈਂਦਾ, ਕਹਿੰਦਾ ਬੱਚਾ ਛੋਟਾ। ਅੱਛਾ ਕਹਿੰਦਾ ਤੇਰਾ ਹੱਥ ਕੈੜਾ, ਉਦੋਂ ਵੀ ਹੱਥ ਕੈੜਾ ਹੀ, ਬਹੁਤ ਕੈੜਾ ਜੀ, ਇੱਥੋਂ ਤਾਂ ਹੁਣ ਵੀ ਬਹੁਤ ਲੜਦੇ ਨੇ ਲੋਕ। ਅਤੇ ਭਾਈ ਜਿੱਦਣ ਜੀ ਇਹ ਹੋ ਗਿਆ ਚੌਗਾ, ਸਵਾ ਮਹੀਨਾ ਲਗਾਤਾਰ ਪਹੁੰਚਾਇਆ ਜੀ, ਕੋਈ ਹੁਣ ਤਾਂ ਦੋ ਖੇਡਾਂ ਲਾ ਕੇ ਗੱਲ ਕਹਿੰਦਾ ਵੀ ਨਹੀਂ ਕੱਲ੍ਹ ਨੀ ਜਾਣਾ, ਲੜਦਾ ਨੇ ਬੱਚਾ ਤਿਆਰ, ਦੋ ਖੇਡਾਂ ਲਾ ਕੇ ਤੁਸੀਂ ਵੀ ਵਿੱਚੇ ਹੀ ਉਹਨਾਂ ਦੇ, ਬਈ ਹੁਣ ਛੋਲਿਆਂ ਦਾ ਭਾਅ ਘੱਟ ਆ ਵੀ ਉਹਦੇ 'ਚ ਨਹੀਂ, ਫਿਰ ਵੀ ਕੀ ਫਰਕ ਉਦੋਂ ਤੇ ਹੁਣ ਦਾ ਕੀ ਫਰਕ ਪਿਆ? ਫਰਕ ਤਾਂ ਜੀ ਉਹਨੇ ਹੁਣ ਪੁਰਾਣੀ ਹੈਗੀ, ਅੱਗੇ ਪੁਰਾਣੀ ਪੁਰਾਣੀ ਹੈਗੀ, ਉਹਦੇ ਕਰਕੇ ਜੀ ਫਿਰ ਚੱਲੀ ਗਿਆ ਸਿਲਸਿਲਾ। ਦਿਨ ਹੋ ਗਿਆ ਚੌਗਾ ਬੋਲ ਸਾਡਾ ਜਨਾਲੀ ਖੇਡ ਜੀ। ਅੱਛਾ ਅਜੀ ਮੈਨੂੰ ਮੋਪਲੇ ਵਾਲਾ ਭਿੰਦਰ ਕਹਿ ਗਿਆ ਸੀ ਉੱਧਰ ਖੇਡ ਲਾ ਕੇ ਜੀ, ਕਿਤੇ ਹੋਰ ਜੀ ਫਾਟਕਾਂ 'ਤੇ ਇਕੱਠੇ ਹੋ ਗਏ ਜੀ, ਸਾਂਝਣ ਫਾਟਕਾਂ 'ਤੇ। ਅੱਛਾ ਉਹ ਇੱਧਰ ਖੜ੍ਹੇ ਉੱਧਰ ਖੜ੍ਹੇ, ਉਹ ਮੈਨੂੰ ਦੇਖ ਕੇ ਆ ਗਿਆ, ਆਇਆ ਉਹ ਕਹਿੰਦਾ ਮੈਂ ਦਬਾਬੇ ਹੋ, ਸਾਡਾ ਨੰਬਰ ਬਣਿਆ ਕਹਿੰਦਾ ਨੌਵਾਂ। ਅੱਛਾ ਬਲੈਤੀ ਨਾਲ ਕਹਿੰਦਾ ਮੈਂ ਆਪਦਾ ਬਹੁਤ ਜੋੜਿਆ ਸੀ, ਕਹਿੰਦਾ ਤੂੰ ਆਹ ਬਹੁਤ ਜੋੜ ਲਾ ਮੇਰੇ ਕਿਸੇ ਦਾ। ਅੱਛਾ ਚੱਲ ਮੈਂ ਜੋੜ ਲੈਂਦੇ ਹਾਂ। ਚੱਲ ਜੀ ਇੱਥੇ ਮੰਗਲੀ ਉਹ ਸਾਨੂੰ ਬਲੈਤੀ ਵਾਲੇ ਆਪਣੇ ਘਰ ਹੀ ਆ ਗਏ ਜੀ, ਕਹਿੰਦੇ ਜੀ ਬੱਚਾ ਤੁਹਾਡਾ ਚੰਗਾ ਭਾਅ ਸਾਨੂੰ ਖੇਡ ਦਿਖਾ ਦਿਓ, ਚੱਲ ਦੇਖ ਲਓ। ਚੱਲ ਦੇਖੀ ਹੋਈ ਜੀ, ਪਤਾ ਤਾਂ ਮੈਨੂੰ ਵੀ ਉਹਦੇ ਹੁਣ ਸੀਗਾ, ਉਹ ਭਿੰਦਰ ਦੱਸ ਗਿਆ ਜੀ। ਚੱਲ ਜੀ ਜੋੜ ਕੇ ਜੋੜੇ ਇਹਨਾਂ ਨੇ, ਮੈਂ ਉਦਣ ਪਹਿਲੇ ਦਿਨ ਉੱਥੇ ਬੈਠਿਆ ਜੀ। ਕਿਹੜੇ ਪਿੰਡ ਜੀ? ਜੰਡਾਲੀ ਜੀ, ਜੰਡਾਲੀ ਆਹ ਜੰਡਾਲੀ ਭਿੰਦਰ ਸਿੰਘ ਵਾਲੀ, ਭਿੰਦਰ ਸਿੰਘ ਵਾਲੀ। ਅੱਛਾ ਜੀ ਅਤੇ ਜਦ ਤਲਵੰਡੀ ਵਾਲੇ ਬਹੁਤ ਭੱਜਦੇ ਹੁੰਦੇ ਜੀ, ਗੁੜਿਆਂ ਵਾਲਾ, ਹਾਂਜੀ ਜਦ ਇਹ ਗਿੱਲ ਹੋਣੀ, ਹਾਂਜੀ ਚੌਧਰੀ ਹੋਣੀ, ਸਾਰੇ ਹੀ ਹੁੰਦੇ ਸੀ ਜੀ। ਅੱਛਾ ਅਤੇ ਤੁਹਾਡਾ ਦੁੱਗਾ ਬੱਚਾ ਤੁਸੀਂ ਵੱਡਿਆਂ 'ਚ ਉਦਣੇ ਛੱਡਣਾ? ਮੈਂ ਚੌਗਾ ਹੋ ਗਿਆ ਜੀ, ਚੌਗਾ ਹੋ ਗਿਆ ਸੀਗਾ ਪਹਿਲੇ ਦਿਨ, ਮੈਂ ਹੀ ਭਜਾਇਆ ਫਿਰ। ਅੱਛਾ ਬੜਿਆਂ 'ਚ? ਅੱਛਾ ਅਠੱਤੀ ਦੋ ਟਾਈਮ ਲੱਗਾਇਆ ਸੀਗਾ ਜੀ, ਚੱਲ ਜੀ ਮੈਂ ਹੱਕਤੇ, ਹੱਕੇ ਹੋਏ ਸਾਡਾ 36-1 ਲੱਗ ਗਿਆ ਜੀ। ਅੱਛਾ ਹਾਂਜੀ 36-1 ਲੱਗਿਆ, ਜਦ ਸਾਡਾ ਜੀ ਲੋਕ ਉੱਥੇ ਰੌਲਾ ਪਾਉਣ ਲੱਗ ਗਏ, ਕਹਿੰਦੇ ਹੇਰਾ ਫੇਰੀ ਹੋ ਗਈ, ਮੰਗਲੀ ਆ ਜੀ।
ਇਧਰ ਕਵਾੜਾ ਕਹਿੰਦੇ ਹੇਰਾ ਫੇਰੀ ਕਰਕੇ ਸਾਡੇ ਨਾਲ ਰੋਡ ਕਰਕੇ ਜਸਾਂ ਵਾਲੇ ਕਹਿੰਦੇ ਉਦੋਂ ਤਾਂ ਇਹ ਗੱਲਾਂ ਚੱਲਦੀਆਂ ਪੂਰੀਆਂ ਚੱਲਦੀਆਂ ਸੀ ਜੀ ਔਰ ਕਹਿੰਦਾ ਫਸਲ ਮੈਂ ਹੁਣ ਜਦ ਨਵਾਂ ਸੀਗਾ ਜੀ ਮੈਂ ਬੈਠਾ ਸੁਣੀ ਗਿਆ ਸੀ ਕੰਧ ਤੇ ਬੈਠਾ ਜਾਂ ਨਾਮ ਦੇਣਾ ਸੀ ਉਹਨਾਂ ਨੇ ਫਿਰ ਮੈਂ ਆਪਣਾ ਨਾਮ ਨੂੰ ਫੜਿਆ ਜੀ ਉਹਨਾਂ ਦੇ ਸਾਹ ਦਾ ਅੱਧਾ ਦਿੱਤਾ ਜਲ ਨੂੰ ਸਵੇਰ ਨੂੰ ਇਹਦਾ ਦਾਦਾ ਆ ਗਿਆ ਜੀ ਬਿੱਲੇ ਦਾ ਅੱਛਾ ਆ ਕੇ ਮੇਰੇ ਗਲ ਪੈ ਗਿਆ ਕਹਿੰਦਾ ਆਪਣਾ ਪੱਛਾ ਤਾਂ ਇੰਨਾ ਮੋਹਰੇ ਜਾਂਦਾ ਤੈਂ ਇਹਦੇ ਚੁੱਕਾ ਲਾਇਆ ਕਹਿੰਦੇ ਮਾਂ ਬਾਬਾ ਸ਼ਹਿਰੀ ਇੱਕ ਉਹਦੇ ਨਾਲ ਟੁੱਟੀ ਆ ਕਹਿੰਦਾ ਐਂ ਵੀ ਹੋ ਜਾਂਦੀ ਆ ਗੱਲ ਮਾਈਕਲ ਵੀ ਹੋ ਜਾਂਦੀ ਆ ਆਪਣਾ ਬਾਹਰ ਨੂੰ ਦੋਹਰੇ ਸੀ ਤਾਂ ਚੁੱਕਾ ਕਹਿੰਦੇ ਮਾਰਿਆ ਜੀ ਬਾਜੀ ਫਿਰ ਚੱਲੀ ਗਿਆ ਕੰਮ ਫਿਰ ਜੋੜੇ ਫਿਰ ਹਾਂਜੀ ਗੋਬਿੰਦਗੜ੍ਹ ਜੋੜੇ ਫਿਰ ਜੀ ਉਹੀ ਜੁੱਟ ਉਹੀ ਜੁੱਟ ਜੀ ਫਿਰ ਇਹਨਾਂ ਨੇ ਬਾਟ ਵਧਾ ਦਿੱਤੀ ਜੀ ਹੋਰ ਹੋਰ ਜੀ ਚਾਲੀ ਵਾਲੀ ਕਰਤੀ ਅੱਛਾ ਇਹ ਤਨਾਸੂ ਵਾਲਾ ਤੇ ਨੱਤਾਂ ਵਾਲਾ ਬੁੜ ਭੱਜਦੇ ਹੁੰਦੇ ਸੀ ਅੱਛਾ ਪਹਿਲਾਂ ਫੌਜੀ ਦਾ ਜੀ ਇਹ ਜਿੱਤੀ ਖੜੇ ਜੀ ਸਾਨੂੰ ਸੂਏ ਦੀ ਖੇਡ ਦੀ ਬੱਚਾ ਰੈਲਾ ਹੋ ਗਿਆ ਜੀ ਉੱਪਰਲੇ ਪਾਸੇ ਮੈਂ ਅੱਖ ਤੇ ਅੱਗੇ ਫੇਰ ਮੈਂ ਜਿੱਤ ਗਿਆ ਜੀ ਉਦੋਂ ਅੱਛਾ ਫੇਰ ਤੁਸੀਂ ਫੇਰ ਜਿੱਤ ਗਿਆ ਜੀ ਗੋਬਿੰਦਗੜ੍ਹ ਇਹ ਕਿਹੜੇ ਸੰਨ ਦੀ ਗੱਲ ਇਹ ਜੀ 93 ਦੀ ਹੋ ਜੀ 93 ਹਾਂਜੀ ਜਾਨੀ ਚੌਧਰੀ ਹੋਣੀ ਉਦੋਂ ਗੱਲਬਾਈ ਜੀ ਪੂਰੇ ਚੱਲਦੇ ਬਚਨ ਢਨਾਰੀ ਹੋਣੀ ਸਾਰੇ ਬਾਈ ਸਾਰੇ ਹੀ ਆਉਂਦੇ ਸੀ ਇੱਕ ਤੁਸੀਂ ਨਵੇਂ ਇੱਕ ਬੱਚੇ ਨਵੇਂ ਹਾਂਜੀ ਬੱਚੇ ਨਵੇਂ ਦੋਨੇ ਹੀ ਨਵੇਂ ਹੋ ਗਏ ਦੋਨੇ ਨਵੇਂ ਜੀ ਫਿਰ ਤਾਂ ਉਹ ਸਾਰੇ ਹਲ ਹਲ ਮੱਚ ਗਈ ਫਿਰ ਜੀ ਉਦੋਂ ਬਾਅਦ ਗਏ ਜੀ ਅਸੀਂ ਨਹੀਂ ਵਿੰਦਰ ਬਾਈ ਉਹ ਫਿਰ ਹੋਇਆ ਨਹੀਂ ਬੰਦਿਆਂ ਦੇ ਮਨ 'ਚ ਬਈ ਬਲਦ ਵੀ ਨਵੇਂ ਤੇ ਚਾਪਕ ਵੀ ਇਹ ਨਵਾਂ ਆ ਗਿਆ ਉੱਧਰ ਵੀ ਕਹਿੰਦੇ ਮੰਗਲੀ ਨੇੜੇ ਆ ਗੋਬਿੰਦਗੜ੍ਹ ਦੇ ਨਾਲ ਜੀ ਆ ਮੰਗਲੀ ਜਿੱਥੇ ਉਲਟਰਾ ਜਾਣਾ ਖੇਲ ਕਰਾਉਣੇ ਜੀ ਅੱਛਾ ਉੱਧਰ ਵੀ ਕਹਿੰਦੇ ਵੀ ਇਹਨਾਂ ਨੇ ਹੇਰਾ ਫੇਰੀ ਕਰ ਲਈ ਫੇਰ ਦੁਬਾਰਾ ਫੇਰ ਦੁਬਾਰਾ ਜੀ ਫੇਰ ਲੈਚੀ ਖੇਲ ਆ ਗਈ ਜੀ ਅੱਛਾ ਲੈਚੀ ਬਾਟ ਘੱਟਤੀ ਹਲੇ ਬਹੁਤ ਤੇਜ਼ ਬਾਲਣੀ ਦੋ ਲੈਚੀ ਗਏ ਜੀ ਉੱਧਰ ਗਿੱਲ ਮੋੜ ਲਿਆ ਬਹੁਤ ਲੱਭਦੇ ਜਾ ਕੇ ਕੀ ਗੱਲ ਕੀ ਪਤਾ ਜੀ ਕਹਿੰਦਾ ਗੁੜਿਆਂ ਵਾਲਾ ਬਹੁਤ ਜੋੜੋ ਜੇ ਭਈਆ ਢਾਉਣਾ ਬਲੈਤੀ ਨੂੰ ਭਈਆ ਦੱਸਦਾ ਜੀ ਗਿੱਲ ਗਿੱਲ ਅੱਛਾ ਉਹ ਕਹਿੰਦਾ ਜੀ ਭਈਆ ਢਾਉਣਾ ਬਲੈ ਮੇਰੇ ਨਾਲ ਗੁੜਿਆਂ ਵਾਲਾ ਬਹੁਤ ਜੋੜ ਦੋ ਕਾਲਾ ਅੱਛਾ ਉਹ ਕਹਿੰਦੇ ਜੋੜ ਲਾ ਇਹਨਾਂ ਨੇ ਉਹ ਵੀ ਜੋੜੇ ਪੱਟ ਛੱਡ ਕੇ ਮੈਂ ਹੋਰ ਕਾੜੇ ਕਰ ਲਏ ਪਹਿਲੇ ਕਰਕੇ ਮੈਂ ਫੇਰ ਜਿੱਤ ਗਿਆ ਜੀ ਇੱਥੇ ਫੇਰ ਮੰਨੇ ਜੀ ਫੇਰ ਇਹ ਮੰਨੇ ਵੀ ਹੁਣ ਭੱਜਦੇ ਨੇ ਬਈ ਹੁਣ ਕੁਹਾਰੇ ਤੋਂ ਆਲੇ ਦਾਲੇ ਬਾਹਰ ਨਿਕਲੇ ਹੁਣ ਠੀਕ ਆ ਮੰਨੇ ਤਾਂ ਪਹਿਲਾਂ ਹੀ ਹੁੰਦੇ ਉਹ ਤਾਂ ਮਨ ਨੂੰ ਸਮਝਾ ਹੁੰਦਾ ਵਾ ਫੇਰ ਜੀ ਇਸ ਵਾਲ ਖੇਲ ਆ ਗਈ ਜਾਨੂੰ ਮੇਰਾ ਵਿਆਹ ਆ ਗਿਆ ਜੀ ਕਿਹਦਾ ਮੇਰਾ ਜੀ ਖੇਡ ਵਾਲੇ ਦਿਨ ਹੀ ਖੇਡ ਤੋਂ ਇੱਕ ਦਿਨ ਪਹਿਲਾਂ ਜੀ ਮੇਲ ਵਾਲੇ ਦਿਨ ਖੇਡ ਆ ਗਈ ਉਹ ਕਹਿੰਦੇ ਜਾਣਾ ਮੰਗਲੀ ਵਾਲੇ ਕਹਿੰਦੇ ਜੀ ਮੈਂ ਵੀ ਚਲੋ ਮੈਂ ਉਹ ਡੋਗਰ ਉਦੋਂ ਤਾਂ ਚਲੋ ਇਹ ਪ੍ਰੋਗਰਾਮ ਫੋਨ ਫਾਨ ਹੁੰਦੇ ਨਹੀਂ ਸੀਗੇ ਨਹੀਂ ਹੁੰਦੇ ਸੀ ਹੈਨਾ ਸਾਈਕਲਾਂ ਤੇ ਜਾਣਾ ਪੈਂਦਾ ਸੀ ਸਾਈਕਲਾਂ ਤੇ ਜਾਣਾ ਪੈਂਦਾ ਸੀ ਪੰਜੀਰੀ ਵੀ ਖਾਧੀ ਹੋਈ ਸੀਗੀ ਜਿਹਦੀ ਤੇ ਉਹ ਘਰੇ ਨਹੀਂ ਹੋਇਆ ਵੀ ਸਾਹੇ ਲੱਤ ਬੰਨਿਆ ਹੋਇਆ ਵੀ ਤੂੰ ਇੱਧਰ ਬਾਪੂ ਹੁਣੇ ਤਾਂ ਚੱਲ ਸਾਰਿਆਂ ਨੂੰ ਸ਼ੌਂਕ ਦੀ ਹੈ ਬਜ਼ੁਰਗ ਨਹੀਂ ਕੱਲ ਨੂੰ ਵਿਆਹ ਵਾ ਕੱਲ ਨੂੰ ਵਿਆਹ ਹਾਂ ਉਹ ਡੋਗਰ ਬਾਬਾ ਕਹਿੰਦਾ ਚੱਲ ਬੱਚੂ ਮੈਨੂੰ ਬੱਚੂ ਕਹਿੰਦਾ ਹੁੰਦਾ ਵੀ ਉਹ ਕਹਿੰਦਾ ਚੱਲ ਆਪਾਂ ਪੱਗ ਰੱਖ ਕੇ ਬਹਿ ਲਵਾਂਗੇ ਸੱਟ ਲੱਗੀ ਮੈਂ ਉਹਨੂੰ ਲੈ ਗਿਆ ਯੱਕ ਦਾ ਕੀ ਕਹਿ ਲਾਂਗੇ ਪੱਗ ਰੱਖ ਕੇ ਬਹਿ ਲਵਾਂਗੇ ਅੱਛਾ ਹਾਂਜੀ ਸੱਟ ਲੱਗੀ ਜੀ ਫਿਰ ਘਰੇ ਬੁੜੀਆਂ ਨੇ ਢਾਇਆ ਨੀ ਉਹਨੂੰ ਡੋਗਰ ਦਾ ਡੋਗਰ ਬਣਾਇਆ ਨੀ ਵੀ ਆ ਜਾ ਤੇਰਾ ਹੁਣ ਬਣਾਉਂਦੇ ਆ ਬਈ ਤੂੰ ਵਿਆਹ ਕਰਦਾ ਤੂੰ ਨਵੀਆਂ ਗੱਲਾਂ ਹੀ ਕਰਦਾ ਉੱਥੇ ਮੈਂ ਤਾਂ ਆਖਣੇ ਮੈਂ ਉਹਨੂੰ ਲੈ ਗਿਆ ਸੀਗਾ ਜੀ ਹਾਂ ਅਸੀਂ ਇਸੇ ਵਾਲ ਚਲੇ ਗਏ ਹਾਂ ਇਸੇ ਵਾਲ ਡੱਬਾ ਹੀ ਇੰਨਾ ਗਿੱਲ ਦਾ ਬਣਾਇਆ ਕਿ ਇਹਦੇ ਸਹੁਰੇ ਨੇ ਜੀ ਇਸੇ ਵਾਲ ਕਿਤੇ ਅੱਛਾ ਰਿਸ਼ਤੇਦਾਰੀ ਆ ਜੀ ਅੱਛਾ ਇਹਨਾਂ ਦਾ ਡੱਬਾ ਹੀ ਉਸ ਹਿਸਾਬ ਨਾਲ ਬਣਾਇਆ ਵੀ ਇੱਧਰ ਮਗਰ ਨਿਕਲ ਗਏ ਬਹੁਤ ਤਾਂ ਵੀ ਬਹੁਤ ਮੋਹਰੇ ਨਿਕਲ ਗਏ ਤਾਂ ਵੀ ਬਹੁਤ ਹਾਂ ਅਸੀਂ ਗਏ ਸ਼ਾਮ ਨੂੰ ਜਮਾ ਤੁਸੀਂ ਆਪ ਹੀ ਪਹਿਲਾਂ ਕੱਲ ਨੂੰ ਚਾਰ ਦੇ ਵਿਆਹ 'ਚ ਹੀ ਫਾਊਲ ਹੋ ਜਾਂਦੇ ਫਿਰਦੇ ਹੋਵੋਗੇ ਬੰਦੇ ਸਾਰੇ ਰੰਗ 'ਚ ਹੀ ਗਏ ਹੋਣਗੇ ਲੱਡੂ ਵੜਦੇ ਸੀ ਹਾਂ ਲੱਡੂ ਵੜਦੇ ਵੜਦੇ ਕਹਿੰਦੇ ਚੱਲੀਏ ਕਹਿੰਦਾ ਮੈਂ ਚਲੋ ਫਿਰ ਦੇਖੀ ਜਾਊ ਮੈਂ ਅਗਲਾ ਪਜਾਉਣਾ ਹੁਣ ਬਾਬੇ ਨੂੰ ਲੈ ਚੱਲਦੇ ਹਾਂ ਅੱਛਾ ਜਦ ਉੱਥੇ ਮੈਂ ਜੀ ਬੋਲਦਾ ਨੂੰ ਬੋਲਿਆ ਬਹੁਤ ਡਰਦੇ ਬਹੁਤ ਸੀ ਮੈਥੋਂ ਬੋਲਦਾ ਨੇ ਦੋਹਾਂ ਨੇ ਪੁੱਛਾ ਆਇਆ ਕਰਦੇ ਜਾਣ ਦਾ ਟੈਂਪੂ 'ਚ ਲਾਇਆ ਜੀ ਹਾਂ ਜਾਂ ਟੈਂਪੂ ਕਿਰਾਏ 'ਤੇ ਕਰ ਲਿਆ ਜੀ ਅੱਛਾ ਚੱਲ ਜੀ ਉੱਥੇ ਜਾ ਕੇ ਇਹਨਾਂ ਜੋੜ ਕੇ ਛੱਡਦੇ ਇਹਦੇ ਰੈਡੀ ਬਲੈਤੀ ਜੋੜਦਾ ਹੁੰਦਾ ਜੀ ਹਾਲੇ ਬੰਦੇ ਦੂਆ ਸਾਡਾ ਚਾਚਾ ਇਹ ਭਾਈ ਮੇਰਾ ਅੱਛਾ ਇਹ ਬੱਚੇ ਨੂੰ ਜੋੜ ਦਿੰਦੇ ਸੀ ਅੱਛਾ ਇਹਦੇ ਆਪਣੇ ਜਸਕਰ ਬਲਕਾਰ ਦੇ ਡੈਡੀ ਅੱਛਾ ਤੇ ਲਣਦਾ ਸਾਡਾ ਖੋਲ ਲੈਂਦਾ ਸੀ ਅੱਛਾ ਚੱਲ ਜੀ ਉੱਥੇ ਵੀ ਇਹੀ ਕੰਮ ਹੋਇਆ ਉੱਥੇ ਫੇਰ ਜਿੱਤ ਗਏ ਜੀ ਉੱਥੇ ਜੀ ਯਾਨੀ ਉਹ ਵਿਆਹ ਵਾਲੇ ਲੱਡੂ ਹੀ ਖੜਾਤੇ ਵੀ ਆ ਚੱਕੋ ਅੱਛਾ ਇੰਨਾ ਕੁ ਬੋਲ ਸੀ ਜੀ ਮੈਂ ਹੈਰਾਨ ਮੰਨਦਾ ਵੀ ਨਿਕਲ ਕਿਵੇਂ ਗਏ ਵਿੱਚ ਜਾ ਕੇ ਟੈਂਪੂ ਦੇ ਨਾਲ ਲੱਗ ਕੇ ਖੜ ਗਏ ਅੱਛਾ ਜਿੱਤ ਗਏ ਜਿੱਤ ਗਏ ਜੀ ਪਹਿਲਾ ਨੰਬਰ ਗਿੱਲ ਕਹਿੰਦਾ ਮੈਂ ਇਹਨਾਂ ਤੋਂ ਤਾਂ ਦੱਸਦਾ ਸੀ ਹਾਂ ਜਿਹੜੇ ਆ ਪਾਪੀ ਆਏ ਨੇ ਕਹਿੰਦਾ ਨਾਂਦੀ 2 ਘੰਟੇ ਬਾਅਦ ਕਰਾਂਗੇ ਫੇਰ ਦੇਖੀ ਜਾਂਦੀ ਜੀ ਕਿਉਂਕਿ ਇਹ ਵੀ ਇੱਕ ਆਸ਼ਕੀ ਆ ਜਨੂਨ ਆ ਬਈ ਇੰਨਾ ਸ਼ੌਂਕ ਆ ਪਰਿਵਾਰ ਨੂੰ ਸ਼ੌਂਕ ਆ ਕਿਸੇ ਵੀ ਬੰਦੇ ਨੂੰ ਚਾਹੇ ਕੋਈ ਸ਼ੌਂਕ ਆ ਵੀਰ ਹੋਣੀ ਬੈਠੇ ਆ ਘੋੜਿਆਂ ਦਾ ਸ਼ੌਂਕ ਆ ਕਿਸੇ ਨੂੰ ਕਬੂਤਰਾਂ ਦਾ ਕਿਸੇ ਨੂੰ ਆਪਦੀ ਸਿਹਤ ਦਾ ਕਬੱਡੀ ਦਾ ਕੋਈ ਫੁੱਟਬਾਲ ਦਾ ਲਹਿਦਾ ਲਹਿਦਾ ਜਨੂਨ ਆ ਜਿਹੜੇ ਬੰਦੇ ਦੇ ਦਿਮਾਗ 'ਚ ਗੱਲ ਬਹਿ ਗਈ ਹੈ ਨਾ ਉਹਦਾ ਵਾ ਅੱਛਾ ਫਿਰ ਉੱਥੇ ਵੀ ਜਿੱਤ ਗਏ ਉੱਥੇ ਵੀ ਜਿੱਤ ਗਏ ਕਿਸੇ ਨੇ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਵੇਚ ਲਾ ਹਾਂਜੀ ਬਚਨ ਆਇਆ ਜੀ ਮੇਰੇ ਕੋਲ
ਚਾਚੂ ਪੜਾਈ ਇਹਨਾਂ ਨੂੰ, ਚੱਲ ਇਹ ਕਹਿੰਦਾ ਵੀ ਬੱਚਾ ਵੇਚ ਦੇ, ਮੈਂ ਵੀ ਮੈਂ ਨੀ ਬਚਣਾ ਈਸੇ ਵਾਲੀ ਦੀ ਖੇਡ ਤੋਂ ਬਾਅਦ। ਹਾਂਜੀ ਲੱਡੂ ਤਾਂ ਸੀਗੇ ਹੀ ਘਰੇ ਉਦੋਂ ਜੀ, ਮੈਂ ਨਹੀਂ ਬਚਣਾ। ਕਹਿੰਦਾ ਜਿੰਨੇ ਮਰਜ਼ੀ ਪੈਸੇ ਲੈ ਲਾ, ਮੈਂ ਪੈਸੇ ਕੀ ਕਰਨੇ, ਪੈਸੇ ਤਾਂ ਮੂਹੀ ਬਥੇਰੇ ਨੇ ਆਪਣੇ ਕੋਲ, ਮੇਰੇ ਕੋਲ ਜਦ ਕਿੱਥੇ ਹੁੰਦੇ ਜੀ ਪੈਸੇ, ਭਾਵੇਂ ਕਹੀ ਚੱਲੀਏ, ਜਾਣੀ ਦਬਕਾ ਵੀ ਫੁੱਲ ਮਾਰੇ ਆ ਪੈਸੇ ਮੰਗੋ ਜੀ, ਆਪਾਂ ਮੰਗੇ ਨੀ, ਜਿੰਨੇ ਮਰਜ਼ੀ ਮਰਜ਼ੀ ਮਾਰ ਦੇਣਾ। ਅੱਛਾ, ਫਿਰ ਇਹਨਾਂ ਨੇ ਇੱਕ ਬੰਦਾ ਹੋਰ ਭੇਜਿਆ ਦੁਆਬੇ ਦਾ, ਹੋਰ ਟਰੈਕਟਰ ਦੇ ਕੇ ਪੈਸੇ ਪਾ ਕੇ ਝੋਲੇ 'ਚ, ਉਹਦੇ ਕੋਲ ਕਸ਼ਮੀਰ ਵਾਲੇ, ਮੈਂ ਜਾਣਦਾ ਨਹੀਂ ਉਹਨੂੰ, ਉਹ ਦੋ ਤਿੰਨ ਗੜੇ ਲਾ ਗਿਆ, ਮੈਂ ਜਦ ਵੇਚਣਾ ਨਹੀਂ ਆਪਾਂ। ਇਹ ਕਿਹਨਾਂ ਨੇ ਭੇਜਿਆ? ਟਰਾਲੀ ਵਾਲੇ ਬਚਨ ਬਾਈ ਹੋਣਾ ਨੇ, ਬੰਦਾ ਹੋਰ ਪਾ ਕੇ, ਹੋਰ ਪਾ ਕੇ ਭੇਜਤਾ ਜੀ। ਅੱਛਾ, ਤੂੰ ਦੇਖ ਲੈ ਟਰਾਈ ਮਾਰ ਕੇ। ਠੀਕ ਆ, ਪਰ ਨਹੀਂ ਦਿੱਤਾ? ਦਿੱਤਾ ਨਹੀਂ ਜੀ। ਪੂਰੀ ਹੈਗੀ ਫੋਟੋ ਬਹੁਤ ਦੀ ਆਪਣੇ ਕੋਲ? ਆਹ ਉਹਦੀ ਫੋਟੋ ਆ ਜੀ, ਛੋਟੀ ਉਹ, ਛੋਟੀ ਆਹ ਜਿਹੜਾ, ਹਾਂਜੀ ਆਹ ਬਹੁਤ ਦਾ। ਹਾਂਜੀ, ਇਹ ਸਿੰਘ ਟੁੱਟ ਗਿਆ ਜੀ ਇੱਥੇ, ਉਹ 'ਚ ਕਿੱਥੇ ਰੇੜੇ ਨੂੰ ਚਲਾਇਆ ਜੀ ਬਾਅਦ 'ਚ ਜੀ ਭਜਾ ਕੇ। ਅੱਛਾ, ਇੱਥੇ ਸਾਡੇ ਕੋਲ 23 ਸਾਲ ਰਿਹਾ ਜੀ। ਇਹ ਬਹੁਤ ਫਿਰ ਜਾਣੀ ਸੱਚੀ ਮੁੱਚੀ ਨਹੀਂ ਫਿਰ ਤੁਸੀਂ ਨਹੀਂ ਵੇਚਿਆ ਨਹੀਂ? ਤੁਹਾਡੇ ਕੋਲ ਹੀ ਪੂਰਾ ਹੋਇਆ? ਕੋਲੇ ਪੂਰਾ ਹੋਇਆ ਜੀ, 23 ਸਾਲ। ਹਾਂਜੀ, ਕਿਉਂਕਿ ਪਹਿਲਾ ਬੱਚਾ ਸੀ। ਹਾਂਜੀ ਪਹਿਲਾ ਸੀ, ਤੇ ਉਹਨੇ ਫਿਰ ਜਾਣੀ 23 ਸਾਲ ਬੱਲੇ ਬੱਲੇ ਪੂਰੀ ਕਰਾਈ ਆ ਜੀ, ਪੂਰੀ ਕਰਾ ਕੇ ਰੱਖੀ। ਕਿੰਨੇ ਸਾਲ ਇਹਨੂੰ ਟਰੈਕ ਤੇ ਰੱਖਿਆ? ਇਹਨੂੰ 4 ਸਾਲ ਜੀ, 4 ਸਾਲ ਪੂਰਾ ਹੀ ਭੱਜਿਆ। ਫਿਰ ਜੀ ਇਹ ਸਾਵਾਂ ਵਾਲੀ ਖੇਡ ਤੋਂ ਗੱਲਾਂ ਨਾਲ ਜੋੜਿਆ ਸੀਗਾ ਜੀ, ਨੰਬਰ ਤਾਂ ਹੋਇਆ ਸਾਡਾ ਪਹਿਲਾ, ਪਰ ਇਹ ਉਦਣ ਬਾਹਰ ਹੋ ਗਿਆ ਸੀ, ਹਵਾ ਬਹੁਤ ਚੱਲਦੀ ਸੀ। ਅੱਛਾ, ਮੁੜ ਕੇ ਨਹੀਂ ਭੱਜਿਆ ਜੀ, ਹਵਾ ਲੱਗੀ ਜੀ। ਪਹਿਲਾ ਨੰਬਰ ਕਰਦਾ ਕਰਦਾ ਕੁਦਰਤ ਕੰਨੀ ਜੋ ਵੀ ਉਹ ਹੋ ਗਈ, ਫਿਰ ਮੁੜ ਕੇ ਉਹ ਸਾਡੇ 'ਚ ਨਹੀਂ ਆਇਆ। ਫਿਰ ਤਾਂ 8ਵੇਂ 10ਵੇਂ ਨੰਬਰ ਕਰਨ ਲੱਗਾ, ਫਿਰ ਕਢਾ ਸਾ ਜੀ। ਜਾਣੀ ਫਿਰ ਜਿੱਥੋਂ ਸਟਾਰ ਤੋਂ ਵੀ ਕਾਹਨੂੰ ਹੋਣੇ ਦੀ ਬੇਕਦਰੀ ਕਰਨੀ, ਕੋਲ ਹੀ ਰੱਖਿਆ, ਕੋਲ ਹੀ ਰੱਖਿਆ ਜੀ। ਫਿਰ ਰੇੜੇ 'ਚ ਲਾਇਆ ਜੀ, ਕਈ ਸਾਲ ਪੱਠੇ ਪੁੱਠੇ ਲਿਆਉਂਦਾ ਰਿਹਾ, ਲਿਆਉਂਦਾ ਰਿਹਾ ਵੀ ਗੋਡੇ ਸੁਣ ਵੀ ਸੋਚਣਾ ਚਾਹੁੰ, ਰੋਲੇ ਰੇੜੇ ਨੂੰ ਬਹੁਤ ਔਖਾ ਲੋਡ ਕਰਿਆ ਸੀ, ਬਹੁਤ ਭੱਜਣਾ ਨੱਠਣਾ ਦੇ ਨਾਲ ਤਾਂ ਮਾੜਾ ਟਿਕਿਆ ਜੀ। ਉਹ ਸ਼ਹਿਰ ਦਾ ਕੰਮ ਡਰ ਵੀ ਰਹਿੰਦਾ ਵਾ। ਅੱਛਾ, ਇਹ ਫਿਰ ਭੱਜਿਆ? ਹਾਂਜੀ, ਸਕੂਟਰੀ ਇਹ ਨਹੀਂ ਜਿੱਤੀ ਸੀ, ਕਿਲਾ ਰੈਪਰ, ਕਿਲਾ ਰੈਪਰ ਵਾਲੀ ਟਰੋਫੀ। ਇਹ ਕਿਹੜੇ ਸੰਨ ਦੀ ਗੱਲ? 94 ਦੀ ਗੱਲ, 94 ਦੀ। ਇਹ ਜਿਹੜੀ ਆਹ, ਹਾਂਜੀ, ਕਿਉਂਕਿ ਕਿਲਾ ਰੈਪਰ ਦਾ ਹੀ ਇਹ ਲੋਗੋ ਆ। ਹਾਂਜੀ ਹਾਂਜੀ, ਹਿੰਦੁਸਤਾਨ 'ਚ ਇੱਕ ਜਗ੍ਹਾ ਹੀ ਮਿਲਦਾ ਇਹ, ਬੈਲਾਂ ਦੀ ਇਹ ਜੋੜੀ। ਹਾਂਜੀ, ਇਹ ਇੱਕੋ ਜਗ੍ਹਾ ਹਿੰਦੁਸਤਾਨ 'ਚ, ਕਿਉਂਕਿ ਉਹ ਕਿਲਾ ਰੈਪਰ ਉਦੋਂ, ਕਿਲਾ ਰੈਪਰ ਹੀ ਮੰਨ ਲਓ ਪੰਜਾਬ ਦਾ ਮਿੰਨੀ ਓਲੰਪਿਕ ਜਿਹਨੂੰ ਕਿਹਾ, ਮਿੰਨੀ ਓਲੰਪਿਕ ਦੁਨੀਆ ਦੀ ਆ, ਖੇਡਾਂ ਹੁੰਦੀਆਂ, ਕਹਿਣਾ ਬਹੁਤ ਵੱਡੀ ਗੱਲ ਆ। ਲੋਪੋਵਾਲੇ ਪਹਿਲਾਂ ਕਰਕੇ ਜੀ, ਸਾਡਾ ਦੂਆ ਹੋਇਆ। ਕਿੱਥੇ ਦੇ? ਲੋਪੋਵਾਲੇ ਜੀ, ਕਲਦੀਪ ਹੋਣੀ, ਕਲਦੀਪ ਬਾਈ ਹੋਣੀ, ਆਹ ਲੋਪੋਵਾਲੇ, ਆਹ ਸੁੱਖੇ ਵੀਰ ਹੋਣਾ ਦੇ ਨਾਗਰੇ ਵਾਲੇ ਨਾਲ, ਉਹ ਲੋਪੋਵਾਲੇ, ਉਹ ਪਹਿਲਾਂ ਕਰਕੇ ਸੀ, ਉਹ ਪਹਿਲਾਂ ਕਰਕੇ ਇਹਨਾਂ ਕੋਲ ਬੱਗਾ ਵਾਲ ਦੀ ਕਾਲਾ ਜਾਦੂ, ਕਲਦੀਪ ਹੋਣਾ ਕੋਲੇ, ਕਲਦੀਪ ਹੋਣਾ ਕੋਲੇ। ਅੱਛਾ, ਤੇ ਸਾਡਾ ਦੂਆ ਦੀ ਖੀਰ ਨਹੀਂ, ਕਲਦੀਪ ਹੋਣੀ ਵੀ ਬਹੁਤ ਪੁਰਾਣੇ ਬੰਦੇ ਆ, ਹੁਣ ਬੱਚਾ ਉਹਦੇ ਨੇ ਲੈ ਕੇ ਆਇਆ, ਲੱਸੀ ਵਧੀਆ ਭੱਜਿਆ ਉਹਨਾਂ ਦਾ। ਅੱਛਾ, ਫਿਰ ਉਹਨਾਂ ਦਾ ਪਹਿਲਾਂ ਤੇ ਤੁਹਾਡਾ, ਉਹਨਾਂ ਨੂੰ ਕੀ ਮਿਲਿਆ? ਉਹਨਾਂ ਨੂੰ ਗੇਅਰ ਵਾਲੀ ਸਕੂਟਰੀ ਮਿਲੀ ਸੀ, ਗੇਅਰ ਵਾਲੀ ਸਕੂਟਰੀ। ਹਾਂਜੀ, ਉਹਦੇ ਗੇਅਰ ਪੈਂਦੇ ਸੀ, ਇਹ ਦੂਈ ਆ ਜੀ। ਉਸ ਤੋਂ ਬਾਅਦ ਫਿਰ ਮੋਟਰਸਾਈਕਲ ਹੋਣ ਲੱਗਿਆ, ਕਿਲਾ ਰੈਪਰ ਮੋਟਰਸਾਈਕਲ ਤੋਂ ਬਾਅਦ ਹੋਣ ਲੱਗੇ ਨੀ ਜੀ, ਇਹ ਸਕੂਟਰ ਵੀ ਸੀ 16 'ਚ, ਸਕੂਟਰ ਦਾ ਵੀ ਉੱਥੇ ਦੀ। ਨਹੀਂ ਨਹੀਂ, ਸਕੂਟਰੀਆਂ ਤੁਹਾਨੂੰ ਦਿੱਤੀਆਂ ਨੇ ਕਿਲਾ ਰੈਪਰ 92-93, ਤਿੰਨ ਸਕੂਟਰੀਆਂ ਦਿੱਤੀਆਂ ਜੀ ਪਹਿਲੇ ਨੰਬਰ। ਉਸ ਤੋਂ ਬਾਅਦ ਸਕੂਟਰ ਜਾਂ ਮੋਟਰਸਾਈਕਲ ਉੱਥੇ ਹੋਣ ਲੱਗੇ? ਹਾਂਜੀ, ਉਸ ਤੋਂ ਬਾਅਦ ਹੋਣ, ਉਸ ਤੋਂ ਬਾਅਦ ਹੋਣ ਲੱਗੇ, ਠੀਕ ਹੈ। ਉਦੋਂ ਜਾਣੀ ਸਕੂਟਰ, ਸਕੂਟਰੀ ਹੈ ਜੀ, ਉਦੋਂ ਤਾਂ ਵੱਡੀ ਗੱਲ ਸੀ ਸਕੂਟਰੀ ਵੀ, ਤਾਂ ਬਹੁਤ ਬੜੀ ਸੀ ਜੀ, ਹੈ ਬਹੁਤ ਬੜੀ ਦੀ ਗੱਲ। ਉਦੋਂ ਫਿਰ ਬੱਲੇ ਬੱਲੇ, ਹਾਂਜੀ, ਫਿਰ ਗਏ ਸਹੁਰਿਆਂ ਨੂੰ? ਹਾਂਜੀ, ਸਹੁਰੇ ਤਾਂ ਨਹੀਂ ਗਏ ਸੀ, ਸਕੂਟਰੀ ਉਹ ਤਾਂ ਸਕੂਟਰ ਦਾ ਕੋਈ ਗੱਲ ਹੈ, ਸਹੁਰਿਆਂ ਸਕੂਟਰ ਦੇਤਾ ਸੀ ਜੀ, ਫਿਰ ਸਕੂਟਰ ਤੇ ਕਹਿੰਦੇ ਤਾਂ ਹੀ ਬਚਣ ਵਾਲਾ ਪਸੰਦ ਨਹੀਂ ਹੈ, ਉਧਰ ਆਇਆ ਸਾਰਿਆਂ ਦਾ ਸਕੂਟਰ ਆਇਆ, ਇਧਰ ਆਇਆ। ਕਿੱਥੇ ਵੀ ਆਏ ਹੋ? ਦਾਊ ਮਾਜਰੇ ਜੀ, ਦਾਊ ਮਾਜਰੇ, ਹਾਂਜੀ, ਆ ਪੈਰ ਦੇ ਨਾਲ ਜੀ। ਉੱਥੇ ਵੀ ਮੈਂ ਕਹਿੰਦਾ ਖੇਡਾਂ ਹੁੰਦੀਆਂ, ਇੱਕ ਸਾਲ ਹੋ ਗਿਆ, ਇੱਕ ਸਾਲ ਮੇਰੇ ਖਿਆਲ ਮੇਰੇ ਦਿਮਾਗ 'ਚ ਕੌਡੀ ਕੁੱਡੀ ਕਰਾ ਦੇਣੀ ਫੁੱਟਬਾਲ, ਮੇਰੇ ਖਿਆਲ ਬਾਈ ਪਾਲ ਘੰਗਰਾਲੀ ਵਾਲੇ ਸਰਪੰਚ ਨੇ ਸ਼ਾਇਦ ਕਿਤੇ ਹੋਰ ਮੇਰੇ ਦਿਮਾਗ 'ਚ ਫਿਰਦੀ ਹੈ ਗੱਲ। ਤੇ ਅੱਛਾ, ਫਿਰ ਉਸ ਤੋਂ ਬਾਅਦ ਕਿਹੜਾ ਬਾਲ ਲਿਆ? ਉਦੋਂ ਬਾਅਦ ਜੀ ਕਾਲਾ ਬੱਛਾ ਲਿਆ ਜੀ, ਉਹਨੇ ਥੋੜੇ ਕੁ ਨੰਬਰ ਕਰੇ। ਅੱਛਾ, ਇੱਕ ਗੱਲ ਤੁਹਾਡੇ ਵਿੰਦਰ ਬਾਈ, ਤੁਹਾਡੇ ਵਿਚਾਲੇ ਰਹਿ ਗਈ, ਫਿਰ ਗੜਬਾਨੀ ਦੇ ਖੇਤਰ 'ਚ ਵੀ ਤੁਹਾਡੀ ਬੱਲੇ ਬੱਲੇ ਹੋ ਗਈ? ਹਾਂਜੀ, ਪੂਰੀ ਹੋ ਗਈ ਜੀ ਗੜਬਾਨੀ 'ਚ। ਤੁਹਾਡਾ ਜ਼ੋਰ ਵਿੰਦਰ ਬਾਈ, ਜਿਵੇਂ ਉਹ ਅੱਜ ਦੇ ਸਮੇਂ 'ਚ ਉਹ ਲੱਗਿਆ ਹੁੰਦਾ ਮਜਬਾ ਵੀ ਬਾਲ ਜਾਂ ਹੋਰ, ਉਹ ਇੰਨਾ ਖੁੱਲ ਜਾਂਦੇ ਸੀ ਜੀ ਬਾਲ ਨੂੰ, ਇੰਨਾ ਜ਼ੋਰ ਹੀ ਜ਼ੋਰੇ ਵਾਲਾ ਲਾਉਂਦਾ ਜੀ ਮੈਂ ਜੀ। ਛਿੰਦੇ ਦੇ ਬਾਲ ਵੀ ਅੱਕੇ ਨੇ ਜੀ, ਰਾਜ ਵਾਲਿਆਂ ਦੇ ਵੀ ਅੱਕੇ ਨੇ, ਤੇ ਸਾਰਿਆਂ ਦੀ ਅੱਕੇ ਨੇ ਤਕਰੀਬਨ। ਅੱਛਾ,
ਜਾਨੀ ਪੂਰੇ ਇਮਾਨਦਾਰੀ ਨਾਲ ਜ਼ੋਰ ਨਾਲ ਹੀ ਹੱਕੇ ਜੀ ਪੂਰਾ ਮੇਰਾ ਇੱਕ ਮੇਰੇ ਬਹੁਤ ਦੇ ਦੋ ਇਕੱਠੇ ਬੱਚੇ ਭੱਜਦੇ ਸੀਗੇ ਜੀ ਹਾਂ ਤੇ ਰੌਂਪਰ ਵਾਲੇ ਪਹਿਲਾਂ ਉਹਨਾਂ ਦਾ ਚਾਪਕ ਗਿਆ ਨਹੀਂ ਸੀ ਅੱਛਾ ਤੇ ਮੈਨੂੰ ਕਹਿੰਦੇ ਸਾਡੇ ਬੱਚੇ ਭਜਾ ਦੇ ਮੇਰਾ ਨੰਬਰ ਪਹਿਲਾਂ ਮੈਂ ਤੁਸੀਂ ਕਹਿਣਾ ਮੈਂ ਜਾਣ ਕੇ ਨਹੀਂ ਅੱਗੇ ਉਹ ਕਹਿੰਦੇ ਕਿਵੇਂ ਮਰਜ਼ੀ ਕਰਦੇ ਤੂੰ ਮੈਂ ਉਹਨਾਂ ਨੇ ਆਪਦਾ ਪਹਿਲਾ ਨੰਬਰ ਸੀ ਮੈਂ ਉਹਨਾਂ ਨੇ ਦਬਾ ਜੋ ਹੱਕੇ ਸ਼ਾਮ ਨੂੰ ਉਹਨਾਂ ਦਾ ਫਿਰ ਪਹਿਲਾਂ ਹੋ ਗਿਆ ਜੇ ਮੇਰੇ ਮਨ ਚੋਂ ਦੀ ਮੈਂ ਆਖਦਾ ਹੀ ਨਾ ਉਹਨਾਂ ਦਾ ਫਿਰ ਰੌਂਪਰ ਵਾਲਿਆਂ ਦਾ ਯਾਨੀ ਤੁਹਾਨੂੰ ਤੁਹਾਡਾ ਤਾਂ ਸਮਾਂ ਤੋੜ ਗਏ ਸਮਾਂ ਤੋੜ ਗਏ ਸੰਗਤ ਕਰੀ ਦੀ ਆ ਹੋ ਸਕਦਾ ਉਹ ਗੱਲ ਚੰਗੀ ਹੋ ਜਾਂਦੀ ਹੈ ਕਈ ਵਾਰ ਕੋਈ ਪੈਸਾ ਹੀ ਇਹੋ ਜਿਹਾ ਆਉਣਾ ਹੁੰਦਾ ਹੋਰ ਕਰਨਾ ਤਾਂ ਗੁਰੂ ਮਹਾਰਾਜ ਨੇ ਹੈਨਾ ਜੋ ਕਰਦਾ ਉਹੀ ਕਰਦਾ ਮਾਲਕ ਹੀ ਕਰਦਾ ਅੱਛਾ ਯਾਨੀ ਚਾਪਕੀ ਦੇ ਖੇਤਰ ਚ ਵੀ ਉਦੋਂ ਬੰਦੇ ਤੁਹਾਨੂੰ ਚਾਪਕੀ ਦਾ ਤੁਹਾਨੂੰ ਕੋਈ ਲਾਹਾ ਮਿਲਿਆ ਬਹੁਤ ਜੋੜਨ ਕਰਨ ਦਾ ਅਗਲਾ ਕਹਿੰਦਾ ਯਾਰ ਬਿੰਦਰ ਤੋਂ ਕੌਣੇ ਜੋੜ ਦਈਏ ਬਹੁਤ ਕੋਟ ਵਾਲਿਆਂ ਨੂੰ ਲੈ ਕੇ ਦਿੱਤਾ ਜੀ ਕਾਲਾ ਬਹੁਤ ਜੀ ਸਵਾ ਲੱਖ ਦਾ ਜੀ ਅੱਛਾ ਲਾ ਕੇ ਪਹਿਲੇ ਦਿਨ ਜੀ ਅਣਜੋੜ ਬੱਛਾ ਦੀ ਅੱਛਾ ਹਾਂ ਬੱਛਾ ਲੈ ਲਓ ਜੀ ਅਣਜੋੜ ਅਣਜੋੜ ਜੀ ਇੱਕ ਅੱਧਾ ਗੇੜਾ ਲੱਗਿਆ ਜੀ ਭੱਜਦਾ ਸੀ ਮਾੜਾ ਮੋਟਾ ਗਿਆਨੀ ਕੋਲ ਚੱਲਿਆ ਮੱਖਣ ਦੇ ਪਿੰਡ ਮੱਖਣ ਦੇ ਪਿੰਡ ਹਾਂ ਜੀ ਅੱਛਾ ਮੱਖਣ ਨੇ ਵੇਚਿਆ ਜੀ ਸੇੜੀ ਵਾਲਿਆਂ ਨੂੰ ਜੀ ਭੀਮੇ ਬਾਈ ਨੂੰ ਭੀਮੇ ਬਾਈ ਨੂੰ 1,20,000 ਦਾ ਅੱਛਾ ਮੱਖਣ ਕਹਿੰਦਾ ਮੈਂ ਤਾਂ ਵੱਧ ਵੇਚਣਾ ਗਿਆਨੀ ਕਹਿੰਦਾ ਬਸ ਵੱਧ ਲੈ ਲਿਆ 5,000 ਨੂੰ ਹੋਰ ਦੇ ਸਾਬ ਲੈ ਲਏ ਅਣਭੱਜ ਸੀ ਅਣਭੱਜ ਥੋੜਾ ਭੱਜਿਆ ਜੀ ਮੈਂ ਮਾੜਾ ਮੋਟਾ ਚੁੱਪ ਜਾਇਆ ਸੀ ਅੱਛਾ ਚਲੋ ਹੁਣ ਜੋੜ ਨੂੰ ਖਰਾਬ ਕਰ ਦਿੰਦਾ ਅੱਛਾ ਇਹ ਬੋਲ ਤੋਂ ਬਾਅਦ ਫਿਰ ਕਿਹੜਾ ਬੋਲ ਲਿਆਂਦਾ ਅਸੀਂ ਜੀ ਹਾਂ ਆਪਣੇ ਸਿੰਘ ਤੋਂ ਜਿਹੜਾ ਫਿਰ ਆਹ ਪੀਲਾ ਬੱਛਾ ਲਿਆ ਜੀ ਕਿ ਆਹ ਹਾਂ ਜੀ ਅੱਛਾ ਇਹ ਕਿਹੜਾ ਬੱਛਾ ਵਾ ਇਹ ਜੀ ਮੰਡੀੋਂ ਮੰਗਾਇਆ ਸੀ ਅੱਛਾ ਇਹ ਕਿੱਥੇ ਦੀ ਆ ਫੋਟੋ ਇਹ ਫੋਟੋ ਹੈਗੀ ਉੱਥੇ ਅਨੰਦਪੁਰ ਕਲੌੜ ਦੀ ਅਨੰਦਪੁਰ ਕਲੌੜ ਅਨੰਦਪੁਰ ਕਲੌੜ ਦੀ ਇਹਦੇ ਨਾਲ ਕਿਹੜਾ ਵਾ ਇਹਦੇ ਪਟਿਆਲੇ ਇਹ ਬੱਚਾ ਜੇ ਫਿਰ ਥੋੜਾ ਜਿਹਾ ਭਜਾਇਆ ਜੀ ਨਾਮਾ ਹੀ ਅੱਕ ਦਾ ਸਾਡਾ ਨਾਮਾ ਮਾਲਕਪੁਰੀ ਹਾਂ ਜੀ ਅੱਛਾ ਫਿਰ ਇਹਨੇ ਬੱਚਾ 'ਚ ਵਧੀਆ ਨੰਬਰ ਕਰੇ ਜੀ ਇਹ ਆਹ ਨਾਲ ਕਿਹਦਾ ਵਾ ਇਹ ਪੁੱਟੇ ਦਾ ਜੀ ਪੁੱਟੇ ਵਾਲਾ ਕਾਲਾ ਕਾਲਾ ਜੀ ਪਟਿਆਲਾ ਅੱਛਾ ਇਹ ਜਿਹੜਾ ਫੌਜੀ ਹੋਣਾ ਕੋਲੇ ਚਲੇ ਗਿਆ ਸੀ ਇਹ ਕਿਤੇ ਚਲਿਆ ਗਿਆ ਸੀਗਾ ਜੀ ਪੀਲਾ ਚਲੇ ਗਿਆ ਸੀਗਾ ਜੀ ਫੌਜੀ ਉਹਨਾਂ ਕੋਲ ਪੀਲਾ ਗਿਆ ਸੀ ਹਾਂ ਹਾਂ ਸਾਵਾ ਗਿਆ ਸੀ ਅੱਛਾ ਅੱਛਾ ਇਹ ਉਹ ਆ ਇਹ ਕਿਤੇ ਜੇਤੂ ਮੇਲੇ ਦੀ ਇਹ ਪਹਿਲਾ ਨੰਬਰ ਨਹੀਂ ਹੋਇਆ ਜੀ ਦੂਏ ਤੀਏ ਚੌਥੇ ਕਰੀ ਗਿਆ ਜੀ ਅੱਛਾ ਚਲੋ ਇਹ ਇਹ ਬੱਚਾ ਫਿਰ ਤੁਸੀਂ ਇਹ ਕਿੱਥੋਂ ਲਿਆਂਦਾ ਸੀ ਇਹ ਪਰਵਾਰ ਮੰਡੀ ਤੋਂ ਜੀ ਅੱਛਾ 10,000 ਦਾ ਲਿਆ ਸੀ 10,000 ਦਾ ਹਾਂ ਜੀ ਇਹ ਫਿਰ ਤਿਆਰ ਕਰਕੇ ਟਰੈਕ ਤੇ ਲਿਆ ਹੈ ਵੱਧ ਤਾਂ ਜੀ ਮੈਂ ਤਿਆਰ ਕਰਕੇ ਲੈਣਾ ਫਸਿਆ ਮੈਂ ਇੱਕ ਦੋ ਚ ਹਾਂ ਮੁੱਲ ਲੈਣ ਕਿਵੇਂ ਮੁੱਲ ਲੈ ਲਿਆ ਜੀ ਭੱਜੇ ਘੱਟ ਨੇ ਇੱਕ ਤਾਂ ਤੱਖਰਾਂ ਤੋਂ ਲੈ ਲਿਆ ਸੀ ਉਹਨਾਂ ਤੋਂ ਕੀ ਆ ਨਾਮ ਜੀ ਉਹ ਲੱਦੇ ਉਹਨਾਂ ਤੋਂ ਅੱਛਾ ਉਹ 2,00,000 ਦਾ ਲਿਆ ਜੀ ਉਹ ਥੋੜਾ ਹੀ ਭੱਜਿਆ ਮੋਟਰਸਾਈਕਲ ਪਰ ਮੈਨੂੰ 80 ਚ ਤਾਂ ਆ ਗਿਆ ਸੀ ਉਹ ਮੋਟਰਸਾਈਕਲ ਮੁੱਲ ਤਾਂ ਮੋੜ ਗਿਆ ਉਹਦਾ 2,00,000 ਰੁਪਈਆ ਹੀ ਬਹੁਤ ਸੀ ਜੀ ਜ਼ਿਆਦਾ ਕਿਹੜੇ ਸੰਨ ਦੀ ਗੱਲ ਹੈ 13 ਦੀ ਚਲੋ ਆਪਾਂ ਪਹਿਲਾਂ ਪਿੱਛੇ ਆਈਏ ਅੱਛਾ ਇਹ ਉਹ ਬੱਚਾ ਲਿਆ ਤੁਸੀਂ ਹਾਂ ਜੀ ਇਹ ਬੱਚਿਆਂ ਬੱਚਿਆਂ 'ਚ ਭਜਾਇਆ ਜੀ ਆਪਾਂ ਅੱਛਾ ਮੈਂ ਬੋਲਦਾ ਫਿਰ ਮੋਹਨ ਦੱਸਾਂ ਜੀ ਪਾਲੇ ਨੂੰ ਬਾੜੀਆਂ ਵਾਲੇ ਨੂੰ ਬਾਈ ਪਾਲੇ ਨੂੰ ਹਾਂ ਜੀ 28,000 ਦਾ ਉਹਨੇ ਦੱਸਾਂ ਅੱਛਾ ਬਈ ਉੱਥੇ ਵੇਚ ਜਾਂਦਾ ਖੇਡ ਲਾਉਣ ਗਏ ਉਹ ਮੰਗਣ ਲੱਗ ਗਏ ਮਾਂ ਚੱਲਿਆ ਗਿਆ ਲੈ ਜਾਓ ਆਪਾਂ ਤਾਂ ਹੋਰ ਕੱਢ ਲੈਣਾ ਬਈ ਹੋਰ ਕੱਢ ਲੈਣਾ ਹੁਣ ਮਾਂ ਜੀ ਆਪਾਂ ਬੜਿਆਂ ਦੀ ਗੇਮ ਔਖੀ ਦੀ ਦੇਖੀ ਇਹਦੀ ਵਾਰੀ ਤੇ ਚੱਲ ਕਰਦੇ ਕਰਦੇ ਬਾਈਕ ਨੂੰ ਚੱਲੀ ਗਿਆ ਜੀ ਸਸਰਾ ਅੱਛਾ ਫਿਰ ਕਿਹੜਾ ਲਿਆ ਜੀ ਦੁਬਾਰ ਫਿਰ ਜੀ ਇਹਦੂ ਬਾਅਦ ਚੰਦਵੀਰ ਵਾਲਾ ਤਾਂ 7 ਚ ਲਿਆ ਅੱਛਾ ਅੱਛਾ ਮੰਡੀਓ ਲਿਆਉਂਦਾ ਰਿਹਾ ਜੀ ਤੇ ਕੋਈ ਨਿਕਲਿਆ ਜਾਣੀ ਜੀ ਬੱਚਾ ਕੋਈ ਪਾਲਮਾ ਜੀ 1-2 ਨੰਬਰ ਕਰੀ ਜਾਂਦਾ ਜੀ ਕਰ ਹੀ ਲੈਂਦਾ 2-4 ਨੰਬਰ ਜੇ ਮਗਰੋਂ ਹਟੇ ਜਾਵੇ ਹਰੇਕ ਸਾਲ ਹਰੇਕ ਸਾਲ ਲਿਆਉਣਾ ਜੀ ਬੱਚਾ ਲਿਆਉਂਦੇ ਹਰੇਕ ਸਾਲ ਹਰੇਕ ਸਾਲ ਅੱਛਾ ਆ ਆ ਬੋਲ ਦੋ ਫਿਰ ਆ ਬੱਚਾ ਜੀ ਇਹ ਕਣਕ ਸਾਂ ਦਾ ਲਿਆ ਜੀ ਅੱਛਾ ਕਣਕ ਵਾਲੇ ਮਾਘੀ ਤੋਂ ਜੀ ਮਾਘੀ ਸਿੰਘ ਹਾਂ ਜੀ ਉਹ ਵੀ ਪੁਰਾਣੇ ਬੰਦੇ ਬਹੁਤ ਉਹ ਤੋਂ ਲਿਆਉਂਦੇ ਮੰਡੀ ਬਵਾਰੀ ਸੀਗਾ ਜੀ 6-7 ਦੀਗੇ ਉਹ ਖੜੇ ਬਾਈ ਪਰਥੀ ਬਾਈ ਮਾਘੀ ਮਾਘੀ ਤਾਂ ਬਹੁਤ ਪੁਰਾਣੇ ਆ ਬਾਈ ਪਰਥੀ ਦਾ ਚਲੋ ਅੱਜ ਸਟਾਰ ਦੇਹਾ ਪਹਿਲਾਂ ਵੀ ਤੇ ਬਾਈ ਪਰਥੀ ਹੋਣੀ ਹਰ ਸੋਹਣੀ ਸਾਰੀ ਇਹਦੇ ਕਮਾਇ ਸੀ ਹਰਸ਼ ਹਾਂ ਜੀ ਨਾਲ ਮੈਂ ਦੁਬਾਰਾ ਮੋੜ ਕੇ ਲੈ ਰਾਹ ਵੇਚਿਆ ਦੀ ਅੱਛਾ ਇਹ ਥੋੜਾ ਬਿੰਗਾ ਜਿਹਾ ਤੁਰਦਾ ਸੀ ਮਾਲ ਲਿਸਾ ਕਰਕੇ ਹਾਂ ਜਦ ਆਪਾਂ ਮਹਾਰਾਸ਼ਟਰ ਵਾਲਿਆਂ ਵੇਚਤਾ ਦੀ ਇਹ ਮਹਾਰਾਸ਼ਟਰ ਵਾਲਿਆਂ ਨੂੰ ਵੇਚਿਆ ਸੀ ਇਹ ਵੇਚਿਆ ਆਹਾ ਹਾਂ ਜੀ ਹਾਂ ਜੀ ਅੱਛਾ ਮੈਂ ਕਹਿੰਦਾ ਉਦੋਂ ਪਹਿਲਾਂ ਕੋਈ ਜਵਿੰਦਰ ਭਾਈ ਵਿਖਿਆ ਤਾਂ ਨਹੀਂ ਸੀ ਮਹਾਰਾਸ਼ਟਰ ਵਾਲਿਆਂ ਨੂੰ ਨਾ ਜੀ ਕੋਈ ਨਹੀਂ ਵਿਖਿਆ ਮੈਂ ਹੀ ਵੇਚਿਆ ਜੀ ਸਾਰਿਆਂ ਨੂੰ ਮੈਂ ਕਹਿੰਦਾ ਅੱਛਾ ਉਦੋਂ ਕਿੰਨੇ ਦਾ ਵੇਚਿਆ ਸੀ 8,00,000 ਦਾ ਜੀ 8,00,000 ਦਾ ਇਹ ਕਿਹੜੇ ਸੰਨ ਦੀ ਗੱਲ ਹੈ 13 ਦੀ 14 ਦੀ 14 'ਚ ਹਾਂ ਜੀ ਉਦੋਂ ਕਹਿੰਦੇ ਸੀ ਵੀ ਰਾਤ ਨੂੰ ਸਾਡਾ 1 ਵਜੇ ਸੌਦਾ ਜੀ ਬਿੱਲੇ ਨੂੰ ਪੁੱਛ ਲਓ ਇਹ ਵੀ ਨਾਲੇ ਦੀ ਰਾਤ ਨੂੰ 1 ਵਜੇ ਰਾਤ ਨੂੰ 1 ਵਜੇ ਸੌਦਾ ਹੈ ਸੌਦਾ ਨਹੀਂ ਕਰਨਾ ਜੀ ਕਹਿੰਦੇ ਅੱਛਾ
ਮਹਾਰਾਸ਼ਟਰ ਵਾਲੇ ਕਹਿੰਦੇ ਵੀ ਦਿਨੇ ਸੌਦਾ ਨਹੀਂ, ਦਿਨ ਤਾਂ ਉੱਧਰ ਵੀ ਮਹਾਰਾਸ਼ਟਰ ਕਿਹੜਾ ਕੈਨੇਡਾ ਚ ਵੀ ਉੱਥੇ ਰਾਤ ਹੋਈ ਹੋਊਗੀ, ਸਹੀ ਤਾਂ ਉਦੋਂ ਵੀ ਦੇਣੀ ਹੁੰਦਾ। 1 ਵਜੇ ਉਹਨੇ ਸੌਦਾ ਪੂਰੇ ਕਰਿਆ ਗੱਲ ਪੁੱਛ ਲਓ ਤੁਹਾਨੂੰ ਜਾਣੀ। ਤੁਸੀਂ ਵੀ ਕਿਹਾ ਹੋਣਾ ਵੀ ਸੌਦਾ ਕਰਨਾ ਫੇਰ ਆਇਓ, ਉਹ ਕਹਿੰਦੇ ਸਾਨੂੰ ਜਗਾਇਆ, ਕਹਿੰਦੇ ਕਿੰਨੇ ਪੈਸੇ ਲੈਣੇ ਨੇ, ਮੈਂ ਕਹਿੰਦਾ ਜੀ 10 ਲੱਖ ਰੁਪਏ ਉਹ ਵੀ ਕਹਿੰਦਾ ਜੀ, ਮੈਂ ਇੰਨੇ ਦਾ ਕਿੱਥੇ ਵਿਕਣਾ ਆਪਣਾ, ਮੈਨੂੰ ਮੂਲੀ ਵਾਲੇ ਵੀ ਲੈਂਦੇ ਜੀ ਪਹਿਲਾਂ ਬੋਲਦਾ, ਕੁੱਲੇ ਵਾਲੇ ਕਿੰਨੇ ਯਾਰ ਮੂਲੀ ਵਾਲੇ, ਹਾਂ ਹੈਪੀ ਹੋਣੀ, ਹਾਂਜੀ ਅੱਛਾ, ਉਹ ਕਹਿੰਦੇ 6 ਲੱਖ ਦਾ ਦੇ ਦਿੰਦਾ ਮੈਂ ਵੀ ਮੈਂ ਦੇਣਾ। ਉਹ ਫੱਲੇ ਵਾਲਾ ਇਹੀ ਜਿੱਤਿਆ ਸੀ, ਇਹੀ ਜਿੱਤਿਆ ਜੀ ਫੱਲੇ ਵਾਲਾ, ਫੱਲੇ ਵਾਲੇ ਅੱਛਾ, ਤੇ ਮੈਂ ਦੇਣਾ ਨੀ, ਮੈਂ ਵੱਧ ਵੇਚੂ, ਵੇਚਣਾ ਤਾਂ ਮੈਂ ਹੈ ਨੀ ਸੀ, ਲੈਣੇ ਮੰਨਦੇ ਨੀ ਸੀ ਪਹਿਲਾਂ, ਫਿਰ ਮੈਂ ਦੇਖ ਲਓ ਕਦਾ ਵੇਚ ਗਏ ਪੈਸੇ ਬਟ ਲਓ, ਮੈਂ ਇਹਨਾਂ ਨੂੰ ਕਿਹਾ ਕਹਿੰਦੇ ਚੱਲ ਦੇਖ ਲੈਂਦੇ ਹਾਂ, ਮੈਂ ਗਈ ਮੁੰਡਾ ਮੰਨ ਗਿਆ ਸੀ, ਛੋਟਾ ਵੱਡੇ ਦੀ ਮੰਨੇ ਨਾ ਮੰਨੇ, ਮੈਂ ਵੱਡੇ ਨੇ ਕਿਹਾ ਨੀ ਵੀ ਬੁਲਟ ਬਲਟ ਲੈਣਾ, ਮੈਂ ਵੀ ਉਦੋਂ ਬੁਲਟ ਤਾਂ ਊਂ ਲੈਤਾ ਜੀ ਇਹਨੂੰ, ਉਹ ਤਾਂ ਹੁਣ ਬਾਅਦ ਦੀਆਂ ਗੱਲਾਂ ਨੇ ਉਦੋਂ, ਅੱਛਾ ਫਿਰ ਜੀ ਇਹ ਮੰਨ ਗਿਆ, ਚੱਲ ਅਸੀਂ ਦੇਖ ਲਾ ਮਾਂ ਵੀ, ਨਹੀਂ ਉਹ ਕੀ ਗੱਲ ਹੋਈ, ਉਹ ਜਦੋਂ ਫਿਰ ਉਹ ਆਏ ਉਹ ਕੀ ਕਹਿੰਦੇ ਵੀ ਰਾਤ ਨੂੰ ਸੌਦਾ ਕਰਾਂਗੇ, ਨਹੀਂ ਉਹ ਸ਼ਾਮ ਨੂੰ ਫੋਨ ਆਇਆ ਸੀ, ਉਵੇਂ ਕਹਿੰਦਾ ਮੈਂ 10 ਲੱਖ ਲੈਣਾ, ਉਹ ਕਹਿੰਦੇ ਤੂੰ ਜਾਗਦਾ ਹੀ ਨਹੀਂ, ਸਹੀ ਸਹੀ ਮੈਂ ਚੱਲ 8 ਦੇ ਦਿਓ, ਇੱਥੋਂ ਮੇਰੇ ਮੂੰਹ ਤੋਂ ਨਿਕਲੇ, ਕਹਿੰਦੇ ਪੱਕਾ ਜਮਾਲ ਦਾ ਮੈਂ ਪੱਕਾ, ਉਹ ਕਹਿੰਦੇ ਆਏ ਰਾਤ ਨੂੰ ਆਪਣੇ ਕੋਲ 10:30-11 ਵਜੇ ਆਏ ਸੀ, ਤੁਸੀਂ ਤਾਂ ਸੌਂ ਗਏ ਸੀ, ਉਡੀਕ ਕਰਦੇ ਸੀ, ਕਹਿੰਦੇ ਸੌਂਏ ਹੋ ਨਾ, ਤੁਹਾਨੂੰ ਕਹਿੰਦੇ ਉਡੀਕ ਕਰਿਓ, ਅੱਛਾ ਰਾਤ ਨੂੰ ਸੌਦਾ ਕਰਿਆ ਜੀ, ਸਿਆਲ ਦਾ ਮਹੀਨਾ ਸੀ, ਇੱਥੇ ਬਾਹਰ ਕੱਢ ਕੇ ਸੰਦੂਕ ਸੁਧਾਰ ਜਿਹਾ ਲਾ ਤਾ ਉਹਨਾਂ ਨੇ, ਬਹੁਤ ਕੁਛ ਕਰਿਆ ਜੀ, ਕੀ ਲਾ ਤਾ ਸੰਦੂਕ ਸੁਧਾਰ ਜਿਹਾ ਜੀ, ਰੰਗ ਰੁੰਗ ਜਿਹਾ, ਫਿਰ ਉਹ ਤਾਂ ਨਹੀਂ ਵੀ ਉਹ ਦੁੱਲਨ ਵਾਂਗੂ ਸਾਹਿਬ ਹੀ ਵਿਆਹ ਲਿਆ ਸੀ, ਪਤਾ ਨਹੀਂ ਸੀ ਕੀ ਕਰਿਆ ਉਹਨਾਂ ਨੇ, ਅੱਛਾ ਬਸ ਵੀ ਫਿਰ ਕਈ ਦਿਨਾਂ ਬਾਅਦ 1 ਲੱਖ ਰੁਪਏ ਦੇ ਗਏ ਸਾਨੂੰ ਤਨਖਾਹ, ਰਾਤ ਨੂੰ 1 ਲੱਖ ਦੇ ਗਏ, ਮੋਟਰਸਾਈਕਲ ਦੀ ਖੇਡ ਵੀ ਸੀ, ਅਲੇ ਬਿੰਦਰ ਵੀਰ ਕਹਿੰਦਾ ਵੀ ਆਪਾਂ ਭਜਾ ਲਈਏ ਮੋਟਰਸਾਈਕਲ ਵਾਲੀ ਖੇਡ, ਅੱਛਾ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਉਹ ਮੰਨੀ ਨੀ, ਕਹਿੰਦੇ ਵੀ ਜਿੰਨੇ ਪੈਸੇ ਤੁਸੀਂ ਮੰਗੇ ਅਸੀਂ ਤਾਂ ਉਨੇ ਹੀ ਦੇਵਾਂਗੇ, ਅਸੀਂ ਤਾਂ ਮੋਟਰਸਾਈਕਲ ਕਮਾਂਡ ਖੇਡ ਆ ਵੀ ਮੋਟਰਸਾਈਕਲ ਦੀ ਵਾਲੀ ਖੇਡ ਭਜਾਉਣੀ ਆ, ਉਹ ਕਹਿੰਦੇ ਮੋਟਰਸਾਈਕਲ ਦੇ ਪੈਸੇ ਲੈ ਲਓ ਤੁਸੀਂ 30,000 ਹੋ ਲੈ ਜੀ, ਸੌਦਾ ਹੋਏ ਤਾਂ ਬਾਅਦ ਯਾਰ ਬੰਦੇ ਬਹੁਤੇ ਦਲੇਰ ਸੀਗੇ, ਫਿਰ ਤਾਂ ਬਹੁਤ ਕਹਿੰਦੇ ਜੀ ਦੱਸ, ਕੋਈ ਤਾਂ ਨਹੀਂ ਕਹਤਾ ਵੀ ਮੁੰਡਾ ਨਹੀਂ ਮੰਨਦਾ ਯਾਰ ਪਿੰਡ ਦੀ ਖੇਡ ਆਇਆ ਫਲਾਨਾ, ਮੁੰਡੇ ਤਾਂ ਮਨਾ ਕੇ ਮਹਿੰਦਾ ਆਏ ਸੀ ਵੀ ਮੁੰਡੇ ਨੇ ਵੇਚਣਾ ਨਹੀਂ, ਨਹੀਂ ਹੁਣ ਚਲੋ ਆਪਣਾ ਸੌਦਾ ਹੋ ਗਿਆ, ਸੌਦਾ ਹੋ ਗਿਆ, ਅਗਲਾ ਕਹਿੰਦਾ ਵੀ ਲੈ ਜਾਓ ਤੁਹਾਡਾ ਵਾ, ਬੰਦਾ ਜਾਗਦਾ ਵੀ ਰਹਿੰਦਾ ਵੀ ਕੋਈ ਪਸੂਆ ਕੋਈ ਸੱਟ ਪੇਟ ਨਾ ਲੱਗ ਜਾਵੇ, ਉਹ ਤਾਂ 8 ਲੱਖ ਦਾ ਸੌਦਾ ਹੋਇਆ, ਤਾਂ ਲੈ ਗਏ ਸੀਗੇ ਜੀ ਉਹ, ਉਹਨਾਂ ਦੀ ਉਧਰ ਜਿੱਦ ਦੀ ਗਏ ਨਾ, ਅੱਛਾ ਬਾਜੀ ਬੂਜੀ ਰੱਖੀ ਸੀ ਇਹਨਾਂ ਦੀ, ਉਹਨਾਂ ਨੂੰ ਫਿਰ ਫੋਨ ਨਹੀਂ ਕੀਤਾ ਵੀ ਦੁਬਾਰਾ ਜਦ ਪਕਾ ਲਓ ਆ ਜਾਓ ਫੇਰ ਆ ਜਾਓ, ਖਬਰ ਆਏ ਜਾਣ ਜੀ, ਮੈਨੂੰ ਲੱਗਦਾ ਸ਼ੱਕ ਪੈਂਦੀ ਆ, ਅੱਛਾ ਚੱਲਦੀ ਆ ਘਰ ਕਰ ਜੀ, ਅੱਛਾ ਦੁਬਾਰਾ ਫਿਰ ਉਹਨਾਂ ਕੋਲ ਭੱਜਿਆ, ਉਹਨਾਂ ਕੋਲ ਜਾਂਦੇ ਨੇ ਬਲੈਰੋ ਜਿੱਤ ਦੀ 4 ਦਿਨਾਂ ਬਾਅਦ, ਅੱਛਾ ਬਲੈਰੋ ਗੱਡੀ ਜਿੱਤ ਦੀ ਗੱਡੀ ਜਿੱਤ ਦੀ ਜਾਂਦੇ ਨੇ 7.5-7 ਲੱਖ ਦੇ ਜਾ, ਅੱਛਾ ਫਿਰ 50,000-50,000 ਰੁਪਇਆ ਵੀਡੀਓ ਭੇਜਦੇ ਸੀ, ਅੱਛਾ ਫਿਰ ਜੀ ਉਹਨਾਂ ਨੇ 2-5-4 ਨੰਬਰ ਕਰੇ ਵਧੀਆ ਵਧੀਆ, ਉਹਨਾਂ ਦਾ ਬਸ ਜਿੱਦ ਦੀ ਉਹਨਾਂ ਨੇ ਇੱਕ ਬੋਲ ਦਾ ਵਧੀਆ ਭੱਜਦਾ ਸੀ ਕਿਸੇ ਨਾਲ ਪਿੰਡ ਦੇ ਨਾਲ, ਅੱਛਾ ਚਲੋ ਆਪਣਾ ਕਰਕੇ ਫਿਰ ਲਿੱਸਾ ਕਰਤਾ ਜੀ ਇਹਨੇ ਬਹੁਤ, ਅੱਛਾ ਫਿਰ ਜੀ ਇਹ ਇੱਧਰ ਛੱਡ ਗਏ, ਉਹ ਪਿੰਡ ਕਿਹੜਾ ਸੀ ਮੋਗੇ ਬੰਨੀ ਕਿਤੇ, ਮਾਛੀਆਂ ਛੱਡ ਗਏ ਜੀ, ਉਹ ਜੀ ਰਾਤ ਨੂੰ ਬੱਚੇ ਦੇਖਣ ਚਲੇ ਗਏ ਦਿਨੇ, ਤਾਰ ਅਸੀਂ ਸਾਹਬਾਂ ਨਾਲ ਇਹ ਵੀ ਸੀ ਨਾਲ ਹੀ, ਅੱਛਾ ਹੋਰ ਆਪਣਾ ਨਾਮ ਜਾ ਬਿੰਦਾ ਸੀ, ਅੱਛਾ ਜੀ ਉੱਥੇ ਗਏ ਜੀ ਬੱਚੇ ਦੇਖ ਕੇ, ਮੈਨੂੰ ਕਹਿੰਦਾ ਤੇਲ ਪਾਉਣ ਦਾ ਮਾਰਾ ਕਹਿਣਾ ਵੀ ਆਪਾਂ ਬਹੁਤ ਦੇਖ ਕੇ ਆਉਣਾ ਰਾਤ ਨੂੰ, ਰਾਤ ਨੂੰ ਪਾ ਕੇ ਦੇਖਾਂਗੇ ਉਹਦਾ, ਚੱਲ ਕਹਿੰਦੇ ਕਰੋ ਗੱਡੀ ਚੱਲੀ, ਮੈਂ ਤੇਲ ਪਾਉਣ ਦਾ 500 ਦਾ ਨੋਟ ਦੇ ਸਾਨੂੰ ਕੱਢ ਕੇ ਮੈਂ ਚੱਕੋ, ਚਲੋ ਕਰੋ ਗੱਡੀ, ਰਾਤ ਨੂੰ ਬਚ ਗਈ ਸਾਨੂੰ 9-10 ਉੱਥੇ ਦੇ ਦੂ ਕੇ ਆ ਗਏ, ਕੀ ਪਤਾ ਉਹਦਾ ਸੌਦਾ ਹੀ ਰਾਤ ਨੂੰ ਹੁੰਦਾ ਹੋਵੇ, ਬਹੁਤ ਹੀ ਹੈ ਜੀ ਰਾਤ ਨੂੰ ਸੌਦਾ ਕਰਨ ਵਾਲਾ, ਫਿਰ ਜੀ ਟੀਏ ਚੌਥੇ ਦਿਨ ਨਿਆਣੇ ਕਹਿੰਦੇ ਅਸੀਂ ਵੀ ਦੇਖ ਕੇ ਆਉਣਾ, ਆ ਵੀ ਉਹਦਾ ਲਿੱਸਾ ਬਹੁਤ ਕਰਤਾ ਐਂ ਕਰ, ਪਹਿਲੇ ਅਸੀਂ ਫੌਜੀ ਇਹ ਸਾਰੇ ਇਕੱਠੇ ਹੋ ਕੇ ਚਲੇ ਗਏ, ਚੱਲ ਅਸੀਂ ਦਿਖਾ ਦੇਵਾਂਗੇ ਮੁੜਿਆ, ਉਹ ਪੈਰ ਦਾ ਪਤਾ ਜੀ ਥੋੜ੍ਹਾ ਜਿਹਾ, ਅੱਛਾ ਅਤੇ ਮਾਂ ਯਾਰ ਤੁਹਾਡਾ ਤਾਂ ਬਹੁਤ ਲੰਘ ਮਾਰਦਾ, 4 ਲੱਖ ਰੁਪਇਆ ਮੰਗਣ ਉਹ, ਅੱਛਾ ਮਾਂ ਵੀ ਆਪਾਂ ਤਾਂ 1 ਲੱਖ ਰੁਪਏ ਵਾਲੇ ਗਾਹਕ ਹਾਂ, ਤੁਹਾਡਾ ਬਹੁਤ ਲੰਘ ਮਾਰਦਾ, ਥੋੜ੍ਹਾ ਮਾਰਦਾ ਵੀ ਜੀ, ਅੱਛਾ ਚੱਲ ਵੱਟੇ ਵੱਟੇ ਹੋਣੀ ਹਰਸ਼ ਹੋਣੀ ਸਾਰੇ ਦੇਖ ਕੇ ਮੁੜਿਆ ਵੀ ਉੱਧਰ ਮੁੜ ਕੇ ਆਇਆ, ਰਿਸਾ ਬੜਾ ਹੋ ਗਿਆ ਜੀ, ਅੱਛਾ ਵੀ ਟੂਈ ਜਾਂ ਤਾਂ ਹੋ ਗਈ ਜੀ, ਅੱਛਾ ਚਾਲਿਓ ਰਿਸਾ ਕਰਕੇ, ਹੁਣ ਮੈਨੂੰ ਤਾਂ ਪਤਾ ਸੀ, ਚੱਲ ਉਹ ਕਰਕੇ ਜੀ ਸਾਡਾ ਕੀ ਉਸਦੇ ਨਾਲ ਸੌਦਾ ਹੋ ਗਿਆ ਜੀ, ਅੱਛਾ ਰਾਤ ਨੂੰ ਹੋਇਆ ਸੌਦਾ ਵੀ, ਸੁਰਜੀਤ ਨੇ ਕਰਤਾ ਰਾਮੇ ਵਾਲੇ ਨੇ 1-30 ਦਾ ਲੈ ਲਿਆ ਜੀ, ਅੱਛਾ ਫੇਰ ਮੋੜ ਲੈਂਦਾ ਜੀ, ਫੇਰ ਮੋੜ ਕੇ ਤਿਆਰ ਕਰਿਆ ਜੀ ਉਹ ਦੁਬਾਰਾ, ਤਿਆਰ ਕਰਕੇ ਜੀ ਫਿਰ ਅਸੀਂ ਬਰੇਕ ਉੱਟਲੇ ਗੱਡੀ ਖੇਲਦੀ ਜੀ, ਅੱਛਾ ਅਸੀਂ ਮਹਿਮਾ ਸੰਘਣਾ ਨੇ ਜੋੜਤਾ ਜੀ ਜਾ ਕੇ, ਅੱਛਾ ਉਹਦੇ ਨਾਲ ਬਣਿਆ ਨੰਬਰ ਸਾਡਾ 30 ਜੀ, ਤੀਜਾ ਬਣ ਗਿਆ, ਤੀਜਾ ਜੀ, ਫਿਰ ਉਸ ਤੋਂ ਬਾਅਦ ਆ ਗਈ ਖੇਲ ਜੀ ਭਮਤੀ, ਅੱਛਾ ਮੈਂ ਕਹੀ ਜਮਾਂ ਕਾਲਾ ਬਾਲ ਜੋੜੋ, ਉਹ ਕਹਿੰਦੇ ਚਿੱਟਾ ਬਾਲਾ ਭੱਜੂ, ਅੱਛਾ ਫੰਦੀ ਸੀ ਜੀ ਉੱਥੇ, ਚੱਲ ਮੈਂ ਜੋੜ ਲਓ ਦੇਖੀ ਜਾਊ, ਉਦਣ ਫਿਰ ਭੱਜ ਕੇ ਜੀ ਉਹ ਫਿਰ ਮਰ ਗਿਆ ਜੀ, ਪੂਰਾ ਹੋ ਪੂਰਾ ਹੋ ਗਿਆ, ਅੰਦਰ ਕੋਈ ਫਾਲਟ ਸੀਗਾ ਜੀ, ਬਾਲ ਨੂੰ ਬਦਾਮ ਰੋਗਨ ਵੱਧ ਚਾਰਤਾ ਜੀ, ਤਾਕਤੀ ਵੱਧ ਤਾਕਤ ਵੱਧ ਦੇ ਸੀ,
ਜਿੱਤ ਗਏ ਹੋਏ ਜਿੱਤ ਗਏ ਹੋਏ ਪਹਿਲਾ ਨੰਬਰ ਦੀ ਕੋਈ ਵੀ ਚੀਜ਼ ਆਪਾਂ ਲੋੜੋਂ ਵੱਧ ਖਾ ਲਈਏ ਤਾਕਤ ਭਰ ਦਈਏ ਤਾਂ ਉਨੀ ਮਿਹਨਤ ਹੋਵੇ ਨਾ ਤਾਂ ਉਹ ਫਿਰ ਖਤਰੇ 'ਚ ਹੀ ਹੋ ਜਾਂਦੀ ਹੈ ਗੱਲ ਚਲੋ ਹੋ ਜਾਣੀ ਫਿਰ ਪੂਰਾ ਹੋ ਹਾਂ ਪੂਰਾ ਹੋ ਚਲੋ ਫਿਰ ਉਦੋਂ ਬਾਅਦ ਆਹ ਕਿੱਥੇ ਦੀ ਆ ਮੋਟਰਸਾਈਕਲ 80 ਪਿੰਡ ਪਹਿਲਾਂ ਜਿੱਤਿਆ ਜੀ ਜਿਆਦਾ ਆਪਾਂ ਸਕੂਟਰ ਜਿੱਤ ਕੇ ਮੋਟਰਸਾਈਕਲ ਜਿੱਤਿਆ ਜੀ ਫਿਰ ਸਕੂਟਰ ਜਿੱਤ ਕੇ ਫਿਰ ਇਹ 80 ਇਹ ਕਿਹੜਾ ਬਾਲ ਸੀਗਾ ਇਹ ਤਖਰਾਂ ਵਾਲਾ ਜੀ ਜਿਹੜਾ ਉਹਨਾਂ ਤੋਂ ਲਏ ਤਖਰਾਂ ਵਾਲਾ 2 ਲੱਖ ਦਾ ਲੱਦੇ ਹੋਣਾ ਤੋਂ ਲੱਦੇ ਹੋਣਾ ਤੋਂ ਹਾਂ ਯਾਨੀ ਉਹਨੇ ਮੋਟਰਸਾਈਕਲ ਜਿੱਤਤਾ ਹਾਂ ਜੀ 2 ਲੱਖ 'ਚ ਮੋਟਰਸਾਈਕਲ ਜਿੱਤ ਹੋਇਆ ਜੀ ਫਿਰ ਚਲੋ ਇਹ ਤਾਂ ਹੁਣ ਜੇ 7 ਲੱਖ ਵਾਲਾ ਸਕਾਰਪੀਓ ਜਿੱਤਦਾ ਤਾਂ 2 ਲੱਖ ਵਾਲਾ ਮੋਟਰਸਾਈਕਲ ਵੱਡੀ ਗੱਲ ਹੀ ਆ ਕਿਉਂ ਬਿੱਲੇ 8 ਲੱਖ ਵਾਲੇ ਨੇ ਸਕਾਰਪੀਓ 2 ਲੱਖ ਵਾਲੇ ਨੇ ਮੋਟਰਸਾਈਕਲ ਰੇਸ਼ੋ ਤਾਂ ਠੀਕ ਆ ਨਾ ਫਿਰ ਵੇਚਣ ਦੀ ਕੀ ਲੋੜ ਸੀ ਕਿ ਜੇ ਮੈਂ 2 ਲੱਖ ਦਾ ਲੈਣਾ ਸੀ ਫਿਰ ਹਾਂਜੀ ਫਿਰ ਵੇਚਣ ਦੀ ਕੀ ਲੋੜ ਹੈ ਭੱਜਦਾ ਨਹੀਂ ਜੀ ਉਹਨਾਂ ਅੱਛਾ ਜਾਂ ਲੋ ਲੱਗ ਜਾਂਦਾ ਲਹੂ ਮੂੰਹ ਨੂੰ ਕਾਨੂੰ ਹੈਟ ਹੁੰਦਾ ਫਿਰ ਤਾਂ ਉਹ ਆਪਣੇ ਤਾਰਬਾਈ ਵਾਲੀ ਗੱਲ ਹੋ ਗਈ ਸੀ ਹਾਂਜੀ ਹਾਂ ਭਈਆ ਫਿਰਦੇ ਆ ਬੱਟਾਂ ਦੇ ਹਾਂ ਉਹ ਵੀ ਕਹਿੰਦੇ ਹੁਣ ਬਹੁਤ ਲੈ ਕੇ ਹੀ ਆਵਾਂਗੇ ਵੇਖੀ ਉਹਨਾਂ ਚਲਾਉਂਦਾ ਨਹੀਂ ਸੀ ਫਿਰ ਤੁਹਾਨੂੰ ਵੀ ਕਰਦੇ ਹੋਣ ਵੀ ਆ ਬਿੰਦਰ ਫਿਰਦਾ ਆ ਦੇ ਸੂਏ ਦੇ ਬੰਦੀ ਤੇ ਖੜਾ ਹੈ ਨਾ ਹੁੰਦਾ ਹੀ ਆ ਚਲੋ ਚਾਹੇ ਲੈਣ ਹੀ ਜਾਂਦੇ ਆ ਉਹ ਲੈਣ ਹੀ ਆਪਾਂ ਵੇਚ ਲਿਆ ਲੈਣ ਜਾਂਦੇ ਆ ਦੇਖਣ ਜਾਂਦੇ ਆ ਆ ਹੋ ਗਿਆ ਜੀ ਬਹੁਤ ਤਿਆਰ ਦੁਬਾਰਾ ਜੀ ਭਾਉ ਜਿਹੜਾ ਮਰ ਗਿਆ ਜੀ ਅੱਛਾ ਇਹ ਕਿਹੜਾ ਬਹੁਤ ਦਾ ਭਮੱਦੀ ਜੀ ਉਹੀ 8 ਲੱਖ ਵਾਲਾ ਮਾਗੀ ਵਾਲਾ ਮਾਗੀ ਵਾਲਾ ਜੀ ਮਾਗੀ ਵਾਲਾ ਅੱਛਾ ਆ ਉਹਨਾਂ ਦਾ ਹੀ ਮਹਿਮਾ ਸਿੰਘ ਵਾਲਾ ਦਾ ਕੰਮੇ ਬਲਾਲੇ ਦਾ ਕੰਮੇ ਬਾਈ ਦਾ ਬਲਾਲੇ ਵਾਲੇ ਦਾ ਅੱਛਾ ਇਹ ਨੰਬਰ ਪਹਿਲਾਂ ਸੀ ਸਾਡਾ ਭਮੱਦੀ ਭਮੱਦੀ ਕੰਮੇ ਨਾਲ ਤੇ ਦੀ ਫੋਟੋ ਆ ਜੀ ਅੱਛਾ ਉਹ ਆਉਂਦੀ ਆ ਭਮੱਦੀ ਵਾਲੇ ਦੀ ਠੀਕ ਆ ਤੇ ਇਹ ਫਿਰ ਤਿਆਰ ਕਰਿਆ ਹਾਂ ਤਿਆਰ ਕਰਕੇ ਜੀ ਫਿਰ ਥੋੜਾ ਟਾਈਮ ਰਿਹਾ ਜੀ ਆਪਣੇ ਕੋਲ ਅੱਛਾ 3 ਕੁ ਮਹੀਨਿਆਂ ਦੇ ਵਿੱਚ ਜਾਣ ਦੀ ਆਹ ਕੰਮ ਹੋ ਗਿਆ ਜੀ ਅੱਛਾ ਫਿਰ ਜਾਣੀ ਲਿਆਉਂਦੇ ਹਰੇਕ ਸਾਲ 1-2 ਬੱਚੇ 3 ਬੱਚੇ ਲਿਆਉਣੇ ਲਿਆਉਣਾ ਵਾਲਾ ਇਹਦੀ 2 ਨਹੀਂ ਲਿਆਉਂਦੇ ਅੱਛਾ ਹਾਂ ਜੀ ਪਾਲਣੇ ਨੇ ਪਹਿਲਾਂ ਅੱਛਾ ਇਹ ਦੇਖਣਾ ਢਾਬਾ ਨੂੰ ਜੇ ਕੋਈ ਉੱਡ ਕੇ ਆ ਵੀ ਗਿਆ ਫਿਰ ਲੈ ਵੀ ਲਈਦਾ ਜੀ ਜੇ ਕੋਈ ਆ ਗਿਆ ਜੀ ਉਹ ਅਖਰ ਜਾ ਗਿਆ ਲੋਟ ਮਿਲਦਾ ਹੋਇਆ ਜੀ ਭਾਅ 'ਚ ਵੱਧ ਪੈਸੇ ਨਹੀਂ ਲੱਗੇ ਆਪਾਂ ਪਰ ਚਲੋ ਹੁਣ ਤਾਂ ਬਾਬੇ ਦੀ ਕਿਰਪਾ ਸ਼ਹਿਰ 'ਚ ਕਰੋੜ ਵਾਲੀ ਇੱਥੇ ਬੈਠੇ ਹੋ ਹੁਣ ਹੁਣ ਭਾਤ ਕਾਹਦਾ ਉਹ ਤਾਂ ਪਹਿਲੇ ਟਾਈਮ ਲੰਘ ਗਿਆ ਸਕੂਟਰ ਸਕਾਟਰ ਵਾਲੇ ਹੁਣ ਤਾਂ 4 ਘੜੇ ਵਾਲੀ ਕਾਰ ਖੜੀ ਆ ਨਹੀਂ ਹੁਣ ਬਿੰਦਰ ਭਾਈ ਹੁਣ ਕਾਹਨੂੰ ਕੰਜੂਸੀ ਆ ਸੋਨੇ ਵਰਗੇ ਮੁੰਡੇ ਆ ਮੁੰਡੇ ਤਾਂ ਹੈਗੇ ਹੀ ਸੋਨੇ ਵਾਲੇ ਹੁਣ ਪੈਸੇ ਬਾਹਲੇ ਮੰਗਦੇ ਨਹੀਂ ਲੋਕ ਪੈਸੇ ਤਾਂ ਤੁਸੀਂ 13-8 ਲੱਖ ਦਾ ਵੇਚਿਆ ਉਹਦੇ ਹਿਸਾਬ ਨਾਲ ਤਾਂ ਅਜੇ ਥੋੜ੍ਹਾ ਹੀ ਮੰਗਦੇ ਹੋ ਹੈ ਐਂਦਾ ਜੀ ਕਚੈਲੀ ਵਾਈ ਕਚੈਲੀ ਵਾਈ ਨਾਲ ਸਾਂਝਾ ਲੈ ਕੇ ਵੇਚਿਆ ਜੀ ਜ਼ਿਆਦਾ ਲੈ ਕੇ ਭਾਗੋ ਮੇਰੇ 10 ਨੂੰ ਵੇਚਿਆ ਦੀ 3 ਲੱਖ ਦਾ ਜੀ ਜ਼ਿਆਦਾ ਉਦੋਂ ਜੀ ਠੀਕ ਆ ਹਾਂਜੀ ਮੈਨੇ ਫਿਰ ਗੱਲ ਚਲੋ ਇਹ ਫਿਰ ਸਿਲਸਿਲਾ ਚੱਲਦਾ ਗਿਆ ਹਾਂਜੀ ਇਹ ਉਹ ਬੋਲਦਾ ਇਹ ਆ ਉਹੀ ਬੋਲਦਾ ਉਹੀ ਹੋਈ ਜੀ ਉਹ ਦਿਨ ਨਹੀਂ ਭੁੱਲਣੇ ਜੋ ਤੇਰੇ ਨਾਲ ਗੁਜ਼ਾਰੇ ਸੋ ਸਹੀ ਗੱਲ ਆ ਜੋ ਯਾਦਾਂ ਜੁੜ ਜਾਂਦੀਆਂ ਪਸ਼ੂਆਂ ਨਾਲ ਹਾਂਜੀ ਫਿਰ ਉਹ ਨਹੀਂ ਭੁੱਲਦੇ ਹਨਾ ਇਹ ਆ ਬੱਚਾ ਲਿਆ ਜੀ ਹਾਂ ਇਹ ਕਿਹੜੇ ਸੰਦੀ ਗੱਲ ਆ ਇਹ ਉਹ ਜਿੱਤੇ ਦੀ ਬਰਕਾ ਕਰ ਰਹੇ ਨੇ ਪਾਲਿਆ ਸੀ ਆਉਂਦੇ ਜਿੱਤੇ ਮਨਪ੍ਰੀਤ ਸਰਪੰਚ ਦੇ ਨਾਨਕੀ ਮਨਪ੍ਰੀਤ ਸਰਪੰਚ ਦੇ ਨਾਨਕੀ ਜਿੱਤਿਆ ਦੀ ਇਹ ਗੱਲ ਗੱਲਾਂ ਚੈਲੀ ਨਾਲ ਕਾਲਾ ਸਾਂਝਾ ਦੀ ਜਿਹੜਾ ਇਹ ਹਾਂਜੀ ਇਹ ਜਿਸ ਕਾਰਨ ਕੋਲੇ ਨਾ ਬਲਕਾਰ ਬਲਕਾਰ ਕੋਲੇ ਅੱਛਾ ਫਿਰ ਇਹ ਭਜਾਇਆ ਜੀ ਅੱਛਾ ਇਹ ਭਜਾ ਕੇ ਫਿਰ ਜੈਲੀ ਸਾਡੇ ਕੋਈ ਇੱਕ ਹੋਰ ਛੱਡ ਗਿਆ ਉਹ ਜਿਹੜਾ ਮਰ ਗਿਆ ਜੀ ਹੁਣ ਬੱਚਾ ਅੱਛਾ ਉਹ ਯਾਰ ਉਹ ਫਿਰ ਇਕੱਠੇ ਭਜਾਉਂਦੇ ਰਹੇ ਨੰਬਰ ਕਰਦੇ ਰਹੇ ਨੇ ਇਹ ਵੀ ਨੰਬਰ ਕਰਦੇ ਇਹ ਵੀ ਕਰਦੇ ਰਹੇ ਕਾਲੇ ਨਾਲ ਕਾਲੇ ਨਾਲ ਇਹ ਉਧਰੋਂ ਮਿੰਦਰ ਭਾਈ ਤੁਹਾਨੂੰ ਤਾਂ ਹੁਣ ਮੰਨ ਲਓ ਤੁਸੀਂ ਭਜਾਉਨੇ ਵੀ ਹੋ ਹਾਂਜੀ ਕੀ ਪਰਖ ਦੇਖ ਕੇ ਲੈਨੇ ਉਧਰੋਂ ਉਧਰਾਂ ਜਾਤ ਜੂ ਦੇਖ ਲਈਦੀ ਆ ਜੀ ਛੁੱਕਾ ਸੱਕਾ ਕੋਈ ਹਾਂ ਕੰਬਲੀ ਕੁੰਬਲੀ ਨਾ ਹੋਵੇ ਜੀ ਕੰਨ ਛੋਟੇ ਹੋਣ ਹਾਂ ਲਖ ਲਖ ਖੋਲਾ ਪੈਰ ਪੂਰ ਸਦੇ ਹੁਣ ਬਸ ਇਹਨਾਂ ਦਾ ਹੀ ਗੱਲਾਂ ਦੇਖਣੀਆਂ ਜੀ ਅੱਛਾ ਹਾਂਜੀ ਨਹੀਂ ਮੰਨ ਲਓ ਇੰਨੇ ਲਿਆਉਣੇ ਤੁਸੀਂ ਦੇਖ ਕੇ ਲਿਆਉਣੇ ਹੋ ਹਾਂਜੀ ਫਿਰ ਭੱਜ ਤਾਂ ਕਈ ਮੋਟੇ ਮਾਟੇ ਵੀ ਜਾਂਦੇ ਆ ਬਹੁਤ ਮੋਟੇ ਭੱਜ ਜਾਂਦੇ ਨੇ ਕਈ ਫਿਰ ਉਹ ਵਜ੍ਹਾ ਇਹ ਤਾਂ ਜੀ ਲੋਟ ਆਏ ਦਾ ਕੰਮ ਜਾਨੀ ਉਹ ਪਰਖ ਵਾਲੀਆਂ ਗੱਲਾਂ ਖਤਮ ਹੋ ਗਈਆਂ ਪਰਖ ਪੁਰਖ ਦੇਖੋ ਲੈਂਦਾ ਤਾਂ ਹਰੇ ਹੁਣ ਆਪਣਾ ਮੁੰਡਾ ਸੋਨੇ ਵਰਗੇ ਬੈਠੇ ਆ ਕੋਈ ਵੀ ਦੇਖਣ ਕਰਨ ਆਵੇ ਮੁੰਡੇ ਦਾ ਜੱਟਾਂ ਦਾ ਹੀ ਆ ਹਾਂਜੀ ਹਾਂਜੀ ਅਗਲਾ ਸੋਹਣਾ ਸੁਨੱਖਾ ਤਾਂ ਦੇਖਦਾ ਗਾਹਾਂ ਭੌਰੀ ਫੜੀ ਵੱਡੇ ਨਾ ਵੱਡੇ ਹਾਂ ਵੱਡੇ ਜੀ ਇਹ ਤਾਂ ਕਿਸਮਤ ਆ ਜੀ ਨਾ ਬਾਕੀ ਮਿਹਨਤ ਆ ਜੀ ਮਿਹਨਤ ਬਾਕੀ ਮਿਹਨਤ ਤਾਂ ਸਾਰੀ ਕਰਦੇ ਆ ਹਾਂਜੀ ਨਿਕਲਣਾ ਹੁਣ ਮੇਰੇ ਖਿਆਲ ਵੀ ਜੇ ਆਪਾਂ ਰੇਸ਼ੋ ਲਾਈਏ ਪੰਜਾਬ 'ਚ 1 ਦਿਨ ਬਾਅਦ 1 ਗੱਡੀ ਆਉਂਦੀ ਹੋਊ ਬਲਦਾਂ ਦੀ ਬੱਚਿਆਂ ਦੀ ਤਕਰੀਬਨ ਆ ਜਾਂਦੀ ਆ ਹਫ਼ਤੇ ਦੇ ਵਿੱਚ ਵਿੱਚ ਹਫ਼ਤੇ 'ਚ 1 ਗੱਡੀ ਆਉਂਦੀ ਆ ਜੀ ਕਿੰਨੇ ਹੁੰਦੇ ਆ ਉਹਦੇ 'ਚ ਉਹਦੇ 'ਚ ਹੁੰਦੇ ਨੇ ਜੀ ਜੇ ਬੜੀ ਗੱਡੀ ਹੋਈ ਜੀ 16-17 ਪਾ ਲੈਂਦੇ ਨੇ ਅੱਛਾ ਨਹੀਂ 12-13 ਪਾ ਲੈਂਦੇ ਜਾਣੀ ਮਹੀਨੇ 'ਚ ਤੁਸੀਂ ਮੰਨੋ ਬਈ 70-80 ਬੱਚੇ ਆ ਜਾਂਦੇ ਆ 1 ਮਹੀਨੇ 'ਚ ਤਿਆਰ ਸਭ ਤਿਆਰ ਕਰਨ ਨੂੰ ਵੀ ਲਿਆਉਂਦੇ ਆ ਹਾਂਜੀ ਹਾਂਜੀ ਹੈ ਨਾ ਤਿਆਰ ਕਰ ਸ਼ੌਂਕ ਬਹੁਤ ਜ਼ਿਆਦਾ ਵੱਧ ਗਿਆ ਜੀ ਹੁਣ ਨਵੇਂ ਮੁੰਡੇ ਬਹੁਤ ਉੱਠ ਖੜੇ
ਨਵੇਂ ਸਾਰਾ ਜੂਥ ਹੀ ਬੈਠਾ ਇਹਦੇ ਚ ਕੀ ਨਵਿਆਂ ਨੂੰ ਕੀ ਇਹਦੇ ਚ ਚਸਕਾ ਲੱਗ ਗਿਆ ਕੀ ਪਤਾ ਜੀ ਹੁਣ ਫਿਰ ਸ਼ਹਿਰ ਚ ਬੈਠੇ ਹੋ ਅਮੀਰ ਸ਼ਹਿਰ ਚ ਬੈਠੇ ਹੋ ਇਹ ਤਾਂ ਹੁਣ ਇਹ ਤਾਂ ਚਲੋ ਤੁਹਾਡਾ ਤਾਂ ਖਾਨਦਾਨੀ ਸ਼ੌਂਕ ਹੋ ਗਿਆ ਪੁਰਾਣਾ ਹੋ ਗਿਆ ਉਹ ਤਾਂ ਪੁਰਾਣਾ ਹੋ ਗਿਆ ਵੈਸੇ ਜਿਹੜੇ ਹੁਣ ਨਵਾਂ ਯੂਥ ਆ ਗਿਆ ਹੋਰ ਪਿੰਡਾਂ ਵਾਲੇ ਵੀ ਬਹੁਤ ਨਵੇਂ ਮੁੰਡੇ ਆ ਗਏ ਉਹ ਸ਼ੌਂਕ ਪੈਸੇ ਕਰਕੇ ਤਾਂ ਹਰੇਕ ਦਾ ਤਾਂ ਨਿਕਲਣਾ ਨਹੀਂ ਨਿਕਲਣਾ ਜੀ ਹਰੇਕ ਦਾ ਤਾਂ ਨਿਕਲਣਾ ਨਹੀਂ ਮੰਨ ਲਓ 150 ਗੱਡੀ ਭਜਦੀ ਆ ਉਹਦੇ 'ਚ 3-4 ਬੱਚੇ ਹੀ ਚਮਕਦੇ ਆ ਥੋੜ੍ਹੇ ਚਮਕਦੇ ਨਹੀਂ 3-4 ਕੀ ਜਿਹੜੇ ਮੂਹਰੇ ਸਟਾਰ ਆ ਉਹ ਤਾਂ ਉਨੇ ਕੀ ਚਮਕਦੇ ਆ ਦੂਜਿਆਂ ਨਾਲ ਉਹ ਆ ਪਾਲਦੇ ਆ ਚਲੋ ਮਿਹਨਤ ਕਰਦੇ ਆ ਕਿ ਸ਼ੌਂਕ ਹੀ ਇੰਨਾ ਵੀ ਪੁਰਾਣਾ ਵਿਰਸਾ ਹੀ ਆ ਜੁੜਿਆ ਹੁਣ ਤਾਂ ਲੋਕਾਂ ਨੂੰ ਸ਼ੌਂਕ ਵੱਧ ਗਿਆ ਸ਼ੌਂਕ ਬਹੁਤ ਬਹੁਤ ਹੋ ਗਿਆ ਉਹਦਾ ਫਰਕ ਆ ਚਲੋ ਇਸ ਤਰ੍ਹਾਂ ਫਿਰ ਆਹ ਬੱਚਾ ਇਹ ਵੀ ਉਹੀ ਆ ਜੀ ਬੜੇ ਬੜਦਾਂ ਛੱਲਿਆ ਜੀ ਇਹ ਬੜੇ ਬੜਦਾਂ 'ਚ ਬਲਜੀਤ ਸਿੰਘ ਕੁਹਾੜਾ ਕਿੰਦੀ ਕੁੱਲੇਆਲ ਖੇਡ ਮੇਲਾ ਖੇੜੀ ਹਾਂਜੀ ਹਾਂਜੀ ਅੱਛਾ ਇਹ ਨੰਬਰ ਆ ਤਾਰ ਨੇ ਲਿਆ ਸੀ ਜੀ ਦੋ ਰੱਖਣਾ ਤੋਂ ਉਪਣਾ ਤੋਂ ਤਾਰ ਬਾਈ ਸਾਹ ਬਣੇ ਵਾਲਾ ਅੱਛਾ ਨਾਲ ਜੁੜਿਆ ਜੀ ਅੱਛਾ ਇਹ ਵੀ ਬਥਰਾ ਜਿੱਤੇ ਹੀ ਬੋਲ ਸਾਡੇ ਕੋਲ ਅੱਛਾ ਮੋਟਰਸਾਈਕਲ ਇਹਨੇ ਵੀ ਦੋ ਤਿੰਨ ਦੋ ਤੋਂ ਦੋ ਜਿੱਤੇ ਦੋ ਜਿੱਤੇ ਜੀ ਦੋ ਮੋਟਰਸਾਈਕਲ ਜਿਵੇਂ ਗੁਰਵਿੰਦਰ ਉਹਨਾਂ ਨੂੰ ਦਿੱਤਾ ਗੁਰਵਿੰਦਰ ਉਹਨਾਂ ਦਿੱਤਾ ਸੀ ਵਾਲਾ ਨੂੰ ਇਹ ਇਹ ਬੱਚਾ ਉਹ ਆ ਜਿਹੜਾ ਗੁਰਵਿੰਦਰ ਹੋਣਾ ਕਿੱਥੇ ਕਿੱਥੇ ਮੋਟਰਸਾਈਕਲ ਜਿੱਤੇ ਇੱਕ ਪਿਛੌੜੀ ਜਿੱਤਿਆ ਜੀ ਇੱਕ ਹਾਂ ਇੱਕ ਜਿੱਤਿਆ ਉਹ ਕਿਹੜਾ ਬੰਦਾ ਦੋ ਜਿੱਤਿਆ ਨਹੀਂ ਇੱਕ ਬਲਾਲੇ ਬਲਾਲੇ ਖੇਡ ਬੰਦ ਹੋ ਗਈ ਖੇਡ ਬੰਦ ਹੋ ਗਈ ਉਹ ਤਾਂ ਫਿਰ ਬੰਦ ਹੋ ਗਈ ਹਾਂਜੀ ਫਿਰ ਬੰਦ ਹੋਈ ਦਾ ਜਿੱਤਿਆ ਕਹਦਾ ਹੁੰਦਾ ਕਿਹੜਾ ਤੁਹਾਡੇ ਘਰੇ ਤੇ ਨਹੀਂ ਨਾ ਬੰਦ ਹੁੰਦੀ ਫਿਰ ਤਿੰਨ ਮੋਟਰਸਾਈਕਲ ਵਾਲੇ ਇਹ ਨਾ ਦਬ ਇਹ ਤਾਂ ਗੱਲ ਆ ਵੀ ਉਹ ਤਾਂ ਹੁਣ ਗਿਣਤੀ 'ਚ ਨਹੀਂ ਰਿਹਾ ਹੈ ਨਾ ਵੀ ਉਹ ਤਾਂ ਅੱਛਾ ਜਾਣੀ ਉਦੋਂ ਤਾਂ ਹਜੇ ਖੇਡ ਰਹਿੰਦੀ ਸੀ ਰਹਿੰਦੀ ਸੀ ਹਜੇ ਚਲੋ ਉਹ ਤਾਂ ਦੋ ਸ਼ਿਫਟਾਂ ਭੱਜੀਆਂ ਸੀ ਯਾਨੀ ਉੱਥੇ ਪਿਛੌੜੀ ਇਹ ਜਿੱਤੇ ਆ ਵੀਰਵਿੰਦਰੀ ਉਹਨਾਂ ਦੇ ਹੋਣੀ ਉਹਨਾਂ ਦੇ ਕਿਹੜਾ ਇਕੱਠੇ ਹੀ ਕਿਹੜਾ ਆਪਣਾ ਪੂਰਾ ਹੋ ਗਿਆ ਜੀ ਅੱਛਾ ਆਹ ਇਹ ਕੋਟ ਗੰਗੂਰਾ ਇਹ ਵੀ ਮੋਟਰਸਾਈਕਲ ਜਿੱਤੇ ਹੋਇਆ ਮੋਟਰਸਾਈਕਲ ਜਿੱਤਿਆ ਜੀ ਅੱਛਾ ਇਹ ਇਹ ਕਾਲਾ ਕਿਹੜਾ ਇਹ ਕਕਰਾਲੀ ਵਾਲਾ ਜੀ ਬੈਲੀ ਕਕਰਾਲੀ ਵਾਲਾ ਠੀਕ ਆ ਇਹ ਉਹਦੇ ਨਾਲ ਫਿਰ ਕੋਟ ਗੰਗੂਰਾ ਇਹ ਕਿਹੜੇ ਸਾਂਦੀ ਆ 2018 ਚ ਉੱਥੇ ਮੋਟਰਸਾਈਕਲ ਜਿੱਤਿਆ ਮੋਟਰਸਾਈਕਲ ਜਿੱਤਿਆ ਯਾਦਾਂ ਸਾਰੀਆਂ ਸਮਝੇ ਹੋਏ ਆ ਇਹ ਖੇਡ ਮੇਲਾ ਹੇੜੀਆਂ ਇਹ ਬੱਚੇ ਹਾਂਜੀ ਇਹ ਕਰਕੇ ਮੇਰੇ ਨਾਲ ਪਹਿਲੀ ਗਿਰ ਗਏ ਸੀ ਹੇੜੀਆਂ ਵਾਲੇ ਇਹ ਪਰ ਮੈਨੂੰ ਉਹਨਾਂ ਨੇ ਦੁਬਾਰੇ ਦੱਸਿਆ ਅੱਛਾ ਆਹ ਕਿਹੜਾ ਵਾ ਇਹ ਹੇੜੀਆਂ ਵਾਲਾ ਕੀ ਕਹਿੰਦਾ ਵਾ ਰਫਾਲ ਇਹ ਰਫਾਲ ਆਹ ਬੱਚਾ ਲਵੀਰ ਵਾਲਾ ਹਾਂਜੀ ਬਿਲਕੇ ਜਿੱਤ ਗਿਆ ਜੀ ਇਹ ਬਿਲਕੇ ਮੋਟਰਸਾਈਕਲ ਖੀਰਾ ਦੀ ਜ਼ਿਆਦਾ ਉਦੋਂ ਖੀਰਾ ਸੀ ਖੀਰਾ ਸੀ ਇਹ ਬਾਈ ਉਹਦੇ ਨਾਲ ਜਿੱਤਿਆ ਸੀ ਗੋਗੀ ਨਾਲ ਗੋਗੀ ਹਰੀਪੁਰ ਵਾਲੇ ਨਾਲ ਅੱਛਾ ਤੇ ਇਹ ਰਫਾਲ ਉਦੋਂ ਇਹ ਤਾਂ ਦੁੱਗਾ ਹੀ ਸੀ ਇਹ ਦੁੱਗਾ ਸੀ ਅੱਛਾ ਤੁਹਾਡੇ ਵਾਲਾ ਇਹ ਦੁੱਗਾ ਸੀ ਦਾਦਾ ਖੀਰਾ ਦੀ ਉੱਥੇ ਫਿਰ ਇਹ ਹੇੜੀਆਂ ਜਿੱਤ ਹੇੜੀਆਂ ਮੈਨੂੰ ਦੁਬਾਰੇ ਬਹੁਤ ਦੱਸਿਆ ਚੌਥਾ ਨੰਬਰ ਬਣਿਆ ਚੌਥਾ ਬਣਿਆ ਕਰਕੇ ਫਿਰ ਨਾ ਪਹਿਲੀ ਵਾਰ ਗਏ ਬਲਕੇ ਤਾਂ ਬਿਲਕੇ ਮੋਟਰਸਾਈਕਲ ਇਹ ਜਿੱਤੇ ਆ ਹਾਂਜੀ ਉੱਥੇ ਜਿੱਤ ਗਏ ਅੱਛਾ ਬਿੰਦਰ ਬਾਈ ਬੜੇ ਮਾਣ ਸਨਮਾਨ ਤੁਹਾਨੂੰ ਮਿਲੇ ਆ ਸਤਿਕਾਰ ਦੇ ਨਾਲ ਅਤੇ ਖੇਡ ਤੋਂ ਸੈਟਿਸਫਾਈ ਹੋ ਪੂਰੇ ਸਿਸਟਮ ਪਰ ਇੱਕ ਗੱਲ ਆ ਜੀ ਬਾਲ ਥੋੜ੍ਹੀ ਜਿਹੀ ਘੱਟ ਰੱਖਦੇ ਨੇ ਜੀ ਬਾਲ ਥੋੜ੍ਹੀ ਬੜੀ ਰੱਖਣੀ ਚਾਹੀਦੀ ਹੈ ਬੜੇ ਬੜੇ ਤੁਸੀਂ ਕਿੰਨੀ ਪਿੰਡ ਰੱਖੀ ਅਸੀਂ ਤਾਂ ਜੀ 27 'ਚ ਵੀ ਭਜਾਏ ਨੇ ਜੀ ਬਾਅਦ 'ਚ ਬਾਅਦ 'ਚ ਸਾਡੇ ਰਾਹ ਛੋਟਾ ਆ ਜਾਂਦਾ ਜੀ ਘੱਟ ਵੀ 23 'ਚ ਭਜਾਏ ਨੇ ਫਿਰ ਹੁਣ ਇਹ ਤਾਂ ਗੱਲਾਂ ਉਹ ਰਹਿ ਗਈਆਂ ਬਈ 62-23 ਜਿੱਥੇ ਜਿਹੋ ਜਿਹਾ ਰਾਹ ਵਾ ਹੋਰ ਹੋਰ ਜੀ ਬਾਲ 27-28 ਦਾ ਚਾਹੀਦੀ ਹੈ ਇੰਨੀ ਚਾਹੀਦੀ ਹੈ ਨਾ ਜਿਹੜੇ ਬੰਦੇ ਵੱਧ ਨੇ ਜੀ ਉਹ ਧੱਕੇ ਨਾਲ ਗੱਡੀ ਲਾ ਜਾਂਦੇ ਨੇ ਯਾਨੀ ਉੱਥੇ ਉਹ ਟਸਰਬਾਜੀ ਵੱਜਦੀ ਹੈ ਉੱਥੇ ਟਸਰਬਾਜੀ ਵੱਜਦੀ ਹੈ ਜੀ ਵੱਜਦੀ ਆ ਅੱਛਾ ਉੱਥੇ ਜੇ ਸਿਸਟਮ ਵਾਈ ਹੋ ਜਾਵੇ ਜੀ ਉਹਦਾ ਸ਼ਿਫਟ ਦੀ ਸ਼ਿਫਟ ਆ ਇਹ ਕੋਈ ਹੋਵੇ ਨਾ ਐਂਟਰੀ ਦੇ ਹਿਸਾਬ ਨਾਲ ਐਂਟਰੀ ਦੇ ਹਿਸਾਬ ਨਾਲ ਹਾਂਜੀ ਕਿਵੇਂ ਵੀ ਰੌਲਾ ਨਾ ਪਾਵੇ ਕੋਈ ਕੁਛ ਨਾ ਐਂਟਰੀ ਕਿਵੇਂ ਵੀ ਐਂਟਰੀ ਜਿਵੇਂ ਜੀ ਪਹਿਲਾ ਨੰਬਰ ਵਾਲਾ ਪਹਿਲੇ ਤੇ ਜੋੜੂ ਦੂਆ ਦੂਏ ਤੇ ਜੋੜੂ ਐਂ ਜੀ ਅੱਛਾ ਜਿਵੇਂ 20 ਭੇਜਤੀਆਂ ਜੀ 20 ਉਦੋਂ ਗਾਹਾਂ ਭੇਜਤੀਆਂ ਅੱਛਾ ਇੱਕਣ ਜੀ ਉਵੇਂ ਫਿਰ ਰੁਕਣਾ ਗਾਹ ਨਹੀਂ ਪੈਂਦਾ ਜੀ ਯਾਨੀ ਇਹ ਵੀ ਹੈਗਾ ਵਾ ਗੱਲ ਉੱਧਰ ਥੋੜੇ ਸਿਆਣੇ ਬੰਦੇ ਜਾਗ ਜਾਂਦੇ ਨਵੇਂ ਮੁੰਡੇ ਹਾਂਜੀ ਹਾਂਜੀ ਠੀਕ ਠੀਕ ਉੱਥੇ ਤਾਂ ਗੱਲ ਪੈਂਦੇ ਨੇ ਜੀ ਜਿਹਦਾ ਜੋਰ ਆ ਮਾੜਾ ਜਿਹਾ ਉਹੀ
ਧੱਕੇ ਨਾਲ ਲਾ ਕੇ ਖੜ ਜਾਂਦਾ, ਉਹਦੇ ਨਾਲ ਖੜ ਜਾਂਦਾ। ਕਿੰਨੇ ਮੋਟਰਸਾਈਕਲ ਜਿੱਤ ਗਏ ਕੁੱਲ ਤੁਸੀਂ? ਚਲੋ ਪੰਜ ਪੰਜ ਮੋਟਰਸਾਈਕਲ ਦਿੱਤੇ ਤੁਹਾਨੂੰ। ਕਿੱਥੇ ਕਿੱਥੇ ਮਾਨ ਸਨਮਾਨ ਸਪੈਸ਼ਲ ਮਿਲੇ ਵੀ ਹਾਂ ਬਿੰਦਰ ਕਹਾੜੀ ਦਾ ਆਪਾਂ ਸਨਮਾਨ? ਪਹਿਲਾਂ ਕਰਿਆ ਜੀ, ਹੁਣ ਤਾਂ ਕਿਸੇ ਨੇ ਕਰਿਆ ਨਹੀਂ। ਉਹ ਤਾਂ ਚੜ੍ਹਦੀ ਤੇ ਜਦੋਂ ਜਿਹੜਾ ਕੰਮ ਕਰਦੇ ਸੀ ਭਜਾਉਂਦਾ ਸੀਗਾ ਜੀ, ਜਦ ਬਥੇਰਾ ਕਰਿਆ ਜੀ। ਅੱਛਾ ਹਾਂਜੀ, ਇਹਦਾ ਸਾਧ ਸਾਹਿਬ ਨੇ ਮੁੰਦੀ ਪਾਈ ਸੀ, ਘੁੱਲੇ ਵਾਲੀਆਂ ਨੇ ਮੁੰਦੀ ਪਾਈ ਸੀ। ਅੱਛਾ, ਇੱਕ ਚੈਲੀਆਂ ਤੋਂ ਮੁੰਦੀ ਆਈ ਸੀ। ਅੱਛਾ, ਮੁੰਦੀਆਂ 6-7 ਜਿੱਤਲੀਆਂ ਜੀ, ਤਾਂ ਮੈਂ ਚਾਬਕੀ ਕਰਕੇ ਸਨਮਾਨ ਦਿੱਤੇ ਆ। ਹਾਂਜੀ ਹਾਂਜੀ, ਇਹਦਾ ਮਤਲਬ ਉਹ ਜਿਵੇਂ ਆਪਾਂ ਚਾਹੇ ਛੋਟੇ ਵੀ ਤੁਸੀਂ ਦੇਖਦੇ ਹੋ ਵੀ ਜਿਹੜੇ ਐਥਲੀਟ ਆ ਜਾਂ ਹੋਰ ਆ, ਚੱਲਦੀ ਦਾ ਨਾਂ ਗੱਡੀ ਆ, ਜਿਹੜਾ ਜਿਹਦਾ ਨਾਂ ਚੱਲਦਾ ਜਦੋਂ ਜਿਹੜਾ ਸਮਾਂ, ਚਾਹੇ ਉਹ ਕਲਾਕਾਰ ਆ, ਚਾਹੇ ਉਹ ਖਿਡਾਰੀ ਆ, ਚਾਹੇ ਕਿਸੇ ਵੀ ਕਿਸਮ ਦਾ ਐਥਲੈਟਿਕਸ ਆ, ਅਤੇ ਚਾਹੇ ਉਹ ਸਿੰਗਰ ਆ, ਸਿੰਗਰ ਵੀ ਵਿਚਾਰੇ ਬਹੁਤ ਕਈਆਂ ਕੋਲ ਘਰ ਨਹੀਂ। ਇਹ ਤਾਂ ਬਿੰਦਰ ਬਾਈ ਬਈ ਆਪਣਾ ਜੋ ਚੱਲਦਾ ਫਿਰ ਉਦੋਂ ਹੀ ਚੱਲਦਾ ਸਭ ਕੁਛ? ਹਾਂਜੀ ਹਾਂਜੀ, ਨਹੀਂ ਬਾਅਦ 'ਚ ਕੋਈ ਨਹੀਂ, ਕੋਈ ਨਹੀਂ ਪਤਾ ਜੀ। ਚਲੋ, ਮਾਨ ਸਨਮਾਨ ਮਿੱਤਰ ਦੋਸਤ ਤਾਂ ਹੈਗੇ ਆ ਤੁਹਾਡੇ? ਅੱਛਾ, ਜਾਣੀ ਫਿਰ ਇਹ ਬੰਦਿਆਂ ਨੇ ਮੁੰਦੀਆਂ ਪਾਈਆਂ, ਹੋਰ ਕਿੱਥੇ ਪਾਈ? ਬਸ ਆਹੀ ਜਿੱਤੀਆਂ ਨੇ ਜਿਹੜੀਆਂ, 5-6 ਜਿੱਤੀਆਂ। ਨਹੀਂ ਚਲੋ, ਕਈ ਗੇਰਾ ਬੰਦਿਆਂ ਦਾ ਅਗਲਾ ਕਹਿੰਦਾ ਵੀ ਮੇਰਾ ਜ਼ਿਕਰ ਨਹੀਂ ਕੀਤਾ, ਹੈ ਨਾ, ਹੋਰ ਕਈ ਗੇਰਾ ਦਿਮਾਗ 'ਚ ਆ ਜਾਂਦੀ ਹੈ ਗੱਲ, ਅਤੇ ਬੰਦਿਆਂ ਨੇ ਮਿੱਤਰ ਦੋਸਤ ਜਿਵੇਂ ਤੁਹਾਡੇ ਭਾਈਚਾਰਾ ਵਾ, ਹੈ ਨਾ, ਕੋਈ ਇਹੋ ਜਿਹੀ ਗੱਲਬਾਤ ਉਹ ਕਰਦੇ ਆ। ਅਤੇ ਹੁਣ ਭਤੀਜੇ ਨਾਲ ਵੀ ਫਿਰ ਕਰੀਏ ਗੱਲਾਂ ਬਾਤਾਂ ਮਾੜੀ ਮੋਟੀ। ਹਾਂਜੀ ਛੋਟੇ ਵੀਰ, ਤੁਹਾਨੂੰ ਤਾਂ ਸ਼ੌਂਕ ਪਰਿਵਾਰ ਵਾਲਾ ਹੀ? ਹਾਂਜੀ ਹਾਂਜੀ, ਇਕੱਠੇ ਹੀ ਚਾਚੇ ਨਾਲ ਭਜਾਉਂਦੇ ਆ? ਇਕੱਠੇ ਜੀ, ਇਕੱਠੇ। ਅੱਛਾ, ਇੱਥੇ ਹੀ ਹੋ? ਹਾਂਜੀ, ਇਕੱਠੇ ਘਰ 'ਚ ਜੀ। ਇੱਕੋ ਘਰ 'ਚ? ਹਾਂਜੀ ਹਾਂਜੀ। ਠੀਕ ਆ, ਅਤੇ ਭਤੀਜੇ ਨੂੰ ਵੱਧ ਸ਼ੌਂਕ ਆ, ਮੁੰਡਿਆਂ ਨੂੰ ਘੱਟ ਆ? ਨਹੀਂ ਜੀ, ਤੁਹਾਨੂੰ ਹਲੇ ਤੁਸੀਂ ਇਹਨਾਂ ਨੂੰ ਜਾਣਦੇ ਨਹੀਂ ਜੀ, ਇਹ ਮੋਟਾ ਕਰਕੇ ਥੋੜ੍ਹਾ ਵੱਧ ਜਾਂਦਾ। ਦੇਖੋ ਜੀ, ਇਹ ਤੁਹਾਡੇ ਕੋਲ ਵੱਧ ਲੰਘਦਾ ਨਾ, ਉਹਨੂੰ ਹਲੇ ਨਾ ਜੀ ਮਤਲਬ ਖੋਲਣਾ ਜੀ, ਛੋਟੇ ਛੋਟੇ ਨੇ ਇਸ ਕਾਰਨ ਜੀ। ਅੱਛਾ, ਉਹ ਦੂਹਾ ਫੜ ਕੇ ਲੈ ਜਾਂਦਾ ਜੀ, ਜਾਂ ਇਹ ਫੜ ਕੇ ਲੈ ਜੀ। ਜਾਂਦੇ ਤਾਂ ਨਹੀਂ? ਜਾਂਦੇ ਤਾਂ ਨਹੀਂ, ਕਿਤੇ ਹੀ ਇੱਕ ਜਾਵੇ, ਮੈਂ ਹਲੇ ਘਰੇ ਰਹਿ ਜੂ, ਇਹ ਫਿਰ ਜਾਣਗੇ, ਇਹ ਜਾਣਗੇ ਕੰਮ ਆਉਂਦਾ ਜੀ। ਠੀਕ ਹੈ, ਅਤੇ ਹੋਰ ਖੇਡਾਂ? ਹੁਣ ਤੁਸੀਂ ਸਾਰਾ ਯੂਥ ਜਾਂਦੇ ਹੋ? ਹਾਂਜੀ, ਚਾਚੇ ਵਾਲੀਆਂ ਆੜੀਆਂ ਤਾਂ ਹੈਗੀਆਂ ਨੇ। ਹਾਂਜੀ, ਹੈ ਨਾ, ਚਾਚੇ ਭਤੀਜੇ ਦਾ ਪਿਆਰ ਵੀ ਆਉਂਦਾ, ਕਿਉਂ ਵੀ ਚਾਚਾ ਹਾਂ ਭਤੀਜਾ, ਅਤੇ ਉਹ ਪੁਰਾਣੀਆਂ ਕਹਾਵਤਾਂ ਬਜ਼ੁਰਗ ਵਾਲੀਆਂ, ਅਤੇ ਫਿਰ ਨਾਲ ਹੀ ਸ਼ੌਂਕ ਰਿਹਾ? ਹਾਂਜੀ ਨਾਲ ਜੀ। ਹੁਣ ਜਾਣੀ ਪੈਸੇ ਚਾਚੇ ਵਾਲਾ ਬੱਚਾ ਲੱਭਦੇ, ਹੁਣ ਤਾਂ ਥੋੜ੍ਹਾ ਡਾਊਨਫਾਲ ਆ? ਹੁਣ ਜੀ ਬੱਚਾ ਕੱਢਦੇ ਹਾਂ ਜੀ, ਆਹ ਚੌਗਾ ਹੋਇਆ ਜਿਹੜਾ ਜੀ, ਦੇਖਦਾ ਨਹੀਂ ਵੀ ਖੋਲ ਲਵਾਂਗੇ ਜੀ। ਹੁਣ ਮੁੰਡਿਆਂ ਨੇ ਤਾਂ ਜਿਹੜੀ ਹੁਣ ਗੱਲ ਕਰਦੀ ਵੀ ਬਾਪੂ ਆਪ ਤਾਂ 8-8 ਲੱਖ ਦੇ ਵੇਚੇ ਆ, ਵੀ ਹੁਣ ਸਾਨੂੰ ਆਹ ਥੱਲੇ ਕਰੀ ਫਿਰਦਾ? ਨਹੀਂ, ਐਂ ਨਹੀਂ ਕਹਿੰਦਾ ਜੀ, ਨਹੀਂ ਕਹਿਣਗੇ ਹੀ ਉਹ ਤਾਂ। ਹੁਣ ਤਾਂ ਚੀਜ਼ ਕਿਸੇ ਦੀ ਘਾੜ ਨਹੀਂ, ਹੁਣ ਤਾਂ ਕੁਝ ਸਮਝਾਈ ਜਾਓ, ਹੁਣ ਤਾਂ ਆਹ ਮੰਨ ਲਾ 11 ਲੱਖਾਂ ਬੰਦਿਆਂ ਨੇ ਦੇਖਣੀ ਆ ਵੀ ਬਾਈ ਦੇ ਮੁੰਡੇ ਬੈਠੇ ਭਤੀਜੇ ਬੈਠੇ, ਵੀ ਯਾਰ ਗੱਲਾਂ ਪਹਿਲਾਂ ਉਹ ਫਿਰ ਗੱਲ ਫੇਰ ਹੋਣੀ ਵੀ ਕਿਉਂ ਹੁਣ ਵੇਚ ਲਏ, ਹੁਣ ਲੈਣਾ ਵੀ ਪੈਣਾ ਹੀ ਆ ਉਹ ਤਾਂ। ਕਹਿੰਦੇ ਨੇ ਜੀ, ਕਹਿੰਦੇ ਆ, ਕਹਿੰਦੇ ਨੇ ਬੱਚਾ ਬੱਚਾ ਕਹਿੰਦੇ ਨੇ ਵੇਚਤੇ ਹੁਣ, ਮੈਂ ਕਹਿੰਦਾ ਮੈਂ ਫੇਰ ਆਇਆ। ਤੁਸੀਂ ਤਾਂ ਸਮਝਾ ਜਾਣਾ, ਇਹ ਮੁੰਡਿਆਂ ਨੇ ਤਾਂ ਸੁਣਨੀ ਨਹੀਂ, ਕਿਉਂ ਬਿਲੇ ਆਪਾਂ ਤਾਂ ਥੋੜ੍ਹਾ ਜਿਹਾ ਠਰਮਾ ਰੱਖ ਲਾਂਗੇ, ਹੁਣ ਨਵਾਂ ਕਿੱਥੋਂ ਸੁਣਦਾ? ਦੋ ਕੱਠੇ ਇੱਕ ਸੰਭਾਲੀ ਦਾ ਜੀ ਇਹਨਾਂ ਨੂੰ, ਆਪੋ ਆਪਣਾ ਸਮਝਦੇ ਨੇ, ਇਹਦਾ ਜਿੱਤ ਗਿਆ ਬਸ ਉਹਦਾ ਬਸ। ਚਲੋ, ਇਹ ਤਾਂ ਊਂ ਕਹਿੰਦੇ ਨੇ ਵੀ ਕਿਤੇ ਇੱਕ ਦਿਨ ਦੇ ਦੋ ਨਾ ਛੱਡ ਦੇ ਸਕੀਮ ਨਾਲ ਹੀ ਚੱਲਦਾ ਕੰਮ, ਲਾ ਪਈ ਆ ਤੇਰਾ ਵੀ ਹੋਰ ਪਾਸੇ ਮੁੰਡੇ ਗੇੜਾ ਤਾਂ ਦੇਣ ਜਾਣ। ਤੇ ਅੱਛਾ, ਹੁਣ ਬੱਚੇ ਕਿੰਨੇ ਆ ਤੁਹਾਡੇ ਕੋਲੇ? 3 ਨੇ ਜੀ। ਅੱਛਾ, ਹਾਂਜੀ, 3 ਤਿਆਰ ਕਰ ਰਹੇ? ਹਾਂਜੀ, 3 ਭਰਾ ਲੱਗੇ ਹੋਏ ਹੋ? ਹਾਂਜੀ। ਵੀ ਚਾਚਾ ਹੁਣ ਤੂੰ ਮਾੜਾ ਜਿਹਾ ਪਿੱਛੇ ਹਟ, ਹੁਣ ਸਾਡੀ ਵਾਰੀ ਆਈ ਆ। ਅੱਛਾ, ਹੁਣ ਜਿਹੜੇ ਤੁਸੀਂ ਜਾਂਦੇ ਹੋ ਯੂਥ, ਹਾਂਜੀ, ਨਵੇਂ ਮੁੰਡੇ ਕਿੰਨੇ ਕੁ ਇਹ ਲੈਣ 'ਚ ਕਿਵੇਂ? ਚਲੋ ਤੁਸੀਂ ਤਾਂ ਖਾਨਦਾਨੀ ਸ਼ੌਂਕ ਆ, ਹੋਰ ਜਿਹੜੇ ਆਏ ਆ ਗੱਲ ਦਾ ਪੁੱਛ ਲੈਂਦੇ ਹੋ ਕਈ ਗਰਾਂ ਵੀ ਕਿਵੇਂ ਆਏ ਆ? ਆਹੀ ਸ਼ੌਂਕ ਨਾਲ ਆਉਂਦੇ ਨੇ ਜੀ। ਹਾਂ, ਇਹਨੂੰ ਛੋਟੇ ਜਾਂਦੇ ਪਹਿਲਾਂ ਹੀ ਸ਼ੌਂਕ ਸੀ, ਯਾਰੀ ਦੋਸਤ ਜਿਵੇਂ ਹੁਣ ਲਾ ਲਓ। ਹਾਂ, ਸਾਰੇ ਬੈਠੇ ਆ ਜੀ। ਹਾਂ, ਸਾਨੂੰ ਸ਼ੌਂਕ ਆ, ਇਹਨੂੰ ਵੀ ਸ਼ੌਂਕ ਆ ਜੀ, ਇਹ ਵੀ ਆਉਣ ਨੂੰ ਫਿਰਦਾ ਵਾ ਬੋਲਦਾ ਜੀ। ਘੋੜਿਆਂ ਦੀ ਗੱਲ ਹੋਰ ਆ, ਇੱਧਰ ਪੈਰ ਨਹੀਂ ਲੱਗਣੇ? ਨਹੀਂ, ਪੈਰ ਤਾਂ ਲਾ ਲਾਂਗੇ, ਪੈਰ ਤਾਂ ਲਾ ਲਾਂਗੇ। ਹੁਣ ਤਾਂ ਤੁਹਾਡਾ ਭਾਈਚਾਰਾ ਬੈਠਾ ਵੀ ਚੱਲ ਬੱਚਾ ਲੈ ਲਿਆ, ਪਰਮਿੰਦਰ ਬਾਈ ਇੱਕ ਗੱਲ ਆ, ਉਦੋਂ ਫਿਰ ਫਰਕ ਪੈ ਜਾਂਦਾ। ਹਾਂਜੀ, ਕਿਵੇਂ ਜੀ? ਮੈਂ ਪਿਆਰ ਦੇਖਿਆ ਇੱਕ ਧੌਲ ਮਾਜਰੇ, ਹਾਂਜੀ, ਠੂਲੀ ਬਾਈ ਹੋਣਾ ਦਾ, ਸਾਰੇ ਪਿੰਡ ਦਾ, ਚਾਹੇ ਉਹ ਕਿਵੇਂ ਵੀ ਆ, ਸਾਰਿਆਂ ਬਾਕੀ ਪਿੰਡਾਂ 'ਚ ਜਿੱਥੇ ਭਜਾਉਂਦੇ ਆ 2-2, 3-3, 4-4, ਬਿਲੇ ਥੋੜ੍ਹਾ ਜਿਹਾ ਡਿਫਰੈਂਸ ਹੋ ਜਾਂਦਾ।
है ना। मैं थोड़े पिंडा च थोड़े बंदे का प्यार रखा जेडे पुराने जुड़े आते हूँ बंद लैता वो फिर कितने उन्होंने कहता भी चाचा जोड़ चाचे ने पैर नहीं लाने जोड़ देता हूं रिश्तेदार नहीं कोई है नहीं देखो है ना वो फर्क पर चलो थोड़ा प्यार आ तुम जड़ा आओगे करोगे फिर जो बंदा लेके आओगे बिच तो वह आ पर एरा फर्क तो है अगे अगे वाली गलत रही नहीं अगे वाली नहीं मैं चलो कई गरा कोई ढिला मठा हो गया हो सकता दोबारा ना मंगाया हो दोबारा उत्थे बंद करती उन्होंने नहीं नहीं दोबारा का किला जोड़ता ही नहीं चलो कोई गल हो गई हो गया अच्छा हुण तो फिर गल उ आ गई फिर भी हुण आपां तां नहीं ऐ करांगे बंदे नूं तां लैन च लै कोई रखे हुए आ खबरां सांझा ही लैणा पैज वी सानूं कि पार्टी है सिंगल माड़ी आ रही थोड़े दिन हो मेनू फोन आया सी रेंपे दा किते कोई इंटरव्यू चलदी सी चलो ताही मासना दे बिकणगे जिहड़े इन्ने आए आ जे इहो जे पिंडां वाले शहरां वाले आउणगे बिल्ले करोड़पति साहब आउणगे बंदे तां उहनां दे वी बेचारिआं दे पैर लगणे जिहड़े कढ लैणा जी कोई ना कोई ना उह तैयार होण लग जाणा कोई ना कोई वी इह मुंडे लई तैयार हो रिहा वा करो करन वाले कुदरत अच्छा वो बच्चे हुण वह मुंडे जिहड़े आउंदे आ शौक नाल ही आउंदे आ ਹੁਣ ਇਹੀ ਘੁਮਾ ਘੁੰਮ ਕੇ ਲਿਆਉਂਦੇ ਨੇ ਮੈਂ ਤਾਂ ਕਦੇ ਗਿਆ ਨਹੀਂ ਜੀ ਇਹੀ ਜਾਂਦੇ ਨੇ ਗੱਡੀ ਜੋੜ ਕੇ ਲੈ ਆਉਂਦੇ ਨੇ ਘਰੋਂ ਮਤਲਬ ਲੋਕ ਕਿੰਨਾ ਰੋਡ ਚੱਲਦਾ ਪੂਰਾ ਨਹੀਂ ਜਾਂਦਾ ਐਨ ਜਾਂਦੇ ਨੇ ਸਿੱਧੇ ਡਰਦੇ ਸੜਕ ਤੇ ਹੀ ਸੜਕ ਤੇ ਆ ਘਰੋਂ ਹੁਣ ਜੋੜ ਕੇ ਲੈ ਜਾਂਦੇ ਨਹੀਂ ਸੜਕ ਤੇ ਘੁਮਾਉਣ ਦਾ ਕੋਈ ਫਰਕ ਨਹੀਂ ਨਹੀਂ ਇੱਥੋਂ ਗਾਂ ਕੱਚੇ ਜਾਣਾ ਜਿਹੜਾ ਰਾਹ ਆਪਣਾ ਅੱਛਾ ਹਾਂਜੀ ਰੋਡ ਪਾਰ ਕਰ ਜਾਂਦੇ ਨੇ ਘੁਮਾਉਣ ਜਾਂਦੇ ਨੇ ਸਾਰੇ ਚਲੇ ਜਾਂਦੇ ਸਾਰੇ ਹੀ ਬਹਿ ਜਾਣਾ ਉੱਥੇ ਸੜਕ ਤੇ ਪਰਲੀ ਸਾਈਡ ਦਾ ਰਸਤਾ ਵਾ ਅੱਛਾ ਉਹੀ ਜਿੱਥੇ ਖੇਡਾਂ ਹੁੰਦੀਆਂ ਨੇ ਜੀ ਖੇਡਾਂ ਹੋਈਆਂ ਹਾਂਜੀ ਉਹ ਰਾਤੇ ਵੀ ਘੁਮਾ ਲੈਂਦੇ ਨੇ ਠੀਕ ਠੀਕ ਤੂੰ ਵੀ ਰਾਤੇ ਮੋੜ ਲਿਆਉਂਦੇ ਨੇ ਚਲੋ ਤੇ ਤੁਹਾਨੂੰ ਬਚਪਨ ਤੋਂ ਹੀ ਸ਼ੌਂਕ ਹਾਂਜੀ ਚਾਚੇ ਉਹਨਾਂ ਦਾ ਹਾਂਜੀ ਮੈਂ 2007 ਤੋਂ ਜਾਣ ਲੱਗ ਗਿਆ ਸੀਗਾ ਜਦੋਂ ਚੰਦਕੋਟ ਤੋਂ ਬਲਦ ਲਿਆ ਸੀਗਾ ਹਾਂ ਕਿੰਨੇ ਸਾਲ ਦਾ ਸੀ ਉਦੋਂ ਉਦੋਂ ਮੈਂ ਹੋਊਂਗਾ ਹੀ 14 ਸਾਲ ਦਾ ਉਦੋਂ ਹਾਂਜੀ ਅੱਛਾ ਤੇ 2,20,000 ਦਾ ਲਿਆ ਸੀਗਾ ਜੀ ਅੱਛਾ ਤੇ ਜੱਦਾਂ ਹੀ ਜਾਣਾ ਜੀ ਬਸ ਤੇ ਹੁਣ ਫਿਰ ਕਰਦਾ ਕੁਰਦਾ ਬਹੁਤ ਤੁਸੀਂ ਆਈ ਨਹੀਂ ਨਹੀਂ ਇਹ ਤਾਂ ਕਰਦੇ ਨਹੀਂ ਜੀ ਮੈਂ ਕਈ ਵਾਰ ਕਿਹਾ ਵੀ ਤੁਸੀਂ ਜਾਓ ਕਰ ਆਇਓ ਕਹਿੰਦੇ ਨਹੀਂ ਅਸੀਂ ਨਹੀਂ ਕਰਨਾ ਨਹੀਂ ਹੁਣ ਆ ਤੁਹਾਡਾ ਬਹਾਨਾ ਵੀ ਨਹੀਂ ਚੱਲਣਾ ਵੀ ਮੈਂ ਭਤੀਜਿਆਂ ਤੋਂ ਮਾੜੇ ਮੁੰਡੇ ਨਾਲ ਸਲਾਹ ਕਰ ਲਾਂ ਐਂ ਤਾਂ ਕਹਿਣਾ ਪੈਂਦਾ ਜੀ ਆ ਹੁਣ ਹੁਣ ਚੱਲਣਾ ਨਹੀਂ ਹੁਣ 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 ਗੱਲ ਚੱਲਣੀ ਨਹੀਂ ਕਿਉਂ ਬਲੇ ਵੀ ਉਹਨਾਂ ਦਾ ਵਾ ਉੱਥੇ ਸਾਹਮਣੇ ਬਹਿ ਕੇ ਕਹਿੰਦੇ ਸੀ ਮੈਂ ਹੀ ਕਰਦਾ ਵਾ ਹੁਣ ਉਹ ਬਹਾਨਾ ਵਿੰਦਰ ਭਾਈ ਚੱਲਣਾ ਨਹੀਂ ਉਹ ਤਾਂ ਮੈਂ ਤਾਂ ਦੰਨਾ ਛੁੱਟੀ ਜੀ ਕਰਿਆ ਕਰੋ ਭਜਾਇਆ ਕਰੋ ਹੁਣ ਇਹ ਮੰਨਦੇ ਨਹੀਂ ਚਲ ਫਿਰ ਵੀ ਸਤਿਕਾਰ ਕਰਦੇ ਆ ਵੀ ਸਿਆਣਾ ਬੰਦਾ ਤਜਰਬਾ ਵਾ ਅੱਛਾ ਛੋਟੇ ਵੀਰ ਇਹ ਕੀ ਨਾਮ ਵੀਰ ਦਾ ਸਹਿਲ ਸਾਹਿਲਪ੍ਰੀਤ ਜੀ ਸਹਿਲਪ੍ਰੀਤ ਹਾਂਜੀ ਤੇ ਘੋੜੀਆਂ ਰੱਖੀਆਂ ਹਾਂਜੀ ਹਾਂਜੀ ਦੋ ਘੋੜੀਆਂ ਹਾਂਜੀ ਦੋ ਘੋੜੀਆਂ ਇੱਕ ਨੋਕਰਾ ਬਸ਼ੇਰਾ ਵਾ ਆਪਣੇ ਕੋਲ ਛੋਟਾ ਬਸ਼ੇਰਾ ਘੋੜੀਆਂ ਵੈਸੇ ਬਰੀਡਿੰਗ ਲਈ ਨਹੀਂ ਆਪਾਂ ਰੇਸਿੰਗ ਲਈ ਲੱਗੀਆਂ ਨੇ ਜੀ ਅੱਛਾ ਇਹ ਘੋੜੀਆਂ ਦਾ ਸ਼ੌਂਕ ਕਿਵੇਂ ਪੈ ਗਿਆ ਬਸ ਹੀ ਸ਼ੁਰੂ ਤੋਂ ਹੀ ਸੀਗਾ ਥੋੜ੍ਹਾ ਥੋੜ੍ਹਾ ਅਤੇ ਪਹਿਲਾਂ ਪਰਿਵਾਰ 'ਚ ਰੱਖੀਆਂ ਸੀ ਕਿਸੇ ਦੀ ਨਹੀਂ ਨਹੀਂ ਜੀ ਹਾਂ ਮੈਂ ਹੀ ਰੱਖੀਆਂ ਨੇ ਜੀ ਕਿਵੇਂ ਇਹ ਕਿਵੇਂ ਸ਼ੌਂਕ ਹੋਇਆ ਬਸ ਹੀ ਜਿਵੇਂ ਆਪਾਂ ਦੇਖੀ ਜਾਂਦੇ ਸੀ ਯੂਟਿਊਬ ਤੇ ਬੈਠੇ ਊਂ ਜਿਵੇਂ ਦੇਖ ਸ਼ੋ ਸ਼ੂ ਮੈਚ ਦੇਖਣ ਚੱਲ ਜਾਣੇ ਮੰਡੀ ਮੁੰਡੀ ਚੱਲ ਜਾਣਾ ਦੇਖ ਕੇ ਹੁੰਦਾ ਸੀ ਵੀ ਰੱਖੀਏ ਆਪਾਂ ਵੀ ਕੋਈ ਕਰੀਏ ਬਸ ਫਿਰ ਇੱਕ ਦਿਨ ਘਰੇ ਬੈਠੇ ਸੀਗੇ ਤੇ ਘਰਦੇ ਗਏ ਹੋਏ ਸੀਗੇ ਡੈਡੀ ਦਾ ਬਾਹਰੋਂ ਫੋਨ ਆ ਗਿਆ ਕਿੱਥੋਂ ਬਾਹਰੋਂ ਯੂਕੇ ਨੇ ਡੈਡੀ ਇੰਗਲੈਂਡ ਹਾਂਜੀ ਅੱਛਾ ਇੰਗਲੈਂਡ ਚ ਨੇ ਅੱਛਾ ਤੇ ਫੋਨ ਆਇਆ ਤੇ ਗੱਲਾਂ ਹੋਣ ਲੱਗ ਗਈਆਂ ਜੀ ਮੰਡੀ ਸੀਗੀ ਜਗਰਾਉਂ ਦੀ ਅੱਛਾ ਐਂ ਗੱਲਾਂ ਹੋਣ ਲੱਗ ਗਈਆਂ ਕਹਿੰਦੇ ਮੈਂ ਕਰਨ ਲੱਗਿਆ ਵੀ ਮੰਡੀ ਆ ਵੀ ਮੈਂ ਘੋੜੀ ਲੈਣੀ ਆ ਤੇ ਮੈਨੂੰ ਕਹਿੰਦੇ ਵੀ ਆਪਣੀ ਮੰਮੀ ਨੂੰ ਪੁੱਛ ਲਾ ਮੈਂ ਕਿਹਾ ਮੈਂ ਤਾਂ ਨਹੀਂ ਪੁੱਛਦਾ ਮੈਂ ਕਿਹਾ ਮੈਂ ਤਾਂ ਗਾਲਾਂ ਪੈਣੀ ਮੈਨੂੰ ਪਤਾ ਹੀ ਆ ਫਿਰ ਡੈਡੀ ਕਹਿੰਦਾ ਉਹ ਮੰਮੀ ਤੋਂ ਤਾਂ ਮੈਂ ਨਹੀਂ ਕਰੇ ਪੁੱਛਿਆ ਕਿੱਥੋਂ ਮੈਂ ਕਿੱਥੋਂ ਪੁੱਛਿਆ ਅੱਛਾ ਮੈਨੂੰ ਕਹਿੰਦੇ ਕਹਿੰਦੇ ਜੇ ਤੇਰੇ ਪੈਣੀ ਆ ਫਿਰ ਮੇਰੇ ਵੀ ਤਾਂ ਪੈਣੀ ਆ ਜੀ
ਤੇ ਮੈਂ ਕਿਹਾ ਦੇਖ ਲਓ ਫਿਰ ਜੋ ਮਰਜ਼ੀ ਗੱਲ ਹੋ, ਕਹਿੰਦਾ ਚਲ ਐਂ ਕਰੀ ਤੇਰੇ ਨਾਲ ਦੱਸੀ ਤੈਨੂੰ ਪੈਸੇ ਪਾ ਦਿੰਦਾ ਮੈਂ, ਵੀ ਆਪਦਾ ਲਾਲੀ ਅੰਕਲ ਨੇ ਵੀਰੇ ਸਾਡੇ ਚਾਚੇ ਹੀ ਲੱਗਦੇ ਨੇ ਸਰਪੰਚ ਲਾਲੀ ਸਰਪੰਚ ਲਾਲੀ ਅੱਛਾ ਤੇ ਕਹਿੰਦੇ ਉਹਨੂੰ ਜਾਈ ਉਹਦੇ ਅਕਾਊਂਟ ਚ ਪਾਉਣਾ ਤੈਨੂੰ ਪਾਉਣਾ ਵੀ ਉਹਨਾਂ ਚੱਲ ਜਾਈ ਘੋੜੀ ਦੇਖ ਲਈ ਲੈ ਲਈ ਤੇ ਚੱਲ ਘੋੜੀ ਦੀ ਕੋਈ ਪਾਰਕ ਸੀਗੀ ਨਹੀਂ ਅੱਛਾ ਜਮਾ ਹੀ ਨਹੀਂ ਮੈਨੂੰ ਯਾਦ ਅੱਛਾ ਤੇ ਮੰਮੀ ਕਹਿੰਦੇ ਸੀ ਨਾਨਕੇ ਤੇ ਉਹ ਆਏ ਮੈਂ ਨੱਚਦਾ ਫਿਰਦਾ ਇੱਕ ਉੱਠੇ ਦੇ ਕੁੱਕਾ ਮਾਰਦਾ ਦੂਏ ਲੋਟੀ ਮੈਂ ਕਿਹਾ ਮੈਂ ਲੈ ਲਈ ਕਦੇ ਆਂਢ ਗੁਆਂਢ ਨਾ ਕਿਹਾ ਵੀ ਮੁੰਡਾ ਪਾਗਲ ਤਾਂ ਨਹੀਂ ਹੋ ਗਿਆ ਇੱਕ ਤਾਂ ਕਰਦੇ ਮਸਾਂ ਮੰਨੇ ਕਰਦੇ ਮਸਾਂ ਮੰਨੇ ਡੈਡੀ ਮੰਨੇ ਦਾਦੀ ਦਾਦੀ ਮਨਾ ਕਰਨ ਲੱਗ ਗਈ ਦਾਦੀ ਨਾਲ ਗੱਲ ਕਰਾਤੀ ਕਹਿੰਦੇ ਨਾ ਕਹਿੰਦੇ ਲੈਣੀ ਨੀ ਕਹਿੰਦੇ ਜਿਹੜੇ ਪੜ੍ਹਦੇ ਨੇ ਉਹ ਵੀ ਨੀ ਪੜ੍ਹਨਾ ਉਹ ਤਾਂ ਨੀ ਹੋ ਗਿਆ ਮੱਝ ਵੇਚ ਕੇ ਘੋੜੀ ਲਈ ਸਾਧੂ ਪੀਣ ਹੋ ਗਿਆ ਆਹੀ ਕਹਿੰਦੇ ਸੀ ਮੈਨੂੰ ਆਹੀ ਕਹਿੰਦੇ ਸੀ ਆਹੀ ਕਹਿੰਦੇ ਸੀ ਪੁਰਾਣੀਆਂ ਮਾਈਆਂ ਤਾਂ ਆਹੀ ਕਹਿੰਦੀਆਂ ਚੱਲ ਮੰਮੀ ਕਹਿੰਦੇ ਕਹਿੰਦੇ ਕੋਈ ਨਾ ਮੈਂ ਗੱਲ ਕਰਦੀ ਆ ਮੈਂ ਕਿਹਾ ਮੈਂ ਤਾਂ ਨਹੀਂ ਗੱਲ ਕਰਨ ਦਿੰਦਾ ਮਸਾ ਤਾਂ ਮੰਨੇ ਨੇ ਚਲੋ ਉਦੋਂ ਬਾਅਦ ਫਿਰ ਗਏ ਅਸੀਂ ਦੋ ਤਿੰਨ ਘੋੜੀਆਂ ਦੇਖੀ ਸਾਡੇ ਕੋਈ ਫਿੱਟ ਨੀ ਬੈਠੀ ਫਿਰ ਮਮਨ ਵੀਰਾ ਵਾ ਆਪਣਾ ਜਿਹੜੇ ਭਿਉਂਦ ਨੇ ਰੇਸਿੰਗ ਚ ਉਹਨਾਂ ਤੋਂ ਘੋੜੀ ਲਈ ਸੀ ਸਾਨੂੰ ਪਹਿਲੀ ਮੱਥੇ ਟਿੱਕੇ ਵਾਲੀ ਤੇ ਉਹ ਤਿਆਰ ਕੀਤੀ ਸੀਗੀ ਉਹ ਸਾਡੀ ਚੱਲੀ ਨੀ ਸੀ ਫਿਰ ਰੇਸਿੰਗ ਚ ਉਦੋਂ ਬਾਅਦ ਫਿਰ ਆਈ ਚੱਲੀ ਗਿਆ ਲੋਕਡਾਊਨ ਰਿਹਾ ਖੇਡਾਂ ਚੱਲੀਆਂ ਨੀ ਉਦੋਂ ਬਾਅਦ ਤਾਰੇ ਵੀਰਿੰਦ ਬਾਈ ਸਾਨੂੰ ਰਾਜਸਥਾਨ ਤੋਂ ਘੋੜੀ ਅੱਛਾ ਹੈਪੀ ਵੀਰਿੰਦ ਨੇ ਜ਼ਿਕਰ ਕੀਤਾ ਸੀ ਅਮਿਤ ਮੁੰਡਾ ਵਾ ਰਾਜਸਥਾਨ ਚ ਅੱਛਾ ਹਾਂਜੀ ਉਦੋਂ ਘੋੜੀ ਲੈ ਕੇ ਆਉਂਦੀ ਸੀ ਫਿਰ ਮੈਂ ਤੇ ਉਹਨਾਂ ਖੇਡਾਂ ਲਾਈਆਂ ਅੱਛਾ ਉਹ ਘੋੜੀ ਆਈ ਉਦੋਂ ਬਾਅਦ ਹੀ ਫਿਰ ਖੇਡਾਂ ਚ ਇੱਕ ਹੋਰ ਘੋੜੀ ਲੈ ਆਉਂਦਾ ਜੀ ਲਿਆਉਂਦੀ ਸੀ ਉੱਧਰ ਹੀ ਮੈਂ ਅੱਛਾ ਫਿਰ ਉਹ ਉਹਨਾਂ ਖੇਡਾਂ ਲਾਈ ਉਹ ਬਹੁਤ ਵਧੀਆ ਚੱਲੀਆਂ ਦੋਨੇ ਘੋੜੀਆਂ ਵਧੀਆ ਪਹਿਲੇ ਦਸਾਂ ਨੰਬਰ ਰਹੇ ਨੇ ਤੇ ਉਦੋਂ ਬਾਅਦ ਇੱਕ ਕਾਲੀ ਘੋੜੀ ਆ ਗਈ ਸੀ ਲੰਡੀ ਪੂੰਛ ਵਾਲੀ ਤੇ ਤਿੰਨ ਘੋੜੀਆਂ ਫਿਰ ਵਧੀਆ ਚੱਲੀਆਂ ਚਲੋ ਕਾਲੀ ਚੱਲੀ ਨੇ ਚਾਲੀ ਕਾਲੀ ਨੇ ਇੱਕ ਖੇਡ ਦੇ ਪੰਜਵਾਂ ਦਾ ਨੰਬਰ ਕੀਤਾ ਉਦੋਂ ਬਾਅਦ ਉਹ ਚੱਲੀ ਨੀ ਘੋੜੀ ਇੰਨੀ ਹੁਣ ਬੋਲ ਦਾ ਚਾਉਣਾ ਹਾਂ ਹਾਂ ਜੀ ਆਵਾਂਗੇ ਹੁਣ ਅੱਕ ਲੋੜਾ ਨਾਲ ਆਵਾਂਗੇ ਹੁਣ ਡੈਡੀ ਹੁਣ ਤਾਂ ਮੰਮੀ ਨੂੰ ਮਨਾ ਲੂ ਵੀ ਹੁਣ ਤਾਂ ਸਾਰੇ ਪਿੰਡ ਦੇ ਹੀ ਆ ਦੇਖ ਕੇ ਤਾਂ ਉਹੀ ਮਨਾ ਲੈਣਾ ਹੈਨਾ ਵੀ ਬਾਪੂ ਦੇਖ ਲੈ ਕੇ ਦੇਖਦੇ ਗੱਲਾਂ ਬਾਤਾਂ ਹੁੰਦੀਆਂ ਤੇ ਫਿਰ ਹੁਣ ਬਸ ਉਹੀ ਘੋੜੀ ਹੁਣ ਦੁਬਾਰਾ ਤਿਆਰ ਕਰ ਰਿਹਾ ਜੀ ਉਹੀ ਹੁਣ ਪੜ੍ਹਦਾ ਵੀ ਆ ਨਹੀਂ ਹੁਣ ਮੈਂ ਘਰੀ ਹੁੰਦਾ ਜੀ ਘੋੜੀਆਂ ਦੀਆਂ ਬਸ ਘੋੜੀ ਬੱਚਿਆਂ ਦੇ ਅੱਛਾ ਮੁੰਡੇ ਨਵੇਂ ਇੱਥੇ ਬੈਠੇ ਆ ਅੱਛਾ ਤੁਹਾਨੂੰ ਕਿਵੇਂ ਸ਼ੌਂਕ ਆ ਸਾਨੂੰ ਹੀ ਛੋਟੇ ਹੁੰਦੇ ਦੇਖਦੇ ਹੁੰਦੇ ਪਿੰਡੇ ਉਰੇ ਖੇਡਾਂ ਹੁੰਦੀਆਂ ਸੀਗੀਆਂ ਜਦ ਅੱਛਾ ਫਿਰ ਹੌਲੀ ਹੌਲੀ ਅੰਕਲ ਉਹਨਾਂ ਨੇ ਜਾਣ ਲੱਗ ਗਏ ਖੇਡਾਂ ਦੇ ਘਰੋਂ ਗਾਲਾਂ ਵੀ ਖਾਧੀਆਂ ਬਹੁਤ ਗਏ ਪਹਿਲਾਂ ਪਹਿਲਾਂ ਅੱਛਾ ਘਰੋਂ ਝੂਠ ਬੋਲ ਕੇ ਵੀ ਜਾਂਦੇ ਰਹੇ ਆ ਫਿਰ ਕੋਰਟ ਦੀ ਖੇਡ ਦੇਖਣ ਜਾਂਦੇ ਹੁੰਦੇ ਜੀ ਸਕੂਲੋਂ ਕਈ ਵਾਰ ਤੁਹਾਨੂੰ ਤਾਂ ਨਵੇਂ ਮੁੰਡਿਆਂ ਨੂੰ ਹੋਰ ਸ਼ੌਂਕ ਚਾਹੀਦੇ ਆ ਬਹੁਤਾ ਚ ਕਿੱਥੇ ਅਗਲਾ ਕਿਹੜਾ ਗੋਹਾ ਕਰਦੇ ਫਿਰਦੇ ਹਨਾ ਕੋਈ ਸਾਈਕਲਿੰਗ ਦਾ ਕੋਈ ਐਥਲੈਟਿਕਸ ਦਾ ਫੁੱਟਬਾਲ ਦਾ ਕਬੱਡੀ ਇਹ ਇਹ ਲੈ ਨਵਾਂ ਯੂਥ ਆ ਰਿਹਾ ਇਹ ਗੱਲਾਂ ਬਾਤਾਂ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਨਵਾਂ ਤੁਸੀਂ ਨਵੇਂ ਮੁੰਡੇ ਸੋਹਣੇ ਸੁਨੱਖੇ ਪੂਰੇ ਖੇਡ ਤੇ ਅੱਜ ਅਵਿੰਦਰ ਬਾਈ ਮੈਨੂੰ ਲੱਗਦਾ ਵੀ 80-85% ਨਵਾਂ ਯੂਥ ਆ ਗਿਆ ਹੈਨਾ ਤੇ ਆਪਾਂ ਪੁਰਾਣੇ ਬੰਦਿਆਂ ਨਾਲ ਤਾਂ ਮੁਲਾਕਾਤ ਤਾਂ ਹੁਣ ਨਵਾਂ ਯੂਥ ਵੀ ਵਿੱਚ ਚਲੋ ਸਾਰੀ ਜਿਉਂ ਜਿਉਂ ਗੱਲ ਆਈ ਜਾਣੀ ਹੈ ਬਾਰੀ ਸਿਰ ਤਾਂ ਸਭ ਦੀ ਆਈ ਜਾਣੀ ਹੈ ਮਾਲਵਾ ਟੀ ਵੀ ਰਾਹੀਂ ਤੇ ਉਹ ਤਾਂ ਗੱਲ ਸ਼ਖਸੀਅਤਾਂ ਦੀ ਆ ਵੀ ਥੋੜ੍ਹੇ ਜਿਹੇ ਸੰਜਮ ਵੀ ਵਰਤਣ ਨਵਾਂ ਖੂਨ ਅੱਗ ਲਾਉਂਦਾ ਹੈਨਾ ਹਰੇਕ ਬੰਦਾ ਛੇਤੀ ਜਿੱਤ ਭਾਲਦਾ ਪਰ ਇਹ ਚੀਜ਼ 'ਚ ਸਮਾਂ ਲੱਗ ਜਾਂਦਾ ਸਮਾਂ ਲੱਗਦਾ ਜੀ ਤੇ ਅੱਛਾ ਤੁਸੀਂ ਨਾਲ ਜਾਣ ਲੱਗ ਗਏ ਹਾਂਜੀ ਅੱਛਾ ਬਸ ਫਿਰ ਐਂ ਜਾਂਦੇ ਰਹੇ ਹੌਲੀ ਹੌਲੀ ਫਿਰ ਕੋਰਟ ਦੀ ਖੇਡ ਦੇਖਦੇ ਹੁੰਦੇ ਸੀ ਜ਼ਿਆਦਾਤਰ ਅਸੀਂ ਆਪਣੇ ਨੇੜੇ ਉਰੇ ਕੋਰਟ ਉਹ ਦੇਖਦੇ ਹੁੰਦੇ ਪਹਿਲਾਂ ਫਿਰ ਅੰਕਲ ਉਹਨਾਂ ਨੇ ਜਾਣ ਲੱਗ ਗਏ ਹੌਲੀ ਹੌਲੀ ਪਿੰਡ ਪੁੰਡ ਗੇੜਾ ਗੂੜਾ ਲਾਉਣਾ ਫਿਰ ਅੰਕਲ ਉਹਨਾਂ ਨੇ ਖੱਦ ਲੈਣਾ ਵੀ ਆਜੋ ਗੇੜਾ ਲਾਈਏ ਬਸ ਫਿਰ ਅਸੀਂ ਨਾਲ ਹੀ ਜਾਂਦੇ ਜੀ ਹੁਣ ਜਦ ਦੇ ਅੱਛਾ ਅਸੀਂ ਘੋੜੀਆਂ ਦੇ ਵੀ ਇਕੱਠੇ ਜਾਂਦੇ ਹਾਂ ਬਹੁਤ ਇਹ ਖੇਡਦਾ ਜਿਹੜੇ ਇਹ ਖੇਡ ਚ ਸਵਾਦ ਆਉਂਦਾ ਦੋਨਾਂ ਚ ਹੋਰ ਚੀਜ਼ ਹੈ ਨੀ ਇਹਦਾ ਕਿਵੇਂ ਸਵਾਦ ਕਿਵੇਂ ਆਉਂਦਾ ਚਸਕਾ ਹੀ ਹੈ ਇੱਕ ਇਹ ਜਿਹੜੀ ਚੀਜ਼ ਦਾ ਜਿਵੇਂ ਜਾਂਦੇ ਆ ਰੂਹ ਖੁਸ਼ ਹੁੰਦੀ ਹੈ ਜਾ ਕੇ ਵੀ ਹਾਂ ਆਪਾਂ ਵੀ ਕਰਾਂਗੇ ਆ ਗਏ ਵੀ ਵਿੱਚ ਹੁਣ ਮੈਦਾਨ ਚ ਅੱਛਾ ਯਾਨੀ ਉੱਥੇ ਕੁਝ ਹੋਰ ਹੀ ਹੋ ਜਾਂਦਾ ਜਦੋਂ ਹੌਸਲਾ ਹੁੰਦਾ ਆਪਦੇ ਆਪ ਨੂੰ ਘੋੜੀਆਂ ਜਾਂਦੇ ਆ ਸਾਰੇ ਇਕੱਠੇ ਜਾਂਦੇ ਆ ਅਸੀਂ ਬੱਚੇ ਜਾਂਦੇ ਆ ਸਾਰੇ ਇਕੱਠੇ ਜਾਂਦੇ ਆ ਅਸੀਂ ਅੱਛਾ ਗਰੁੱਪ ਹੀ ਆ ਸਾਡਾ ਯਾਨੀ ਉਹ ਫਿਰ ਉਹ ਕੁਝ ਹੋਰ ਹੀ ਹੋ ਜਾਂਦਾ ਹੌਸਲਾ ਹੁੰਦਾ ਆਪ ਨੂੰ ਵੀ ਹਾਂ ਯਾਰ ਕੋਈ ਨਾ ਆਏ ਆ ਵੀ ਸਾਲ ਹੀ ਹੋਏ ਤਾਂ ਘੋੜੀਆਂ ਚਲੋ ਬੱਚੇ ਤਾਂ ਚਲੋ ਹੁਣ ਜਾਣ ਲੱਗਿਆ ਸੀ ਸਾਰੇ ਤੇ ਐ ਹੁੰਦਾ ਵੀ ਹਾਂ ਕੋਈ ਨਾ ਆਏ ਥੋੜਾ ਟਾਈਮ ਹੋਇਆ ਚਲੋ ਵਧੀਆ ਆਉਂਗੇ ਛੇਤੀ ਤੁਹਾਡੇ ਕੋਲੇ ਹੁਣ ਬੱਚਾ ਹੈ ਕੋਈ ਨਹੀਂ ਨਹੀਂ ਅੰਕਲ ਨਾਲ ਜਾਂਦੇ ਆਪਣੇ ਹੈ ਨਹੀਂ ਅੱਛਾ ਅੰਕਲ ਨਾਲ ਹੀ ਸ਼ੁਕਰ ਅੱਲਾ ਕਰੇ ਉਹ ਆ ਕਦੇ ਲਵਾਂਗੇ ਕੋਈ ਨਹੀਂ ਅੰਕਲ ਨਾਲੇ ਲਵਾਂਗੇ ਜੀ ਹੁਣ ਤਾਂ ਸਾਰੇ ਮੇਰੇ ਸਿਰ ਤੇ ਹੀ ਪੰਜਾਲੀ ਧਰਦੇ ਨੇ ਅੰਕਲ ਨਾਲ ਕਰੂ ਵੀ ਆਪੇ ਕਰੀ ਕਰੀ ਜਾਇਆ ਕਰੂ ਸਫ਼ਰ ਦਾ
ਬਾਪੂ ਤਾਂ ਬਾਪੂ ਹੀ ਹੁੰਦਾ ਵਾ ਨਹੀਂ ਯਾਰ ਬਾ ਚਲੋ ਤੁਹਾਡੀ ਉਮਰ ਆਊਗੀ ਉਦੋਂ ਫਿਰ ਬੰਦਾ ਸਿੱਖ ਜਾਂਦਾ ਹੋਰ ਠੀਕ ਆ ਤੇ ਇਹ ਸਾਹਿਬਜ਼ਾਦਾ ਹਾਂਜੀ ਜਸਕਰਨ ਜਸਕਰਨ ਜੀ ਪੜ੍ਹਦਾ ਵੀ ਹੈ ਜਸਕਰਨ ਹਾਂਜੀ ਕਿਹੜੀ ਕਲਾਸ ਚ ਮੈਂ ਆਈਲੈਟਸ ਕੀਤੀ ਹੈ ਜੀ ਆਈਲੈਟਸ ਕਰ ਲਈ ਹਾਂਜੀ ਪਲੱਸ 2 ਕਰਕੇ ਹਾਂਜੀ ਹੁਣ ਇਹ ਫਿਰ ਬਾਹਰ ਦੀ ਬਾਹਰ ਦੀ ਹਜੇ ਪੈਸੇ ਲਾਉਣੋਂ ਡਰਦਾ ਵਾ ਹੈ ਕਾਹਦਾ ਯਾਰ ਵਿੰਦਰ ਭਾਈ ਬਹੁਤਾ ਉਹ ਫਿਰ ਹੁਣ ਜਾਣ ਤੋਂ ਪਹਿਲਾਂ ਲੈ ਕੇ ਦਊਂਗੇ ਬਾਪੂ ਨੂੰ ਹਾਂਜੀ ਲੈ ਲਾਂਗੇ ਕੋਈ ਨਹੀਂ ਲੈ ਲਾਂਗੇ ਜੀ ਅੱਛਾ ਹੁਣ ਕਿਹੜੇ ਕਿੱਥੇ ਦੀ ਲਾਈ ਫੈਲ ਫੈਲ ਕੈਨੇਡਾ ਦੀ ਲਾਈ ਹੈ ਕੈਨੇਡਾ ਜੀ ਕਿਹੜੀ ਜਗ੍ਹਾ ਜਾ ਰਹੇ ਹੈ ਮੌਂਟਰੀਅਲ ਜੀ ਮੌਂਟਰੀਅਲ ਹਾਂਜੀ ਠੀਕ ਆ ਤੇ ਫਿਰ ਹੁਣ ਬਾਪੂ ਤਾਂ ਵੱਡੇ ਵੀਰ ਨੂੰ ਤਾਂ ਸ਼ੌਂਕ ਘੱਟ ਆ ਸ਼ੌਂਕ ਹੈਗਾ ਜੀ ਸ਼ੌਂਕ ਹੈ ਸ਼ੌਂਕ ਹੈਗਾ ਜੀ ਅੱਛਾ ਹਾਂਜੀ ਤੇ ਉਹਦਾ ਫਿਰ ਹੁਣ ਤੁਸੀਂ ਜਾਓਗੇ ਤਾਂ ਬਾਪੂ ਨੂੰ ਪੂਰਾ ਹੌਸਲਾ ਦੇ ਕੇ ਜਾਓਗੇ ਹਾਂਜੀ ਹਾਂਜੀ ਵੀ ਪੂਰਾ ਕਰੋ ਕੰਮ ਹੈ ਨਾ ਹਾਂਜੀ ਚਲੋ ਮਹਿੰਦਰ ਭਾਈ ਫਿਰ ਮੁੰਡਾ ਤਾਂ ਤਿਆਰ ਆ ਸਰਪ੍ਰੀਤ ਪੜ੍ਹਾਈ ਵੀ ਚੱਲਦੀ ਆ ਨਾ ਜੀ ਬਸ ਜੀ ਤੁਹਾਨੂੰ ਸ਼ੌਂਕ ਘੱਟ ਆ ਨਹੀਂ ਹੈਗਾ ਜੀ ਸ਼ੌਂਕ ਤਾਂ ਵਾਧੂ ਆ ਹੁਣ ਤਾਂ ਕੈਮਰੇ ਸਾਹਮਣੇ ਬੈਠਾ ਕਰਦਾ ਬਾਪੂ ਦਾ ਪਹਿਲਾਂ ਕਹਿੰਦਾ ਘੱਟ ਆ ਨਹੀਂ ਨਹੀਂ ਸ਼ੌਂਕ ਤਾਂ ਹੈਗਾ ਜੀ ਕਮਾ ਕੇ ਲਿਆਈ ਦਿਨ ਗੱਡੀ ਜੋੜ ਕੇ ਮੈਂ ਹੀ ਬਹਿਣਾ ਹੁੰਦਾ ਜੀ ਆਪ ਕਿਤੇ ਬਹਿ ਜਾਂਦਾ ਜੀ ਹੁਣ ਕਿਤੇ ਕਿਤੇ ਗੱਡੀ 'ਤੇ ਬਹਿ ਜਾਂਦਾ ਚਮਕੀ ਵੀ ਹਾਂਜੀ ਹੱਕ ਵੀ ਦਿੰਦਾ ਜੀ ਇੱਕ ਵਾਰ ਹੱਕ 'ਤੇ ਬਸ ਮੈਂ ਕਿਤੇ ਦੇਖਣਾ ਟੂਰਨਾਮੈਂਟ 'ਤੇ ਵੀ ਅੱਜ ਵਿੰਦਰ ਦਾ ਜਿਹੜਾ ਚਾਰ ਕੜੇ ਵਾਲੀ ਗੱਡੀ ਚਲਾਉਂਦਾ ਵਾ ਬਈ ਉਹ ਅੱਜ ਬਹੁਤਾਂ ਦੀ ਗੱਡੀ ਵੀ ਚਲਾਊਗਾ ਚਲਾਊਗਾ ਜੀ ਚਲਾ ਲੂ ਕਿਤੇ ਭਜਾਏ ਆ ਹਾਂਜੀ ਪਿੰਡ ਭਜਾ ਲਵਾ ਜੀ ਅੱਛਾ ਹਾਂਜੀ ਮਹਿੰਦਰ ਭਾਈ ਇੱਕ ਵਾਰੀ ਕਿਤੇ ਕਿਸੇ ਖੇਡ 'ਤੇ ਭਜਾਈਏ ਮੁੰਡੇ 'ਤੇ ਇਹ ਵੀ ਇੱਕ ਨਵਾਂ ਵੀ ਇਹੋ ਜਿਹਾ ਸੋਹਣਾ ਸੁਨੱਖਾ ਰਣਵੀਰ ਕਪੂਰ ਵਰਗਾ ਮੁੰਡਾ ਵਾ ਹੈ ਕੋਈ ਕਿਤੇ ਫਿਲਮ ਫੁਲਮ ਬਣਾ ਬਾਪੂ ਦੇ ਮਾੜੇ ਮੋਟੇ ਤਾਂ ਪੈਸੇ ਲਵਾਈਏ 1-2 ਕਰੋੜ ਰੁਪਈਆ ਕੋਈ ਨਹੀਂ ਫਿਲਮੀ ਐਕਟਰ ਵਰਗਾ ਮੁੰਡਾ ਵਿੰਦਰ ਭਾਈ ਤੂੰ 8 ਲੱਖ ਤੋਂ ਦੱਸਦਾ ਮੈਂ 2 ਕਰੋੜ ਲਵਾਉਣ ਨੂੰ ਕਰਦਾ ਨਹੀਂ ਭਤੀਜ ਹੈ ਅੱਛਾ ਤੇ ਹੁਣ ਮੈਦਾਨ 'ਚ ਫਿਰ ਛੋਟੇ ਵੀਰ ਨੇ ਤਾਂ ਚਲੇ ਜਾਣਾ ਪੂਰਾ ਭਤੀਜ ਆਪਣਾ ਭਰਾ ਬੈਠਾ ਤੇ ਤੁਸੀਂ ਬੈਠੇ ਹੋ ਪੂਰਾ ਜੁਟੋਗੇ ਜਿਹੜਾ ਬਾਪੂ ਦਾ ਕਿਉਂਕਿ ਹੁਣ ਦੇਖੋ ਬਾਬੇ ਨੇ ਸਭ ਕੁਝ ਦਿੱਤਾ ਹੋਇਆ ਕੱਲ ਨੂੰ ਤੁਹਾਡੇ ਵੀ ਵਿਆਹ ਹੋ ਜਾਣੇ ਆ ਫਿਰ ਥੋੜੀ ਜਿਹੀ ਲਾਈਨ ਵੀ ਚੇਂਜ ਹੋਣੀ ਆ ਤੁਸੀਂ ਆਪਦੇ ਕੰਮ ਕਰਨ ਆਹੀ 2-4 ਸਾਲ ਆ ਲਵਾ ਲਓ ਜਿਹੜਾ 20-30 ਲੱਖ ਲਵਾਉਣਾ ਹੁਣ ਸਮਝ ਲੈ ਤੁਸੀਂ ਆਪਦੇ ਕਾਰੋਬਾਰਾਂ 'ਚ ਹਮੇਸ਼ਾ ਤਾਂ ਇਹ ਚੱਲਣੇ ਨੀ ਬਾਪੂ ਚਲਾਈ ਚੱਲੂਗਾ ਚਲੋ ਉਹ ਜਿਵੇਂ ਚੱਲਦਾ ਸਾਡਾ ਵੀਰ ਇੱਥੇ ਚਲਾਈ ਚੱਲੂਗਾ ਕਿਉਂਕਿ ਇਹਨੇ ਤਾਂ ਹਟਣਾ ਨੀ ਤੇ ਤੁਸੀਂ ਜ਼ਰੂਰ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਪਿੱਛੇ ਕੋਈ ਹੋਰ ਕਾਰੋਬਾਰ 'ਚ ਲੱਗ ਗਏ ਹੈ ਲਾਈਨ ਤਾਂ ਵੇਲੇ ਚੇਂਜ ਹੁੰਦੀ ਆ ਜਦੋਂ ਹੁਣ ਇਹ ਉਮਰ ਆ ਥੋੜ੍ਹੀ ਜਿਹੀ ਅਤੇ ਉਦੋਂ ਬਾਅਦ ਆ ਇਹਦਾ ਮੈਨੂੰ ਪੱਕਾ ਪਤਾ ਵੀ ਇਹਨੇ ਬਹੁਤ ਭਜਾਉਣੇ ਹੀ ਭਜਾਉਣੇ ਆ ਅਤੇ ਇਹ ਮੁੰਡਿਆਂ ਦਾ ਫਰਕ ਆ ਹੋਰ ਆ ਅਤੇ ਹੁਣ ਕਰੋ ਫਿਰ ਜਾਣ ਤੋਂ ਪਹਿਲਾਂ ਖਾਈਏ ਕਿਸੇ ਦਿਨ ਖੇਡ ਦੇ ਲੱਡੂ ਕੋਈ ਨਹੀਂ ਹੈਂ ਠੀਕ ਆ ਅਤੇ ਪੂਰਾ ਸੈਟਿਸਫਾਈ ਹੋ ਹਾਂਜੀ ਹਾਂਜੀ ਘਰੇ ਮਾਤਾ ਹੋਣਾ ਨੂੰ ਵੀ ਸ਼ੌਂਕ ਆ ਹਾਂਜੀ ਮਾਤਾ ਨੂੰ ਵੀ ਸ਼ੌਂਕ ਪੂਰਾ ਐਨ ਮਤਲਬ ਇਹ ਸਮਝਦੇ ਨਹੀਂ ਤੰਗ ਨੂੰ ਹੈ ਸਾਂਝੀ ਆਪਣੇ ਕੋ ਹੈ ਨਹੀਂ ਹਾਂ ਇਹ ਸਮਝਦੇ ਨੇ ਤੇ ਮੈਨੂੰ ਲੱਗਦਾ ਬਹੁਤੇ ਹੀ ਕੰਜੂਸੀ ਇੰਨੇ ਬਸੂ ਸਾਰੇ ਸਾਹਮਣੇ ਵੀ ਸ਼ਹਿਰ ਕੋਹਾੜੇ 'ਚ ਜਿੱਥੇ ਕਹਿੰਦਾ ਭਾਈ ਸਹੀ ਗੱਲ ਹੈ ਨਹੀਂ ਚਲੋ ਮਿਹਨਤ ਤਾਂ ਕਰਨੀ ਚਾਹੀਦੀ ਹੈ ਨਾ ਆਪਾਂ ਜਿਹੜਾ ਪਿਛੋਕੜ 'ਚੋਂ ਗਏ ਹਾਂ ਅੱਜ ਬਾਬੇ ਦੀ ਕਿਰਪਾ ਵੱਡੀ ਆ ਅਤੇ ਜ਼ਰੂਰ ਚਾਹੀਦਾ ਬੰਦੇ ਨੂੰ ਜ਼ਮੀਨ ਨਾਲ ਕਹਿੰਦੇ ਜੁੜਿਆ ਰਹਿਣਾ ਚਾਹੀਦਾ ਪੂਰੇ ਕਿੰਨੀ ਪੜ੍ਹਾਈ ਕੀਤੀ ਆ ਪੜ੍ਹਾਈ ਤਾਂ ਥੋੜ੍ਹੀ ਕੀਤੀ ਯਾਰ 8 ਕੁ ਪਾਸੇ ਅੱਠ ਕੁ ਪੜ੍ਹਾ ਜੀ ਬਹੁਤਾ ਤੰਗ ਪੜ੍ਹਾਈ 'ਚ ਰਿਹਾ ਇਹ ਜਿਹਾ ਮੁੰਡਾ ਤਾਂ ਖੜੇ ਸਰ ਕੀ ਗੱਲ ਹੈ ਇਹ ਕਾਹਤੋਂ ਹੋ ਗਿਆ ਬਸ ਇੰਨਾ ਕੁ ਪੜ੍ਹ ਹੋਇਆ ਜਿੰਨਾ ਕੁ ਪੜ੍ਹ ਹੋਇਆ ਪੜ੍ਹ ਲਏ ਲਾ ਜੀ ਪੜ੍ਹਨ ਥੋੜ੍ਹਾ ਜਿਹਾ ਲਾ ਯਾਰ ਮੁੰਡਾ ਸੁਨੱਖਾ ਬਹੁਤਾ ਵਾ ਹੈਂ ਚਲੋ ਕੀ ਲੈਣਾ ਪੜ੍ਹਾਈਆਂ ਪੜ੍ਹਾਈਆਂ ਇੱਥੇ ਬਥੇਰਾ ਕੁਛ ਆ ਬਾਬੇ ਦਾ ਦਿੱਤਾ ਹੋਇਆ ਫਿੱਟਾ ਕੰਮ ਕਿ ਨਹੀਂ ਹਾਂ ਸਹੀ ਗੱਲ ਚਲੋ ਸੈਟਿਸਫਾਈ ਹੋ ਜਦੇ ਚਲੋ ਇਹ ਵੀਰ ਇਹ ਮਾੜੀ ਆ ਜੀ ਇਹਨਾਂ ਦਾ ਕੀ ਨਾਮ ਵੀਰ ਦਾ ਹਰਸ਼ਪ੍ਰੀਤ ਜੀ ਹਰਸ਼ਪ੍ਰੀਤ ਹਰਸ਼ਪ੍ਰੀਤ ਹਾਂਜੀ ਅਰਸ਼ ਹਾਂਜੀ ਹਾਂਜੀ ਤੁਹਾਨੂੰ ਸ਼ੌਂਕ ਬਸ ਨਾਲ ਜਾਣ ਜਮੂਨ ਜੀ ਉਰੇ ਗੇੜਾ ਗੂੜਾ ਲਾਉਣ ਨੂੰ ਆ ਜਾਂਦਾ ਸੀ ਨਾਲ ਹੀ ਅੱਛਾ ਵੇਲੇ ਹੁਣ ਲਾਕਡਾਊਨ ਉਰੇ ਕੱਟਿਆ ਜੀ ਸਰ ਬਹੁਤ ਦਾ ਜੀ ਕੱਢਿਆ ਹੋਰ
ਤੇ ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰਾਉਣਾ ਜਿਹੜਾ ਨਵਾਂ ਯੂਥ ਆ ਵੀ 10-10 ਲੱਖ ਰੁਪਈਆ ਤਿਆਰ ਰੱਖੋ ਅਮਰਿੰਦਰ ਭਾਈ ਕਿੰਨਾ ਲੋਕਾਂ ਕੋਲੇ ਆਉਣਾ ਇਹ ਇਹੋ ਜਿਹੇ ਸ਼ਹਿਰਾਂ 'ਚ ਹੀ ਆਉਣਾ ਸ਼ੌਂਕ ਸਾਰੇ ਇਕੱਠੀ ਮੁੰਡੇ ਜਾਂਦੇ ਇਕੱਠੀ ਖੇਡ ਤੋਂ ਬਾਅਦ ਮੋਟਰ ਦੇ ਵੀ ਗੇੜਾ ਲਾਉਣਾ ਉੱਥੇ ਬਹਿਣਾ ਸਾਰਿਆਂ ਨੇ ਇਕੱਠੇ ਰਹਿੰਦੇ ਆ ਹੁਣ ਜਾਣੀ ਜਿਹੜਾ ਬੱਚਾ ਲਾਉਂਗੇ ਤੁਸੀਂ ਸਾਰਾ ਗਰੁੱਪ ਬਾਬੇ ਦੀ ਕਿਰਪਾ ਤੇ ਹੁਣ ਫਿਰ ਇੰਨਾ ਯੂਥ ਜਾਊ ਮੈਨੂੰ ਵੀ ਜਾਣ ਪਛਾਣ ਹੋ ਗਈ ਕਿਉਂਕਿ ਮੈਂ ਤਾਂ ਛੋਟੇ ਵੀਰ ਨੂੰ ਵੀ ਜਾਣਦਾ ਅੱਜ ਪਹਿਲੀ ਵਾਰੀ ਬਈ ਬਾਈ ਬਿੰਦਰ ਦੇ ਜਾਂ ਹੋਰ ਆ ਹੁਣ ਵੀਰ ਹੋਣਾ ਨੂੰ ਵੀ ਇੱਧਰ ਸਹਿਲ ਨੂੰ ਚਲੋ ਬਿੱਲਾ ਤਾਂ ਮੇਰਾ ਭਰਾ ਵਾ ਪੁਰਾਣਾ ਤੇ ਇੱਧਰ ਗੱਭਰੂ ਵੀ ਹੁਣ ਜਦੋਂ ਆਹ ਗਰੁੱਪ ਜਾਂਦਾ ਵੀ ਆ ਜਾਂਦਾ ਕੁਹਾੜੇ ਵਾਲਾ ਤੁਸੀਂ ਲੰਘੋ ਪਿੱਛੇ ਦੀ ਮੈਂ ਆਵਾਜ਼ਾਂ ਮਾਰੀ ਜਾਂਦਾ ਮੋਟਰ ਮੋਟਰਸਾਈਕਲ ਜਾਂ ਜਿੱਥੋਂ ਫੇਰ ਲੰਘ ਹੁੰਦਾ ਨਹੀਂ ਠੀਕ ਆ ਫਿਰ ਤਿਆਰੀ ਪਤਾ ਪੂਰੀ ਚਾਹੀਦੀ ਆ ਜ਼ੋਰ ਲੱਗਿਆ ਪੂਰਾ ਹੀ ਹੁਣ ਕੁਛ ਨਾ ਕੁਛ ਤਾਂ ਹੋਊਗਾ ਜੀ ਫਿਰ ਜਾਣੀ ਪ੍ਰੈਕਟਿਸ ਕਰ ਰਹੇ ਆਉਣ ਵਾਲੇ ਮੇਲਿਆਂ ਚ ਜਾਣੀ ਕਾਰਜਕਾਰੀ ਹੋਊਗੀ ਚਲੋ ਵਧੀਆ ਗੱਲ ਤੇ ਪੂਰੇ ਸਾਰੇ ਪਰਿਵਾਰ ਖੁਸ਼ ਨੇ ਹਾਂਜੀ ਹਾਂ ਸਾਰੇ ਤੇ ਹਾੜੇ ਦਾ ਨਾਮ ਬਾਈ ਜੀ ਵਧੀਆ ਰਿਹਾ ਤੇ ਇੱਧਰ ਵੀਰ ਜੀ ਜਸਕਰਨ ਇੱਧਰ ਲਈ ਦੋਨੇ ਪਟੂਆ ਇਕੱਠੇ ਨਾ ਬਿਠਾ ਲਈਏ ਤੁਹਾਨੂੰ ਤੀਜਾ ਮੈਂ ਬਹਿ ਜਾਂਦਾ ਵਿਚਾਰੇ ਅੱਛਾ ਤੁਹਾਨੂੰ ਸ਼ੌਂਕ ਆ ਨਾਲ ਨਾਲ ਜਾਂਦੇ ਹੁੰਦੇ ਸ਼ੁਰੂ ਤੋਂ ਹਾਂ ਬਹੁਤ ਦਿਨ ਹਾਂਜੀ ਅੱਛਾ ਪਹਿਲਾਂ ਪਰਿਵਾਰ ਚ ਸੀ ਕਿਸੇ ਨੂੰ ਨਹੀਂ ਨਾ ਜੀ ਪਹਿਲਾਂ ਨਹੀਂ ਹਾਂ ਹੁਣੇ ਬਾ ਕਦੇ ਚਾਚਾ ਜੀ ਨਾਲ ਚਲੇ ਜਾਂਦੇ ਕਦੇ ਬਲਕਾਰ ਨਾਲ ਚਲੇ ਜਾਂਦੇ ਨਾਲ ਹੀ ਅੱਛਾ ਹਾਂਜੀ ਬਸ ਜਿੱਦਾਂ ਹੀ ਸ਼ੌਂਕ ਪਿਆ ਜੀ ਬਸ ਹੁਣ ਇਹ ਰਹਿੰਦਾ ਵੀ ਖੇਡ ਤੇ ਚੱਲੀਏ ਪੂਰਾ ਜੀ ਘਰੋਂ ਨਹੀਂ ਕਹਿੰਦੇ ਵੀ ਖੇਡ ਤੇ ਕਿੱਧਰ ਨੂੰ ਚੱਲੇ ਨਹੀਂ ਨਾ ਦੱਸ ਕੇ ਜਾਈਦਾ ਜੀ ਆਪਾਂ ਹਾਂ ਉਹ ਵੀ ਕਹਿੰਦੇ ਵੀ ਬਸ ਚਾਚੇ ਨਾਲ ਜਾਂਦਾ ਸਾਨੂੰ ਫਿਕਰੇ ਨਹੀਂ ਕੋਈ ਚਾਚੇ ਨੇ ਹੋਰ ਨਾ ਕਰ ਦੇਵੇ ਵੀ ਹੁਣ ਭਤੀਜੋ ਲੈ ਲਈਏ ਕੋਈ ਇੱਕ ਅੱਧਾ ਬੱਚਾ ਨਾਲ ਹੈ ਚਾਚੇ ਦੇ ਜਿਵੇਂ ਕਹਿਣਗੇ ਕਰ ਲਾਂਗੇ ਜੀ ਸਾਰੇ ਹੀ ਬੰਦੇ ਇੱਕ ਦੂਜੇ ਨੂੰ ਆਏ ਬੈਠੇ ਤੇ ਕਹਿ ਸਹੀ ਚਾਚਾ ਜੀ ਆਏ ਬੈਠਾ ਅੱਜ ਹੈ ਤੇ ਜਾਣੀ ਹੁਣ ਤਾਂ ਲੈਣਾ ਹੀ ਪਊਗਾ ਕਰਾਂਗੇ ਜੀ ਕੁਛ ਹੁਣ ਤਾਂ ਹੁਣ ਇੰਨੇ ਤੁਸੀਂ ਯੂਥ ਹੋ ਹਜੇ ਕਹਿੰਦੇ 5-4 ਮੁੰਡੇ ਆਏ ਨਹੀਂ ਹੈ ਕਹਾਰਾ ਸ਼ਹਿਰ ਹੋਵੇ ਸੋਨੇ ਦੀ ਮੁਰਗੀ ਆ ਆਂਡਾ ਵੀ ਹਜੇ ਤੱਕ ਤੁਸੀਂ ਇੱਕ ਅੱਧਾ ਵੀ ਨਹੀਂ ਖਾਧਾ ਲੱਗਦਾ ਹਜੇ ਮਹਿੰਦਰ ਭਾਈ ਤਾਂ ਸਾਰੇ ਹੀ ਬਚਾਈ ਬੈਠਾ ਅਜੇ ਤੇ ਇਹ ਤਾਂ ਗਰਮ ਨੇ ਥੋੜ੍ਹੇ ਮੈਂ ਹੀ ਰੋਕਦਾ ਯਾਰ ਇਹਨਾਂ ਨਹੀਂ ਹੁਣ ਗਰਮੀ ਨਵੇਂ ਮੁੰਡੇ ਕਰਨ ਦੇ ਥੋੜੀ ਗਰਮੀ ਨਿਕਲ ਜਾਵੇ ਹਾਂ ਗਰਮੀ ਨਿਕਲ ਇਹ ਗੱਲ ਤਾਂ ਪੱਕੀ ਆ ਅੱਛਾ ਇੱਕ ਗੱਲ ਹੋਰ ਆ ਗਰਮੀ ਦੀ ਗੱਲ ਆ ਗਈ ਜਿਹੜੀਆਂ ਹੁਣ ਆਪਾਂ ਖੇਡਾਂ ਕਰਦੇ ਹਾਂ ਹੁਣ ਇੱਕ ਖੇਡ ਤੁਸੀਂ ਸੁਣੀ ਹੋਣੀ ਬਹੁਤ ਵੱਡੀ ਆ ਹਾਂਜੀ ਉਹ ਖੇਡ ਕਦੋਂ ਕੁ ਚਾਹੀਦੀ ਆ ਤੁਹਾਡੇ ਹਿਸਾਬ ਉਹ ਜੀ ਜਦ ਕਣਕ ਬੀਜਦੇ ਬਿਰਕਲ ਵੀਰ ਹੋਣਾ ਨੇ ਬੋਲਤੀ ਖੇਡ ਬਾਲੀ ਹੋਣਾ ਨੇ ਗਗਨੇ ਹੋਣਾ ਨੇ ਰਾਜੂ ਵੀ ਰਾਸੀ ਵਾਲੇ ਇਹਨਾਂ ਨੇ ਆ ਤੇ ਅੱਜ ਵੀ ਗੱਲ ਹੋਈ ਮੈਂ ਕਿਹਾ ਵੀਰੇ ਵੀ ਰੁਕੋ ਹਾਂਜੀ ਤੁਸੀਂ ਕੀ ਕਹਿੰਦੇ ਹੋ ਵੀ ਇਹੋ ਜਿਹੀ ਖੇਡ ਬਾਰੇ ਖੇਡ ਵਧੀਆ ਜੀ ਕੋਈ ਗੱਲ ਨਹੀਂ ਖੇਡ ਤਾਂ ਚਲੋ 2 ਟਰੈਕਟਰ ਆ 23 ਮੋਟਰਸਾਈਕਲ ਆ ਤੇ ਇਹ ਆਪਣੇ ਵੀਰ ਮੂਲੇ ਹੋਣੀ ਇਹ ਸਾਰੇ 4-5 ਅੱਜ ਬੈਠੇ ਸੀਗੇ ਵਿੱਚ ਬੰਦੇ ਕਹੀ ਜਾਂਦੇ ਨੇ ਹੋਣੀ ਨਹੀਂ ਵਿੱਚ ਕਹੀ ਜਾਂਦੇ ਨੇ ਗੱਲਾਂ ਛੱਡੀ ਜਾਂਦੇ ਨੇ ਨਹੀਂ ਚਲੋ ਉਹ ਤਾਂ ਹੁਣ ਉਹਨਾਂ ਨੇ ਆਪ 4-4 ਲੱਖ ਰੁਪਈਆ ਪਾ ਲਿਆ ਉੱਥੋਂ ਹੀ 10-12 ਲੱਖ ਤੋਂ ਤਾਂ 15 ਤੋਂ ਸ਼ੁਰੂ ਹੋਏ ਆ ਹਾਂ ਉਹ ਤਾਂ ਅੱਜ ਹੀ ਉਹਨਾਂ ਦੀ ਗੱਲ ਜੋ ਬੈਠੇ ਉਹਦੇ ਨੇ ਸ਼ੁਰੂ ਕਰਕੇ ਹੀ ਗੱਲ ਕਹੀ ਬਈ ਹਾਂ ਪਰ ਤੁਸੀਂ ਕਦੋਂ ਕੀ ਕਹਿੰਦੇ ਵੀ ਇਹ ਖੇਡ ਕਦੋਂ ਹੋਵੇ ਇਹ ਤਾਂ ਕਹਿੰਦਾ ਕਣਕ ਜਾਂ ਬਿਜਾਈ ਹੁੰਦੀ ਹੁੰਦੀ ਹੈ ਜਦ ਕੋਲ ਅਸਲੀ ਟਾਈਮ ਆ ਜੀ ਟਾਈਮ ਆ ਹੁਣ ਤਾਂ ਗਰਮੀ ਬੜੀ ਆ ਨਹੀਂ ਹੁਣ ਕਾਹਲੀ ਨਹੀਂ ਕਰਨੀ ਚਾਹੀਦੀ ਜਦੋਂ ਸਾਰੇ ਮੈਦਾਨ ਦੇਖਣ ਜਾਵੇ ਕਿਉਂ ਵਧੀ ਨਾ ਠੰਡ ਹੁੰਦੀ ਆ ਜੀ ਨਾ ਗਰਮੀ ਹੁੰਦੀ ਆ ਉਹ ਸਮਾਂ ਵਧੀਆ ਜੀ ਉਦੋਂ ਉਦੋਂ ਫਿਰ ਉਦੋਂ ਵੇਲੇ ਤਾਂ ਫਿਰ ਮੁੰਡੇ ਅੱਗ ਲਾਉਣਗੇ ਚੱਕ ਦਾਂਗੇ ਫਟੇ ਜੀ ਕੁਛ ਨਾ ਕੁਛ ਤਾਂ ਅਗਲਾ ਕਹੂਗਾ ਬਈ ਇੰਨੇ ਮੋਟਰਸਾਈਕਲ ਟਰੈਕਟਰ ਜੇ ਆ ਕਿਉਂਕਿ ਵਿੰਦਰ ਭਾਈ ਜਿਹੜੀ ਹੋਣ ਵਾਲੀ ਗੱਲ ਆ ਦੇਖੋ ਜਿੰਨੇ ਮੂੰਹ ਪਰਮਾਤਮਾ ਕਿਰਪਾ ਕਰੇ ਬਾਲੀ ਵੀਰ ਵੀ ਖਾਨਦਾਨੀ ਬੰਦਾ ਗਗਨ ਵੀ ਮੰਨ ਲਓ ਰਾਜੂ ਆਸੀ ਵੀ ਚਲੋ ਬੰਦੇ ਬਹਿ ਗਏ ਅਗਲਾ ਕਹਿੰਦਾ ਇੰਨੇ ਬਹੁਤ ਵੀ ਲੈਂਦੇ 4-4 ਲੱਖ ਪਾ ਲਓ ਜੇ ਪੰਜਾਬ 'ਚ ਕੋਈ ਕ੍ਰਿਸ਼ਮਾ ਹੀ ਕਰਨਾ ਬਿੱਲੇ ਤੁਸੀਂ ਆਹ ਸਾਰੇ ਮੁੰਡੇ ਬੈਠੇ ਹੋ ਇਹ ਸਾਰੇ ਮੁੰਡੇ ਬੈਠੇ ਹੋ ਅੱਜ ਤੁਸੀਂ ਗੱਲ ਕਹਿਤੀ ਇਹਨਾਂ ਨੂੰ ਪੈਸਿਆਂ ਨੂੰ ਦੱਸੋ ਕੀ ਗੱਲ ਅੱਜ ਕਹਿ ਤਾਂ ਅਗਲਾ ਕਹਿੰਦਾ ਲੱਖ ਵੀ ਨਹੀਂ ਆਉਂਦਾ ਆਪਾਂ ਨੂੰ ਤਾਂ 50-50 ਹਜ਼ਾਰ ਵੀ ਨਹੀਂ ਆਉਂਦਾ ਚਾਚਾ ਲੈ 10 ਲੱਖ ਕਰਾਉਣਗੇ ਜੀ ਉਹ ਕਰਾਉਣਗੇ ਵਧੀਆ ਬੰਦੇ ਨੇ ਬਾਹਰਲੇ ਸਾਰੇ ਜਿਵੇਂ ਖੇਡਾਂ ਕਰਾਉਂਦੇ ਨੇ ਬਾਕੀ ਵੀਰ ਦਾ ਕਹਿਣ ਦਾ ਮਤਲਬ ਇਹ ਮੌਸਮ ਵਧੀਆ ਹੁੰਦਾ 11ਵੇਂ ਮਹੀਨੇ ਜਦੋਂ ਆਪਾਂ ਕਣਕ ਸੀਜ਼ਨ ਵੀ ਵਧੀਆ ਹੋ ਜਾਂਦਾ ਜੀਰੀ ਵੀ ਪੈਸੇ ਵੱਟੇ ਹੁੰਦੇ ਬੰਦੇ ਦੇ ਅੱਛਾ ਮੁੜ ਕੇ ਫ੍ਰੀ ਵੀ ਹੁੰਦੇ ਨੇ ਫ੍ਰੀ ਵੀ ਜਾਣੀ ਰੁਕਣਾ ਚਾਹੀਦਾ ਚਲੋ ਤੇ ਇੱਧਰ ਵੀਰ ਕੀ ਨਾਮ ਆ ਵੀਰ ਦਾ ਮੇਰਾ ਵੀਰੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਹਰਪ੍ਰੀਤ ਤੁਹਾਡਾ ਇਹ ਸ਼ੌਂਕ
ਸਾਡੇ ਪਹਿਲਾਂ ਚਾਚਾ ਜੀ ਉਹਨਾਂ ਰੱਖੇ ਹੁੰਦੇ ਸੀਗੇ ਘਰੇ ਜੀ। ਕੀ ਨਾਮ ਸੀਗਾ? ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਸਿੰਘ ਜੀ, ਇਹ ਰੈਂਪਾ ਵੀ ਮੇਰਾ ਚਾਚਾ ਹੀ ਲੱਗਦਾ ਜੀ, ਰੈਂਪਾ। ਹਾਂ ਜੀ। ਅੱਛਾ। ਤੇ ਇਕੱਠੇ ਜਾਂਦੇ ਜਾਣ ਕਿ ਸਾਡੇ ਜਿਵੇਂ ਪਰਿਵਾਰਾਂ ਦਾ ਪਹਿਲਾਂ ਤੋਂ ਹੀ ਬਹੁਤ ਉਹਨਾਂ ਨੂੰ ਬਹੁਤ ਪਿਆਰਾ। ਇੱਧਰ ਮੇਰਾ ਵੀਰਾ ਬਿੱਲਾ ਲੱਗਦਾ ਇੱਕ, ਤੇ ਇੱਧਰ ਬਿੰਦਰ ਵੀਰੇ, ਸਾਰੇ ਜਾਣੇ ਇਕੱਠੇ ਹੀ ਰਹਿੰਦੇ ਹੁੰਦੇ, ਗਰੁੱਪ ਇੱਕ ਸੀਗਾ ਇਹਨਾਂ ਦੇ। ਅੱਛਾ। ਹਾਂ ਜੀ, ਉਹ ਜਾਂਦੇ ਹੁੰਦੇ ਸੀ ਬਹੁਤ ਉਹਨਾਂ ਨਾਲ ਖੇਡਦੇ, ਉਸ ਤੋਂ ਬਾਅਦ ਜਾਂਦੇ ਜਾਂਦੇ ਜਿਵੇਂ ਅਸੀਂ ਵੀ ਨਾਲ ਜਾਣ ਲੱਗ ਗਏ, ਕਦੇ ਲੈ ਜਾਣਾ ਉਹਨਾਂ ਨੇ, ਕਦੇ ਸਾਡੇ ਗਾਲਾਂ ਵੀ ਕੱਢਣੀਆਂ, ਤੁਸੀਂ ਜਵਾਕ ਤੁਹਾਨੂੰ ਲੈ ਕੇ ਨਹੀਂ ਜਾਣਾ, ਜਿਵੇਂ ਚਲੇ ਜਾਂਦੇ ਸੀਗੇ। ਤੇ ਉਸ ਤੋਂ ਬਾਅਦ ਵਾਧਾ ਵਾਧਾ ਜੀ, ਬਸ ਇੱਧਰ ਬੋਲਣਾ ਵੱਲ ਸ਼ੌਂਕ ਵੱਧ ਗਿਆ ਜੀ। ਹਾਂ ਜੀ, ਸ਼ੌਂਕ ਇਹ ਤਾਂ ਤੁਹਾਡਾ ਤਾਂ ਸ਼ਹਿਰ ਆ, ਉਦੋਂ ਉਹ ਵੇਲੇ ਬਹੁਤ ਭਜਾਉਣ ਦਾ ਹੁੰਦਾ, ਉਦੋਂ ਗੇੜੀ ਕੁੜੀ ਨੂੰ ਜੀ ਕਰਦਾ ਤੇਰੇ ਵਰਗੇ ਸੋਹਣੇ ਜਾਣ ਨੂੰ ਜੀ ਨਹੀਂ ਕਰਦਾ ਗੇੜੀ ਮਾਰੇ ਉਹਨੇ ਯਾਰ। ਨਹੀਂ ਉੱਥੇ ਮੇਰੀ ਵੀ ਭੁੱਖ ਲੈਂਦੀ ਆ, ਤੇ ਇੱਧਰ ਥੋੜਾ ਜਿਸ ਕਾਰਨ ਮੈਨੂੰ ਕੈੜਾ ਦੇਖਦਾ ਲੱਗਦਾ। ਜਿਸ ਕਾਰਨ ਨਵੀਆਂ ਮੁੱਛਾਂ ਬਾਚਾ ਦਾ। ਅੱਛਾ, ਇਹ ਇਹ ਗੱਲ ਤੋਂ ਸਾਰਾ ਹੀ ਗਰੁੱਪ ਤੁਹਾਡਾ ਨਸ਼ਾ ਰਹਿ ਨਸ਼ਾ ਮੁਕਤ ਹੈ ਜੀ ਸਾਰਾ ਹੀ। ਨਹੀਂ ਇਹ ਗੱਲ ਮੈਨੂੰ, ਮੈਂ ਦੇਖੋ ਇਹ ਤੁਸੀਂ ਮਿੰਦਰ ਵੀਰ ਆਪਾਂ ਖੇਡ ਚ ਰਹਿੰਦੇ ਹਾਂ, ਬੰਦੇ ਦੇ ਚਿਹਰੇ ਤੇ ਬੰਦੇ ਦੇ ਹਾਵ ਭਾਵ ਤੋਂ ਬੰਦਾ ਇੱਕ ਸਕਿੰਟ ਚ ਬਿੱਲੇ ਤੋਂ ਸਮਝ ਲਓ ਵੀ ਇਹ ਬੰਦੇ ਦਾ ਕੋਈ ਖਾਧਾ ਪੀਤਾ ਹੋਇਆ, ਜਜਮੈਂਟ ਹੋ ਜਾਂਦੀ ਹੈ ਨਾ, ਤੇ ਤੁਸੀਂ ਉਵੇਂ ਖੜੇ ਹੋਏ ਚਿਹਰੇ ਹੈ ਨਾ ਮੇਰੀ ਵੀ। ਇਹ ਮੈਂ ਤੁਹਾਡੇ ਨਾਲ ਅੱਜ ਤਾਂ ਸਾਰੀਆਂ ਗੱਲਾਂ ਬਾਤਾਂ ਕਰਾਂ ਕਿਉਂਕਿ ਨਵਾਂ ਯੂਥ ਬਹੁਤ ਆ ਗਿਆ, ਨਵੇਂ ਵੀ ਬੰਦਿਆਂ ਦਾ ਵੀ ਬਾਈ ਜੀ ਹੈ ਨਾ ਬਈ, ਅਸੀਂ ਵੀ ਆਉਣਾ। ਕਈ ਬੰਦਿਆਂ ਨੂੰ ਹੁੰਦਾ ਵੀ ਪੁਰਾਣਾ ਤੇ ਨਵਾਂ ਅੱਜ ਆਪਾਂ ਸਮੇਲ ਕੀਤਾ, ਨਵਾਂ ਯੂਥ ਆਇਆ ਵਾ। ਇਹ ਤਾਂ ਛੋਟੇ ਵੀਰ ਹੁਣ ਤੁਸੀਂ ਖੇਡਾਂ ਤੇ ਜਾਂਦੇ ਹੋ, ਅੱਜ ਤੇਰੇ ਬਾਪੂ ਦੀ ਆਪਾਂ ਗੱਲਾਂ ਬਾਤਾਂ, ਚਾਚੇ ਹੋਣਾ ਦੀਆਂ ਤੁਹਾਡੇ ਕਰਦੇ ਹਾਂ, ਬਾਪੂ ਦੀਆਂ ਕਰਦੇ ਹਾਂ ਤੇਰੇ ਚਾਚੇ, ਇਹ ਜੇ ਉਹਨਾਂ ਨੇ ਕੋਈ ਪਿਆਰ ਖੱਟਿਆ, ਸਹੀ ਗੱਲ, ਜੇ ਖੇਡ ਚ ਜਾ ਕੇ ਲੜੋ ਝਗੜੋਗੇ ਕਿਸੇ ਨੇ ਯਾਦ ਨਹੀਂ ਕਰਨਾ, ਨਵੀਂ ਉਮਰ ਆ, ਜੋਸ਼ ਆਉਣਾ, ਜਿੰਨੀ ਨਿਮਰਤਾ ਰੱਖੋਗੇ ਅਗਲਾ ਕਹਿੰਦਾ ਬਈ ਬੰਦੇ ਯਾਰ ਹੈ ਨਾ, ਤੁਹਾਡੇ ਚਾਚੇ ਦੇ ਵੀ, ਤੁਹਾਡੇ ਬਜ਼ੁਰਗਾਂ ਵੀ, ਘਾੜੇ ਵਾਲੇ ਮੁੰਡੇ ਯਾਰ ਠੰਡੇ ਬੰਦੇ ਆ, ਗੱਲ ਨਾਲ ਲੜਤਾ ਜਿਹਦੇ ਨਾਲ ਮਰਜ਼ੀ, ਫਿਰ ਦੂਜੇ ਦਿਨ ਰਾਜ਼ੀਨਾਮਾ ਆਪਾਂ ਕਰ ਲਾਂਗੇ, ਹੈ ਨਾ ਕੋਈ। ਅੱਛਾ, ਹੁਣ ਟਰੈਕ ਦੇ ਉੱਤੇ ਦੁਬਾਰਾ ਹੁਣ ਚਾਚੇ ਹੋਣਾ ਨਾ ਫਿਰ ਉਹ ਬਾਪੂ ਹੋਣਾ? ਹਾਂਜੀ ਹਾਂਜੀ ਹਾਂਜੀ, ਤਾਂ ਰੋਜ਼ ਰੈਂਪੇ ਚਾਚੇ ਨੂੰ ਰੋਜ਼ ਕਹਿੰਦੇ ਆ ਵੀ ਲੈ ਲਾ ਬੱਚਾ, ਉਹ ਕਹਿੰਦਾ ਕੋਈ ਨਹੀਂ ਲਵਾਂਗੇ ਆਪਣਾ ਵੀ ਥੋੜ੍ਹਾ ਜਿਹਾ ਘਰ ਦੀ ਸੈਟਿੰਗ ਕਰ ਲਈਏ ਵੀ ਜ਼ਰੂਰ ਲਵਾਂਗੇ, ਕਹਿੰਦਾ ਬੱਚਾ ਮਾ ਵੀ ਨਾਲੇ ਸਾਡਾ ਚਾਅ ਪੂਰਾ ਹੋਜੂ ਵੀ ਨਾਲ ਜਾਇਆ ਕਰਾਂਗੇ ਨਾਲ, ਜਿਵੇਂ ਵੀ ਜਿਵੇਂ ਸਾਰੇ ਜਾਂਦੇ ਨੇ। ਉਹ ਕਹਿੰਦਾ ਮੈਂ ਇਕੱਲਾ ਰਹਿ ਜਾਂਦਾ ਵੀ ਮੇਰੇ ਤੋਂ ਵੀ ਹੁਣ ਮੇਰੇ ਤੋਂ ਉਹ ਨਹੀਂ ਹੁੰਦਾ ਨਾ ਜੋੜ ਹੁੰਦਾ, ਵੀ ਚੱਲ ਤੇਰਾ ਚਾਚਾ ਸੀਗਾ ਨਾਲ ਵੀ ਜੋੜ ਦਿੰਦਾ ਸੀਗਾ ਵੀ ਉਹੀ ਕਰੀ ਜਾਂਦਾ ਸੀਗਾ, ਕਹਿੰਦਾ ਵੀ ਹੁਣ ਮੈਂ ਕਿਹਾ ਵੀ ਅਸੀਂ ਇੱਕ ਦਿਨ ਇਕੱਠੇ ਨੇ ਸਲਾਹ ਬਣਾਈ ਬਿੱਲਾ, ਕਹਿੰਦਾ ਨਹੀਂ ਵੀ ਆਪਾਂ ਸਾਰੇ ਜਾਇਆ ਕਰਾਂਗੇ, ਉਹ ਕਹਿੰਦਾ ਜੇ ਤੁਸੀਂ ਮੇਰੇ ਨਾਲ ਹੋ ਫਿਰ ਮੈਂ ਕੱਲ ਨੂੰ ਕਹਿੰਦਾ ਲੈ ਲੈਣਾ ਚਾਹੇ, ਉਹ ਜਾਣੀ ਕਿ ਉਹ ਕਹਿੰਦਾ ਤਾਂ ਹੈਗਾ ਵਾ ਦੇਖੋ ਬਾਕੀ ਹੌਲੀ ਹੌਲੀ ਜਿਵੇਂ ਵੀ ਬਣਦਾ ਜੀ ਕਾਂ ਕਾਂ ਲਵਾਂਗੇ, ਜ਼ਰੂਰ ਲਵਾਂਗੇ, ਜ਼ਰੂਰ ਲਵਾਂਗੇ, ਕਰੰਟ ਦਾ ਸਰੀਰ 'ਚ ਰਹਿੰਦਾ ਹੀ ਆ ਜਿਹੜੇ ਬੰਦੇ ਨੂੰ ਸ਼ੌਂਕ ਹੈ ਨਾ, ਉਹ ਕਿਤੇ ਨਾ ਕਿਤੇ ਤਾਂ ਉਹ ਤਾਂ ਡੰਗ ਮਾਰਦਾ ਹੀ ਆ, ਡੈਡ ਹੋ ਜੇ ਬੰਦਾ ਰੁਕ ਜਾਂਦਾ, ਨਹੀਂ ਤਾਂ ਤੁਹਾਨੂੰ ਪਤਾ ਹੀ ਆ ਜਾਣੀ ਹੁਣ ਆਉਂਗੇ ਮੈਦਾਨ 'ਚ ਪੂਰਾ। ਹਾਂ ਜੀ, ਵਧੀਆ ਆਉਣਾ ਹੀ ਪੈਣਾ ਹੁਣ ਤਾਂ। ਹਾਂਜੀ ਹਾਂਜੀ ਹਾਂਜੀ, ਚਲੋ ਐਂ ਜੀ, ਦਿਮਾਗ ਇੱਧਰ ਲੱਗਿਆ ਰਹਿੰਦਾ ਕਿਸੇ ਪਾਸੇ ਹੋਰ ਨਹੀਂ ਜਾਂਦਾ, ਜਿਵੇਂ ਜਿਵੇਂ ਸ਼ੌਂਕ ਆਈ ਇੱਧਰ ਲੋਕਡਾਊਨ 'ਚ ਪਤਾ ਹੀ ਲੱਗਿਆ ਹੈਗਾ ਜਿਵੇਂ ਗੱਲ ਆ। ਇੱਕ ਤਾਂ ਨਸ਼ੇ ਪੱਤੇ ਤੋਂ, ਇਹ ਨਸ਼ੇ ਪੱਤੇ ਦਾ ਇਹ ਖੇਡਣਾ ਕੀ ਸਮੇਲ ਆ ਮੇਰਾ ਦਿਮਾਗ ਨਹੀਂ, ਜਿੰਨਾ ਵਿਹਲਾ ਰਹੂਗਾ ਦਿਮਾਗ ਉਨਾ ਉੱਧਰ ਜਾਊਗਾ, ਹੁਣ ਆਪਣਾ ਵਿਹਲੇ ਨਹੀਂ ਰਹਿਣਾ ਦਿਮਾਗ, ਜਿਵੇਂ ਅੱਜ ਕਹਿਣਾ ਵੀ ਅੱਜ ਬਹੁਤ ਘੁੰਮਾ ਲਿਆਉਂਦੇ ਆ ਜਾਂ ਐਂ ਕਰਦੇ ਆ, ਇਹਨੂੰ ਦਾਣਾ ਪਾ ਦਿਓ ਜਾਂ ਕੁਛ ਵੀ, ਘਰੇ ਵੀ ਚੱਲਦਾ ਰਹਿੰਦਾ ਉਹ ਸਿਸਟਮ, ਮੇਰਾ ਦਿਮਾਗ ਨਹੀਂ ਉੱਧਰ ਜਾਂਦਾ। ਜੇ ਹੁਣ ਵਿਹਲੇ ਰਹਾਂਗੇ ਚੌਂਕ 'ਚ ਜਾਵਾਂਗੇ, ਕਿਸੇ ਕੋਲ ਖੜਾਂਗੇ, ਕਿਸੇ ਕੋਲ ਬੈਠਾਂਗੇ, ਉਨਾ ਹੀ ਦਿਮਾਗ ਉੱਧਰ ਜਾਂਦਾ ਵਾ। ਸਾਨੂੰ ਕਿੱਥੇ ਆਪਾਂ ਖੇਡ ਤੇ ਚੱਲੀਏ, ਦਿਨ ਦਾ ਪਤਾ ਨੀ ਲੱਗਣਾ ਵੀ ਕਦੋਂ ਨਿਕਲ ਜਾਣਾ, ਘਰਦੇ ਨੇ ਕਿੱਥੇ ਜਾਣ ਸੀ ਕਹਿੰਦਾ ਖੇਡਦੇ ਆ, ਚੱਲ ਘਰੋਂ ਵੀ ਆਪਾਂ ਨੂੰ ਕੁਛ ਨੀ ਕਹਿੰਦੇ, ਕਹਿਣਗੇ ਵਧੀਆ ਦਿਨ ਲੰਘਦਾ, ਬੰਦੇ ਹੋਰ ਮਿਲਦੇ ਨੇ, ਗੱਲਾਂ ਬਾਤਾਂ ਚੱਲਦੀਆਂ ਨੇ, ਜਿਵੇਂ ਆਪਾਂ ਉੱਠਦੇ ਬੈਠਦੇ ਹਾਂ ਕਿਸੇ ਦੇ ਵਿੱਚ ਨਵੀਂ ਗੱਲ ਦਾ ਪਤਾ ਲੱਗਦਾ, ਉਹ ਜਾਣੀ ਗੱਲ ਟਾਈਮ ਪੂਰਾ ਵਧੀਆ ਲੰਘਦਾ, ਦਿਨ ਵਧੀਆ ਲੰਘਦਾ, ਜਾਣੀ ਗੱਲਾਂ ਸਮਝ ਆਉਂਦੀਆਂ ਨੇ, ਸਮਝ ਆਉਂਦੀਆਂ ਨੇ। ਹਾਂ ਜੀ, ਸਿਆਣੀਆਂ ਗੱਲਾਂ ਨੇ ਜੀ। ਕਿਉਂਕਿ ਮਿੰਦਰ ਭਾਈ ਮਾਲਕ ਨੇ ਦੇਖੋ ਸ਼ਹਿਰ 'ਚ ਇਹਦੇ 'ਚ ਪੈਸਾ ਤਾਂ ਹਰੇਕ ਘਰ ਕੋਲੇ ਦੇ ਤਾ, ਜੇ ਅਕਲ ਵੀ ਆ ਤੇ ਪ੍ਰਮਾਤਮਾ ਨੇ ਹੁਸਨ ਵੀ ਸਾਰੇ ਮੁੰਡਿਆਂ ਨੂੰ ਰੱਜ ਕੇ ਦਿੱਤਾ ਹੋਇਆ ਹੈ ਨਾ, ਵੀ ਚਲੋ ਉਹ ਗੱਲ ਠੰਮੇ ਵਾਲੀ ਹੋ ਜਾਂਦੀ ਹੈ ਕਿਉਂ ਬਿਲ, ਤੇ ਪੂਰਾ ਚਲੋ ਮੈਦਾਨ 'ਚ ਆਉਂਗੇ ਰੈਂਪਾ ਬਾਈ ਵੀ। ਹੋਰ ਅੱਛਾ, ਹੋਰ ਮਿੰਦਰ ਭਾਈ ਪਿੰਡ ਦੇ ਕਿਹੜੇ ਕਿਹੜੇ ਬੰਦੇ ਬੋਲ ਭਜਾਉਂਦੇ ਸੀ? ਪਹਿਲਾਂ ਪਹੁੰਚਾਉਂਦੇ ਸੀਗੇ ਜੀ, ਇੱਕ ਤਾਂ ਡੋਗਰ ਬਾਬਾ ਜਿਹੜਾ ਤੁਹਾਨੂੰ ਦੱਸਿਆ ਜੀ, ਜਿਹੜਾ ਵਿਆਹ ਤੋਂ ਇੱਕ ਦਿਨ ਪਹਿਲਾਂ ਤੁਹਾਨੂੰ ਲੈ ਗਿਆ। ਹਾਂ ਜੀ, ਅੱਛਾ। ਫਿਰ ਇੱਕ ਇਹਨਾਂ ਦਾ ਚਾਚਾ ਦੀ ਹੈ। ਅੱਛਾ ਜੀ, ਚਾਚਾ ਜੀ ਦਾ ਕੀ ਨਾਮ ਸੀ? ਗੁਰਪ੍ਰੀਤ, ਗੁਰਪ੍ਰੀਤ ਸਿੰਘ। ਹਾਂ, ਫਿਰ ਕਰਨੈਲ ਸਿੰਘ ਜੀ, ਉਹ ਇਹਨਾਂ ਤਾਇਆ ਲੱਗ ਚਾਚਾ ਲੱਗਦਾ। ਤੁਹਾਡਾ ਤਾਂ ਬਹੁਤਾ ਸ਼ੌਂਕ ਆ। ਹਾਂ ਜੀ, ਅੱਛਾ।
ਤੇ ਫਿਰ ਬਲਵੀਰ ਸਿੰਘ ਜੀ ਆਪਣੇ ਅੱਛਾ ਫਿਰ ਇੱਧਰ ਵੀ ਸ਼ੌਂਕ ਆ ਬਿੱਲੇ ਨੂੰ ਤਾਂ ਹੈਗਾ ਡੈਡੀ ਨੂੰ ਵੀ ਸੀਗਾ ਜੀ पर नमिया च रह के बंदा नवा ही बनदा है ना घरे अज रात नूं रोटी खानी नहीं लगती ठीक है क्योंकि भाई मेले रविंद्र भाई मेला मेल मिला आही हसिया खेडी नहीं तो हुण छोटे भी लॉकडाउन च लोक घरे किन्ने परेशान रहे है ना आपां इही खुशी दीआं गल्लां बातां जिहड़ीआं ने परमात्मा कृपा करे इवें जिवें इह मेले लगदे रहिण ते आपां गल्लां बातां करदे रहीए ते चलो मैदान च फिर आओ हुण आपां अपने भरा बिले ना गल बात करिए बिले अनमैड तो बहुत खुश होया तू मजाक भी करने के करते की गल है भाई ब्याह वाली जिंदगी तो सैटिस्फाई नहीं पूरे बढ़िया खुश है पूरे बढ़िया ਨਹੀਂ ਫਿਰ ਇੰਨਾ ਕਾ ਤਾਂ ਖੁਸ਼ ਹੋਇਆ ਆਪਦਾ ਤੂੰ ਪਹਿਲਾਂ ਆਪ ਹੀ ਜ਼ਿਕਰ ਕਰਦਾ ਆਪਣੀ ਤਾਂ ਹੁਣ ਗੱਲ ਹੋਣ ਲੱਗੀ ਆ ਪਹਿਲਾਂ ਤਾਂ ਜਿਹੜੇ ਮੁੰਡਿਆਂ ਨਾਲ ਗੱਲ ਜਿੱਥੋਂ ਤੱਕ ਗੱਲ ਹੋਈ ਬਈ ਆਪਾਂ ਪੁੱਛਿਆ ਬਈ ਸਾਰੇ ਅਨਮੈਰੀਆਂ ਜਿੱਥੇ ਤੱਕ ਗੱਲ ਹੋਈ ਉੱਥੇ ਤੱਕ ਹੀ ਪੁੱਛਣਾ ਤੂੰ ਤਾਂ ਵਿਆਹ ਹੋਏ ਨੂੰ ਤਾਂ ਬਾਅਦ ਚ ਗੱਲ ਕਰਨੀ ਆ ਆਪਾਂ ਪੂਰੇ ਖੁਸ਼ ਆਂ ਵਿਆਹ ਤੋਂ ਨਾ ਅੱਛਾ ਪਰਿਵਾਰ ਆ ਪੂਰਾ ਹੀ ਹਾਂ ਚਲੋ ਵਧੀਆ ਮਿਲੇ ਵੀਰ ਅੱਛਾ ਹੁਣ ਬਾਈ ਹੁਣਾਂ ਨਾਲ ਪਿਆਰ ਆ ਕਹਾੜੇ ਨਗਰ ਦਾ ਤੁਹਾਡਾ ਹੋਰ ਤੁਹਾਡੇ ਮਿੱਤਰ ਬੈਲੀ ਕਿਹੜੇ ਕਿਹੜੇ ਆ ਜਿਹੜੇ ਜਿਵੇਂ ਜਾਣੀ ਬੜਦਾ ਜੀ ਹਾਂ परिवार चो दुख साझा करन आए भोगते बाकी अपने मुंडा इओं तो जस्सा जी जस्सा अच्छा मुंडा चन्नी विदेशा तो आई अच्छा मनप्रीत दा रिश्ता एक वीर दा जाने की भाभी उहना मासड़ जी अपने भौंपर तो पप्पू जी ਰਿਸ਼ਤੇਦਾਰੀ ਹਾਂਜੀ ਵੀਰੇ ਉਹਨਾਂ ਰਿਸ਼ਤੇਦਾਰੀ ਘਰ ਵਾਲੀ ਦਾ ਜੀ ਅੱਛਾ ਤਾਂ ਹੀ ਆ ਘਰ ਦੀ ਮੁਰਗੀ ਦਾਲ ਬਰਾਬਰ ਛੱਡਦੇ ਆ ਵੀ ਪੱਪੂ ਬਾਈ ਨੇ ਕਹਿਣਾ ਵੀ ਮੇਰਾ ਫੁੱਫੜ ਦਾ ਕਿ ਫੁੱਫੜ ਨਹੀਂ ਇਹਨਾਂ ਮਾਸੜ ਲੱਗਦਾ ਮਾਸੜ ਹਾਂਜੀ ਮਾਸੜ ਦਾ ਜ਼ਿਕਰ ਹੀ ਨਹੀਂ ਕੀਤਾ ਮਾਸੜ ਕੋਲ ਜਾਣਾ ਹੀ ਨਹੀਂ ਨਹੀਂ ਮਾਸੜ ਕੋਲੇ ਜਾਣਾ ਤਾਂ ਹੈਗਾ ਵੀ ਇੱਥੇ ਦਾ ਜ਼ਿਕਰ ਹੋਵੇ ਨਹੀਂ ਬਾਕੀ ਆਇਆ ਜਿਵੇਂ ਰੈਂਪਾ ਵੀਰ ਆਪਣੇ ਗੁਰਪ੍ਰੀਤ ਪਹਿਲਾਂ ਆਪਣੇ ਨੋਨੀ ਦਾ ਬਾਈ ਸੀਗਾ ਡੋਗਰ ਬਾਈ ਦਿਆਲਾ ਬਾਈ ਮੈਨੂੰ ਪਹਿਲਾਂ ਹੀ ਦਿਆਲਾ ਹੀ ਕਹਿੰਦੇ ਵੀਰ ਡੈਡੀ ਹੁਣੀ ਅੱਛਾ ਵੀ ਉਖਣੀ ਆ ਚੋਬਰ ਥੋੜਾ ਗੜਵਾਨੀ ਚ ਅੱਛਾ ਗੜਵਾਨੀ ਦਾ ਬਾਈ ਨੇ ਬਹੁਤ ਜ਼ੋਰ ਦਿੱਤੀ ਸੀ ਜਿਵੇਂ ਤਾਰ ਵੀਰ ਦੇ ਬੋਲ ਵਧੀਆ ਹੱਕੇ ਨੇ ਬਾਈ ਤਾਰ ਸਾਹਿਬ ਬਣਿਆ ਹਾਂ ਹਾਂਜੀ ਹਾਂਜੀ ਸਹੀ ਗੱਲ ਆ ਆਪਣੇ ਰੈਂਪੇ ਦੇ ਬੋਲ ਬਹੁਤ ਵਧੀਆ ਭਜਾਏ ਨੇ ਆਪਦੇ ਬੋਲ ਵੀ ਬਹੁਤ ਵਧੀਆ ਹੱਕੇ ਨੇ ਵੀਰੇ ਨੇ ਡੈਡੀ ਹੁਣੀ ਭਜਾਉਂਦੇ ਸੀ ਬੋਲ ਜੀ ਇਹ ਪਿੰਡ ਦੇ ਜਿਵੇਂ ਆਪਣੇ ਪਹਿਲਾਂ ਨਾਂ ਦੱਸਿਆ ਵੀਤੋਂ ਨੇ ਜਾਣੀ ਕਿ ਆਪਣੇ ਹਰਪ੍ਰੀਤ ਨੇ ਜਿਵੇਂ ਗੁਰਪ੍ਰੀਤ ਹੋ ਗਿਆ ਜੀ ਆਪਣੇ ਬਲਵੀਰ ਸਿੰਘ ਹੋ ਗਿਆ ਜੀ ਹਾਂਜੀ ਉਹਦਾ ਪੋਤਾ ਵੀ ਸਾਡੇ ਨਾਲ ਆਉਂਦਾ ਅਰਸ਼ੀ ਹਾਂਜੀ ਅੱਛਾ ਤੇ ਬਹੁਤ ਵਧੀਆ ਲੱਗਦਾ ਜਿਵੇਂ ਖੇਡਾਂ ਦੇ ਜਾਂਦੇ ਜੀ ਹੁਣ ਬਿੱਲੇ ਸਾਰੇ ਇਕੱਠੇ ਰਹੇ ਸਾਰਾ ਨਵਾਂ ਯੂਥ ਆ ਹਾਂਜੀ ਹੁਣ ਫਿਰ ਪੂਰੇ ਟੱਕਰੋ ਕਿਹਦਾ ਕਹਾੜਾ ਕਹਾੜਾ ਹੋਵੇ ਹਾਂਜੀ ਹੁਣ ਇਕੱਠੇ ਹੋ ਕੇ ਚੱਲਾਂਗੇ ਜੀ ਸਾਰੇ ਬਾਕੀ ਰਾਇ ਨਾਲ ਹੀ ਚੱਲਾਂਗੇ ਜਿਵੇਂ ਬੜਾ ਭਾਈ ਹੋਊਗਾ ਆਪਣਾ ਹਾਂਜੀ ਬਾਕੀ ਸਾਰੇ ਸਹਿਯੋਗ ਨਾਲ ਜਿਵੇਂ ਸਾਡੇ ਏਰੀਏ ਦੇ ਬੰਦੇ ਸਾਰੇ ਤਕਰੀਬਨ ਵਧੀਆ ਨੇ ਜਿਵੇਂ ਜੋ ਹੁਣ ਕੋਟ ਦੀ ਖੇਡ ਆਉਣੀ ਹੈ ਕੋਟਮਗੁਰਾਈ ਸਾਡੇ ਮੰਨੀ ਬ੍ਰਮਨੀ ਖੇਡ ਆਈ ਏਰੀ ਸਾਡੇ ਤਕਰੀਬਨ ਚਾ ਕੋਟ ਤੋਂ ਹੀ ਸ਼ੁਰੂ ਹੁੰਦਾ ਸਾਰੇ ਬੰਦਿਆਂ ਨੂੰ ਸਭ ਦਾ ਹੀ ਹਾਂਜੀ ਹਾਂ ਕੋਟ ਤੋਂ ਹੀ ਕੋਟ ਗੰਗੂਰਾਏ ਤੋਂ ਹੀ ਅਗਲਾ ਕਹਿੰਦਾ ਵੀ ਕਹਾਣੀ ਸ਼ੁਰੂ ਹੁੰਦੀ ਹੈ ਨਾ ਹਾਂਜੀ ਜਿਵੇਂ ਆਪਣੇ ਲੱਕੀ ਹੋਣੀ ਚਹਿਲਾਂ ਵਾਲੇ ਨੇ ਲੱਕੀ ਵੀਰ ਹਾਂ ਜੀ ਸਾਰੇ ਹੀ ਬੰਦੇ ਜਿਵੇਂ ਇੱਕ ਦੂਜੇ ਨਾਲ ਟੱਚ ਰਹਿੰਦੇ ਆ ਸਾਰੇ ਜਿਵੇਂ ਜਾਦਵਿੰਦ ਆਪਣੇ ਵੀਰ ਬੁੱਢੇ ਵਾਲ ਤੋਂ ਸਰਪੰਚ ਹੋਣੀ ਹਾਂਜੀ ਮੰਮੀ ਹੋਣੀ ਰਾਮਗੜ ਵਾਲੇ ਵੀਰ ਅੱਛਾ ਖੁਸ਼ੀ ਹੋਣੀ ਮੰਗੜੀ ਵਾਲੇ ਤਕਰੀਬਨ ਜਿੰਨੇ ਬੰਦੇ ਆਪਣੇ ਲੋਕ ਨੇ ਜਿਵੇਂ ਬਿੰਦਾ ਸਾਹਿਬ ਆਣੇ ਤੋਂ ਆ ਸਾਰੇ ਬੰਦੇ ਵਧੀਆ ਇਕੱਠੇ ਰਹਿੰਦੇ ਆ ਜੀ ਜਿਵੇਂ ਹੁਣ ਜਿਵੇਂ ਕੋਟ ਗੇੜਾ ਲੱਗਣਾ ਐਤਵਾਰ ਨੂੰ ਸਾਰੇ ਨੇ ਉੱਥੇ ਇਕੱਠੇ ਹੋਣਾ ਪਹਿਲਾਂ ਅੱਛਾ ਤੇ ਆਪਦੀ ਰਾਇ ਕਰਦੇ ਆ ਵੀ ਆਹ ਬਾਲ ਦੇ ਦੇਣਾ ਜੋੜਦੇ ਆ ਆਹ ਬਾਲ ਦੇ ਦੇਣਾ ਜੋੜਦੇ ਆ ਰਾਇ ਨਾਲ ਹੀ ਚੱਲਦੇ ਆ ਸਾਰੇ ਜੀ ਬਾਕੀ ਚੰਦਵੀਰ ਦੇ ਜਾਣੀ ਕਿ ਸਾਨੂੰ ਤਾਂ ਇੰਨਾ ਸੋਹਣਾ ਲੱਗਦਾ ਜੀ ਕਿ ਉੱਥੇ ਸਾਰੇ ਭਰਾ ਇਕੱਠੇ ਹੁੰਦੇ ਆ ਤਕਰੀਬਨ ਖੇਡ ਤੋਂ ਪਹਿਲੇ ਹੀ ਜਿਵੇਂ ਬਹੁਤ ਇੱਜ਼ਤ ਮਾਣ ਕਰਦਾ ਉਹ ਤਾਂ ਉੱਥੇ ਬਾਂਗਰੂ ਵੀ ਆਉਂਦੇ ਉਹਨਾਂ ਦੀ ਸੇਵਾ ਬਹੁਤ ਪੁਰਾਣਾ ਬੰਦਾ ਚੰਦ ਬਾਈ ਹੈ ਤੁਹਾਡੇ ਆਉਣ ਤੋਂ ਪਹਿਲਾਂ 2 ਘੰਟੇ ਪਹਿਲਾਂ ਵੀਰ ਇਹੀ ਗੱਲ ਕਰਦੇ ਵੀ ਮੰਡੀ ਚੱਲੋ ਜੀ ਵੀ ਤੁਹਾਨੂੰ ਪਰਬਰ ਸਾਰ ਲੈ ਕੇ ਜਾਣਾ ਸਾਰਿਆਂ ਨੂੰ ਐਤਕੀ ਸਹਿਲ ਉਹਨਾਂ ਨੂੰ ਵੀ ਬਲਕਾਰ ਵੀ ਐਤਕੀ ਪੂਰੇ ਤਿਆਰੀ ਜੀ ਹੈ ਸਾਰੀ ਆ ਗੱਡੀ ਭਰ ਕੇ ਜਾਓਗੇ ਜਾ ਵੀ ਸਕਦੀ ਹਾਂ ਜੀ
सहयोगी है जिन्होंने सपोर्ट की हौसला दिंदे आ खेड के बंदे सत्कार योग भी हां बाकी छिंदा बाई हो गया जी हां जी बचन हो गया जी बचन बाई छिंदा बाई हो गया जी दूगा बाल इना जोर ना के कोई सुध बुध नहीं पूरे जान ला दे सी ओहो जे खेतर च अज दे समय थोनू केड़े चोटी दे तीन चाबक लगदे आ भी हां यार सारिया तो हकाउणे तुसी आ चापकी सही गल हो गया जी जबो माज अच्छा मैं एक गल होर कर इंदू हो गया जी इंदू जी इंदू मेघो वाला हो गया है ना ओए सब चलो चोटी दे सारे सुखा रहे प्रिया जो जिन्ने भी चापक ने अपने भाई दीप उन्हें तो चलो पुराने बंदे अज लोग सत्कार भी करते हैं थोड़ा भी करते हैं ये जरा मान लो लखी लहार माजरे वाला सी उन्हें पिछली गर्मी च पहले दो तीन नंबर उन्हें ही रखे बहुत भाई दे सी उहदे च तुसी चापकी कीती आ किन्ना फर्क मानदे हो भी चापक दे हत्थ च किन्ने क पॉइंट ਚਾਪਕ ਦੇ ਹੱਥ 'ਚ ਹੈਗੇ ਜੀ 50 ਇਸ਼ਾਰੀਆਂ ਜੀ 50 ਇਸ਼ਾਰੀਆਂ ਹਾਂਜੀ ਇੰਨੀਆਂ ਕਿਵੇਂ ਇੰਨੀਆਂ ਨਿਕਲ ਜਾਂਦੀਆਂ ਨੇ ਜੀ ਦਿਮਾਗ ਨਾਲ ਬਹੁਤ ਥੱਕ ਜਾਂਦੇ ਜੀ ਬੰਦਾ 50 ਇਸ਼ਾਰੀਆਂ ਨਿਕਲ ਜਾਣਗੀਆਂ ਜੀ 50 ਇਸ਼ਾਰੀਆਂ ਤਾਂ ਅੱਧੀ ਖੇਡ ਖਤਮ ਹੋ ਜਾਂਦੀ ਹੈ ਆਹੀ ਤਾਂ ਗੱਲ ਆ ਜੀ ਹਾਂ ਕਈ ਬੰਦੇ ਦਿਮਾਗ ਨਹੀਂ ਲਾਉਂਦੇ ਵੀ ਇੱਥੇ ਕੀ ਕਰਨਾ ਇੱਥੇ ਕੀ ਕਰਨਾ ਜੀ ਇਹ ਫਰਕ ਹੈਗਾ ਫਰਕ ਆ ਜੀ ਤੁਹਾਡਾ ਆਪਦਾ ਤਜਰਬਾ ਹਾਂਜੀ ਮੇਰਾ ਤਜਰਬਾ ਜੀ ਵੀ 50 ਇਸ਼ਾਰੀਆਂ ਹੈਗੀਆਂ ਜੀ ਚਾਪਕ ਦੇ ਹੱਥ 'ਚ ਹੈਗੀਆਂ ਜੀ ਹੈਗੀਆਂ ਚਲੋ ਇਹ ਵੀ ਗੱਲ ਵੀ ਜਾਣੀ ਕਿਉਂਕਿ ਤੁਸੀਂ ਇਹ ਆਪ ਕੰਮ ਕੀਤਾ ਹਾਂ ਜੀ ਕਰਾਇਆ ਜੀ ਆਪ ਕੰਮ ਇਹ ਕਦੇ ਐਕਸਪੈਰੀਮੈਂਟ ਕੀਤਾ ਵਾ ਵੀ ਆਹ ਬੋਲ ਦਿੰਦੇ ਆ ਇਹਨੂੰ 50 ਇਸ਼ਾਰੀਆਂ ਬਿੰਦਰ ਨੇ ਜਿਤਾ ਪਏ ਹੁਣ ਇਹ ਤਾਂ ਜੀ ਫਰਕ ਪਾਏ ਜਾਂਦੇ ਨੇ ਜੇ ਹੁਣ ਬੰਦਾ ਦਿਮਾਗ ਨਾਲ ਹੱਕੇ ਜੀ ਹੁਣ ਅੱਗੇ ਆਪਾਂ ਹੱਕਦੇ ਹੀ ਰਹੇ ਹਾਂ ਮੈਂ ਉਹੀ ਪੁੱਛਦਾ ਹਾਂ ਜੀ ਹਾਂ ਇਹਦਾ ਕਈ ਤਾਂ ਜੀ ਹੁਣ ਅਗਲੇ ਨੂੰ ਚਿੰਬੜੀ ਰਹਿੰਦੇ ਨੇ ਉਹ ਬਹੁਤ ਦੂਏ ਤੋਂ ਵੀ ਮਾੜਾ ਮੋਟਾ ਕੁਛ ਕਰਾ ਕੇ ਦੇਖਣਾ ਚਾਹੀਦਾ ਕਿਵੇਂ ਮਗਰਲੇ ਨੂੰ ਜੇ ਹੁਣ ਇੱਕ ਬਹੁਤ ਪਿੱਛੇ ਰਹਿ ਗਿਆ ਜੀ ਉਹਨੂੰ ਕਈ ਹੱਕੀ ਜਾਂਦੇ ਨੇ ਅੱਛਾ ਦੂਏ ਨੂੰ ਤਾਂ ਬਹੁਤ ਛੇੜਦੇ ਨੇ ਜੀ ਅੱਛਾ ਜਿਹੜਾ ਵੱਧ ਭਜਦਾ ਜੀ ਉਹਨੂੰ ਤਾਂ ਕਹਿੰਦੇ ਛੇੜਦੇ ਨੇ ਉਹਨੂੰ ਵੀ ਨਾਲ ਛੇੜਨਾ ਚਾਹੀਦਾ ਅੱਜ ਜਿਵੇਂ ਤੁਸੀਂ ਆਪਦੇ ਵੱਧ ਭਜਦੇ ਤੇ ਚੋਕਾ ਲਾਤਾ ਸੀਗਾ ਵੀ ਬਾਪੂ ਨੇ ਮਗਰ ਵੀ ਆ ਤੂੰ ਕਾਹਤੋਂ ਲਾਇਆ ਪਰ ਉਹ ਤੁਸੀਂ ਸਿਆਣਪਣਾ ਜਿਹੜੀ ਗੱਲ ਕਹੀ ਵੀ ਪਹਿਲਾ ਨੰਬਰ ਤਾਂ ਹੀ ਹੋ ਗਿਆ ਇੱਕ ਪੁਆਇੰਟ ਜਿਹੜਾ ਟੁੱਟਿਆ ਉਹ ਉਹਨੂੰ ਛੇੜਨ ਕਰਕੇ ਹੋ ਗਿਆ ਉਹਦਾ ਕਿਵੇਂ ਫਿਰ ਉਹ ਦੂਜੇ ਦੇ ਗੱਡੀ ਨਹੀਂ ਵੱਜੂ ਨਹੀਂ ਵੱਜਦੀ ਹਾਂ ਨਹੀਂ ਨਹੀਂ ਗੱਡੀ ਨਹੀਂ ਵੱਜ ਉਹ ਹੋਰ ਤੇਜ਼ ਹੋ ਜਾਂਦਾ ਜਾਂ ਨੂੰ ਗੱਲ ਸਾਂਭ ਲੈਂਦਾ ਜਾਂ ਲੀਕ ਆ ਜਾਂਦੀ ਹੈ ਜੀ ਕਿਉਂਕਿ ਵੀਰ ਹੋਣਾ ਦਾ 1987 ਤੋਂ
ਮਿੰਦਰ ਵੀਰ ਉਹਨਾਂ ਦਾ ਇਹ ਖੇਡ ਨਾਲ ਨਾਤਾ ਜੁੜਿਆ, ਪਹਿਲਾਂ ਬਜ਼ੁਰਗਾਂ ਨਾਲ ਨਾਤਾ ਸੀ, ਕਿੰਨੇ ਬਲਦ ਖਰੀਦੇ ਅਤੇ ਉਹਨਾਂ ਦੀ ਹੁਣ ਆਪਾਂ ਡਿਟੇਲ ਉਹਨਾਂ ਦੇ ਭਤੀਜੇ ਤੋਂ ਕਰਨ, ਕਿੰਨੇ ਬਲਦ ਹੁਣ ਤੱਕ ਖਰੀਦੇ ਆ? ਬਲਦਾਂ ਦੀ ਗਿਣਤੀ ਤਾਂ ਨਹੀਂ ਹੈਗੀ ਜੀ ਕੋਈ, ਹਾਂਜੀ ਮਤਲਬ ਅਣਗਿਣਤੇ ਖਰੀਦੇ ਨੇ। ਅੱਛਾ, ਅਤੇ ਜਾਣੀ ਜਿਹੜੇ ਬਲਦ ਮੁੱਲ ਲੈ ਕੇ ਭਜਾਏ ਨੇ ਜੀ, ਹਾਂਜੀ ਉਹ ਆਪਾਂ 2007 'ਚ ਕੋਰਟ ਤੋਂ ਲਿਆ ਸੀਗਾ। ਅੱਛਾ, ਚੰਦਵੀਰ ਤੋਂ। ਅੱਛਾ ਜੀ, ਅਤੇ ਉਸ ਤੋਂ ਬਾਅਦ ਜੀ ਫਿਰ 2010 'ਚ ਲਿਆ ਛਪਾਰੀਆ। ਅੱਛਾ, ਕਿੰਨੇ ਦਾ? 1.5 ਲੱਖ ਦਾ ਜੀ। ਅੱਛਾ, ਹਾਂਜੀ ਉਹਨੇ 3 ਨੰਬਰ ਕੀਤੇ ਨੇ ਸਾਡੇ ਕੋਲ। ਅੱਛਾ, ਉਹਨੇ ਮੁੜ ਕੇ ਨਹੀਂ ਭੱਜਿਆ। ਅੱਛਾ, ਅਤੇ ਉਸ ਤੋਂ ਬਾਅਦ ਫਿਰ ਲਿਆ ਜੀ 2013 'ਚ ਤੱਖਰਾਂ ਵਾਲਾ। ਅੱਛਾ, ਉਹਨੇ ਇੱਕ ਮੋਟਰਸਾਈਕਲ ਜਿੱਤਿਆ। ਅੱਛਾ, ਅਤੇ ਉਸ ਤੋਂ ਬਾਅਦ ਹੋਰ ਨਹੀਂ ਕੋਈ ਲਿਆ ਜੀ, ਬਾਕੀ ਲੈ ਕੇ ਪਾਲ ਕੇ ਭਜਾਏ ਨੇ। ਬਹੁਤੇ ਪਾਲ ਕੇ ਭਜਾਏ? ਹਾਂਜੀ, ਪਾਲਕੇ ਵਾਲੀ ਫਿੱਟ ਨੇ। ਹਾਂਜੀ, ਕੇਬਲ ਤੋਂ ਲਿਆ ਜੀ, ਕੇਬਲ ਤੋਂ ਲਿਆ 1,15,000 ਦਾ ਤਾਰ ਸਾਹ ਬਣੇ ਦਾ ਸਾਂਝਾ ਜੀ। ਅੱਛਾ, ਉਹ ਵੀ ਥੋੜ੍ਹੇ ਭੱਜਿਆ ਜੀ? ਉਹ ਵੀ ਥੋੜ੍ਹੇ ਭੱਜਿਆ ਜੀ, ਪਹਿਲਾ ਨੰਬਰ ਉਹ ਤੋਂ ਹੋਇਆ ਨਹੀਂ। ਦੂਆ 30 ਕਰ ਦਿੰਦਾ ਜੀ, ਦੂਆ ਫਿਰ 1,15,000 ਵਾਲਾ ਠੀਕ ਆ, 8 ਲੱਖ ਵਾਲਾ ਸਕਾਰਪੀਓ ਜਿੱਤਦਾ ਵਾ ਬਿਲੇ ਹੁਣ ਤੁਸੀਂ, ਹੁਣ 1 ਲੱਖ ਵਾਲੇ ਨਾਲ ਹੀ ਕਿਉਂ ਵੀ ਹੁਣ ਹੁਣ 15 ਲੱਖ ਲੱਗਣਾ। ਹਾਂ ਬੱਚਾ, 14,000 ਦਾ ਹੀ ਰਿਹਾ, ਇਹ ਵੀ ਕੇਬਲ ਤੋਂ ਲਿਆ, ਇਹ ਵੀ ਕੇਬਲ ਤੋਂ ਲਿਆ ਜੀ। ਅੱਛਾ, ਹਾਂਜੀ ਇਹਨੇ ਮੋਟਰਸਾਈਕਲ ਜਿੱਤਿਆ ਜੀ, ਇਹਨੂੰ 3,000 ਰੁਪਿਆ ਜਦੀ ਨਫਾ ਦੱਸਿਆ ਜੀ ਇੱਥੇ। ਹਾਂਜੀ, ਬਾਂਗਰੋਂ ਤੋਂ ਲਿਆ ਸੀ ਉਹਨੇ ਜਦੀ। ਹਾਂਜੀ, ਚਲੋ ਇਹ ਤਾਂ ਕਰਮਾਂ ਦੀ ਖੇਡ ਆ, ਹੈ ਨਾ, ਉਹਦਾ ਇਹ ਗੱਲ ਆ ਵੀ ਬਾਕੀ ਸੇਵਾ ਦੀ ਕਰਮਾਂ ਦੀ ਬਾਕੀ ਤਾਂ ਜੀ ਮੁਕੱਦਰ ਨੇ, ਮੁਕੱਦਰ ਆ, ਸਾਰੇ ਮੁਕੱਦਰ ਆ। ਜਿਹੜਾ ਕੋਟ ਮੋਟਰਸਾਈਕਲ ਜਿੱਤਿਆ ਸੀਗਾ ਸਾਵੇ ਬਲਦ, ਉਹ ਜੈਲੀ ਨਾਲ ਸਾਂਝਾ ਸੀਗਾ ਇਤਨਾਂਸੂ ਨਾਲ। ਅੱਛਾ, ਹਾਂਜੀ ਜੈਲੀ ਬਾਈ ਸਾਂਝਾ ਭਜਾਇਆ। ਹਾਂਜੀ, ਚਲੋ ਜਾਣੀ ਹੁਣ ਤਾਂ ਤੁਹਾਡਾ ਆਪਦਾ ਹੀ ਭਾਈਚਾਰਾ ਹੋ ਗਿਆ, ਬਾਬਾ ਕਿਰਪਾ ਕਰੇ ਤੇ ਆਉਣ ਵਾਲੇ ਸਮੇਂ 'ਚ ਤੇ ਪੂਰੇ ਬਣ ਕੇ ਟੱਕਰੀਏ। ਹਾਂਜੀ, ਹੈ ਨਾ, ਨਵੇਂ ਮੁੰਡੇ ਆ ਸਾਰੇ, ਤੇ ਚਾਚਾ ਤਾਂ ਪਿੱਛੇ ਦੀ ਆ ਜਾ ਕਰੋ ਵੀ ਮੂਹਰੇ, ਕਿਉਂਕਿ ਜਦੋਂ ਜੂਸ ਜਾਂਦਾ ਵਾ ਸੋਹਣੇ ਵੀ ਲੱਗਦੇ ਆ ਜਦੋਂ ਦੇਖਣ ਵਾਲਾ ਵਾ, ਕਿਉਂਕਿ ਯੂਟਿਊਬ ਤੇ ਹੁਣ ਆਪਾਂ ਦੇਖਦੇ ਆ ਬਿੱਲੇ ਬਾਈ। ਪਹਿਲਾ ਸਮਾਂ ਪਤਾ ਕੀ ਹੈ, ਥੋੜਾ ਜਿਹਾ ਮੈਂ ਆਪਣੇ ਸਹਿਲਾਂ ਨੂੰ ਥੋੜਾ ਘੂੜੀਆਂ ਸ਼ੌਂਕ ਵੀ ਆ, ਬਾਕੀ ਸ਼ੌਂਕ ਆ। ਚਲੋ ਉੱਪਰ ਕਬੂਤਰਾਂ ਵਾਲਾ ਤਾਂ ਗਰਮੀ ਚ ਹੀ ਰਹਿ ਜਾਂਦਾ ਸੀ, ਮਤ ਨਿਕਲ ਹੁੰਦਾ। ਸਹੀ ਗੱਲ, ਨਵੇਂ ਜੂਸ ਨਾਲ ਚਲੋ ਸ਼ੌਂਕ ਜ਼ਰੂਰ ਚਾਹੀਦੇ ਆ ਨਾ ਬੰਦੇ ਨੂੰ, ਸ਼ੌਂਕ ਨਾਲ ਹੀ ਆ ਜ਼ਿੰਦਗੀ, ਨਹੀਂ ਤਾਂ ਬੰਦਾ ਡਿਪਰੈਸ਼ਨ 'ਚ ਕੰਮ ਕਰੀਏ, ਜਿਵੇਂ ਵਿਦੇਸ਼ 'ਚ ਜਾਂਦੇ ਆ ਉਹ ਵੀ ਥੋੜ੍ਹਾ ਜਿਹਾ ਸ਼ੌਂਕ ਹੀ ਪਾਲਦੇ ਆ। ਜਿੰਨੇ ਆਪਣੇ ਬਾਹਰ ਜਾਂਦੇ ਆ ਬੰਦੇ, ਜਾਊਗਾ ਆਪਣਾ ਭਤੀਜਾ ਆਊਗਾ ਤਾਂ, ਨਹੀਂ ਤਾਂ ਕੰਮ ਪੈਸਾ ਘਰੇ ਬਸ, ਤਿੰਨ ਹੀ ਗੱਲਾਂ ਨੇ। ਇੰਜੋਏਮੈਂਟ ਤਾਂ ਫਿਰ ਕਿਤੇ ਰਹਿ ਜਾਂਦੀ ਆ, ਉਹ ਆਪਣੇ ਭਰਾਵਾਂ ਨਾਲ ਉਹ ਪੂਰਾ ਕਰਦੇ ਆ। ਅਤੇ ਮਹਿੰਦਰ ਬਾਈ ਫਿਰ ਹੁਣ ਆਪਾਂ ਮਹਿੰਦਰ ਬਾਈ ਨਾਲ ਜਿੱਥੇ ਪਰਿਵਾਰਕ ਗੱਲਾਂ ਹੋਈਆਂ ਸਾਰੇ, ਅੱਜ ਯੂਥ ਨਾਲ ਨਵੇਂ ਯੂਥ ਨਾਲ ਵੀ ਗੱਲਾਂ ਬਾਤਾਂ ਹੋਈਆਂ, ਅਤੇ ਹੁਣ ਫਿਰ ਬਲਦਾਂ ਨਾਲ ਆਪਾਂ ਗੱਲਾਂ ਬਾਤਾਂ ਕਰੀਏ ਵੀ ਜਿਹੜੇ ਨਵਾਂ ਤੁਹਾਡੇ ਪਟਾਰੇ 'ਚ ਆਉਣ ਵਾਲੇ ਸਮੇਂ 'ਚ ਬੰਦ ਨੇ, ਠੀਕ ਹੈ, ਜੇ ਉਹਨਾਂ ਦੇ ਕਰਮਾਂ 'ਚ ਹੋਇਆ ਤਾਂ ਠੀਕ ਆ, ਨਹੀਂ ਫਿਰ 15-20 ਲੱਖ ਤਿਆਰ ਰੱਖੋ। ਹੁਣ ਕਿਆ ਬੋਲੇ, ਫਿਰ ਤਾਂ ਛੇਤੀ ਜਾਣਾ ਪਊ ਹੁਣ, ਕਿਉਂਕਿ ਗਾਹਾਂ ਫਿਰ ਕੋਰਟ ਦਾ ਮੇਲਾ ਤਾਂ ਆ ਗਿਆ, ਕੋਰਟ ਦਾ ਤਿਆਰ ਨੇ, ਦੋ ਬੱਚੇ ਛੋਟੇ ਤਿਆਰ ਨੇ, ਇੱਕ ਬੱਚਾ ਜਿਹੜਾ ਆ ਜੀ ਇਹ ਚੌਗਾ ਹੋਇਆ, ਇਹ ਵੀ ਤਿਆਰ ਆ ਜੀ। ਚਲੋ, ਇਹ ਵੀ ਦੋ ਗੇੜੇ ਲਾਏ ਨੇ ਯਾਰ, ਦੋ ਗੇੜੇ ਲਾ ਤੇ। ਹਾਂਜੀ, ਚਲੋ ਵਧੀਆ ਗੱਲ, ਅਤੇ ਹੁਣ ਆਪਾਂ ਫਿਰ ਕਰੀਏ ਬਲਦਾਂ ਨਾਲ ਗੱਲਬਾਤ, ਜਿਹੜੇ ਨਵੇਂ ਪਟਾਰੇ 'ਚ ਬਣਦਾ ਅਤੇ ਉਹ ਬੱਚਿਆਂ ਨਾਲ ਹੁਣ ਆਪਾਂ ਗੱਲਾਂ ਬਾਤਾਂ ਕਰੀਏ, ਕਿਉਂਕਿ ਬਹੁਤ ਸੋਹਣੀ ਅੱਜ ਆਪਾਂ ਸਾਰੇ ਨਵੇਂ ਯੂਥ ਨਾਲ ਉਹਨਾਂ ਦੀਆਂ ਦਿਆਲੀਆਂ ਗੱਲਾਂ। ਮਹਿੰਦਰ ਬਾਈ ਇਹਨਾਂ ਦੇ ਸਾਰੇ ਭਤੀਜਿਆਂ ਨਾਲ ਭਰਾਵਾਂ ਨਾਲ ਗੱਲਬਾਤ ਕੀਤੀ ਆ, ਇਹਨਾਂ ਦੇ ਇਹ ਸ਼ੌਂਕ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਬਹੁਤ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਬੈਲ ਭਜਾਏ ਵੀ ਆ ਅਤੇ ਆਪ ਤਿਆਰ ਕਰਕੇ ਟਰੈਕ 'ਤੇ ਵੀ ਲੈ ਕੇ ਆਏ ਆ। ਹੁਣ ਜਿਹੜੇ ਅੱਜ ਇਹਨਾਂ ਦੇ ਪਟਾਰੇ ਦੇ ਵਿੱਚ ਜਿਹੜੇ ਬਲਦ ਹੈਗੇ ਆ, ਬੱਚੇ ਹੈਗੇ ਆ ਤਿਆਰ ਕਰਨ ਵਾਲੇ, ਤਿਆਰ ਕੀਤੇ ਹੋਏ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਸ ਕਾਰਨ ਇਹ ਕਿਹੜਾ ਬੱਚਾ ਵੀ, ਇਹ ਵੀਰੇ ਆਪਾਂ ਜਿਹੜਾ ਕੇਬਲ ਤੋਂ ਲਿਆ ਸੀਗਾ ਜੀ, ਅੱਛਾ 14,000 ਦਾ, ਅੱਛਾ ਖੀਰਾ ਪਠਾਣਾ ਜਿੱਤ ਗਿਆ ਜੀ। ਇਹ ਪਹਿਲੇ ਦਿਨ ਜੋੜਿਆ ਸੀ ਜਾ ਕੇ ਹੇੜੀਆਂ, ਇਹਨੇ 13ਵਾਂ ਨੰਬਰ ਕੀਤਾ ਸੀ। ਅੱਛਾ ਜੀ, ਪਹਿਲੇ ਦਿਨ, ਅੱਛਾ ਫਿਰ 2-4 ਖੇਡਾਂ ਜੋੜਿਆ, ਫਿਰ ਇਹ ਦੁਆਬੇ 'ਚ ਬਠੁੱਲੇ ਪਹਿਲਾ ਨੰਬਰ ਕਰਕੇ ਆਇਆ ਸੀਗਾ, ਗੋਗੀ ਹਰੀਪੁਰ ਵਾਲੇ ਨਾਲੇ ਗੋਗੀ ਸਾਹਿਬ। ਅੱਛਾ, ਫਿਰ ਇਹਨੇ ਬਿਲ ਕੇ ਮੋਟਰਸਾਈਕਲ ਜਿੱਤੇ ਜੀ। ਕਿਹੜੇ ਸੰਨ 'ਚ? ਇਹ 20 'ਚ ਜੀ, 20 'ਚ ਜਨਵਰੀ, ਜਿਹੜੀ ਪਹਿਲੀ ਜਨਵਰੀ ਨੂੰ ਖੇਡ ਹੁੰਦੀ ਹੁੰਦੀ ਆ। ਅੱਛਾ, ਹਾਂਜੀ, ਫਿਰ ਉਦੋਂ ਬਾਅਦ 'ਚ ਇਹ ਰਣਧੀਰ ਸਿੰਘ ਬੀਪੁਰ ਨਾਲ ਲੱਲੋਂ,
ਦੂਆ ਨੰਬਰ ਬਣਿਆ ਜੀ ਦੂਆ ਹਾਂਜੀ ਅੱਛਾ ਤੇ ਫਿਰ ਉੱਥੇ ਪਾਲ ਸਿੰਘ ਕੰਗਰਾਲੀ ਨਾਲ ਇੱਧਰ ਆਪਣੇ ਰੋਪੜ ਕੋਲ ਖੇਡ ਹੋਈ ਸੀਗੀ ਉੱਥੇ ਪਹਿਲਾ ਨੰਬਰ ਬਣਿਆ ਜੀ ਯਾਨੀ ਪਹਿਲੇ ਦੋ ਚ ਇਹ ਘੁੰਮਦਾ ਵਾ ਹਾਂਜੀ ਹਾਂਜੀ ਤੇ ਸਾਊ ਤੇਰੇ ਚ ਨਹੀਂ ਲੱਗਦਾ ਹੈ ਭੀਮਾ ਪੂਰਾ ਮਿੰਦਰ ਭਾਈ ਸਾਊ ਦਾ ਬਦਲਾ ਉੱਥੇ ਤਾਂ ਬਥੇਰਾ ਜਾਂਦਾ ਹੁੰਦਾ ਹੈ ਘੁੰਮਦਾ ਉੱਥੇ ਅੱਜ ਗੱਡੀ ਚਲਾਉਂਦਾ ਜਿਵੇਂ ਮੁੰਡੇ ਕਹਿੰਦੇ ਆ ਵੀ ਜੋਸ਼ ਆ ਜਾਂਦਾ ਸਾਈਲੋ ਨਹੀਂ ਕਹਿੰਦੇ ਆ ਵੀ ਉਹ ਟਰੈਕ ਹੀ ਚੀਜ਼ ਹੀ ਇਹੋ ਜਿਹੀ ਆ ਗੋਪੀਪੁਰ ਇੰਟਰਵਿਊ ਚ ਦੱਸਦਾ ਵਾ ਜ਼ਿਕਰ ਕਰਦਾ ਵਾ ਤੇ ਇਹ ਬਲਦ ਉੱਥੇ ਨਸਲਪੁਰ ਜਿੱਤਿਆ ਸੀ ਅੱਛਾ ਇਹ ਬਲਦ ਦਾ ਜ਼ਿਕਰ ਕਰਦਾ ਕਲਵੀਰ ਮਾਨਕਾ ਜਿਹੜਾ ਸਾਂਝਾ ਕਰਿਆ ਅੱਛਾ ਹਾਂਜੀ ਠੀਕ ਠੀਕ ਤੇ ਇਹ ਫਿਰ ਕਲਵੀਰ ਵਾਲੇ ਨਾਲ ਉੱਥੇ ਜਿੱਤੇ ਹਾਂਜੀ ਹਾਂਜੀ ਠੀਕ ਠੀਕ ਤੇ ਵਾਕਈ ਬਹੁਤਾ ਸਾਊ ਆ ਦੇਖ ਕੇ ਬਿੱਲੇ ਕੋਈ ਪਾਠ ਤਾਂ ਨੀ ਮੰਤਰ ਪੜ੍ਹਦਾ ਅੱਖਾਂ ਹੀ ਮਿੱਚੀ ਜਾਂਦਾ ਹੁਣ ਕੋਈ ਜਾਦੂ ਟੂਣਾ ਐਂ ਕਰੀ ਜਾਂਦਾ ਐਂ ਕਰੀ ਜਾਂਦਾ ਹੈ ਇੰਨਾ ਸਾਊ ਤਾਂ ਹੈ ਨੀ ਇਹ ਸਾਊ ਵਾਲਾ ਕੁਛ ਮੰਤਰ ਤਾਂ ਨੀ ਮਾਰਿਆ ਹੋਇਆ ਹੈ ਚਲੋ ਉਹਦਾ ਸਾਊ ਬਹੁਤ ਆ ਜੀ ਬਹੁਤ ਪਿਆਰਾ ਹੈ ਨਾ ਤੇ ਆਉਣ ਵਾਲੇ ਸਮੇਂ ਚ ਵੱਡੀਆਂ ਆਸਾਂ ਪੂਰੀਆਂ ਆਸਾਂ ਨੇ ਸਾਨੂੰ ਇਹਦੀਆਂ ਕਿਉਂ ਭਤੀਜ ਹਾਂਜੀ ਹਾਂਜੀ ਪੂਰੀਆਂ ਨੇ ਮਿਹਨਤ ਹਲੇ ਗੇੜੇ ਗੇੜੇ ਲੱਗੇ ਨਹੀਂ ਸਾਲੇ ਦੋਏ ਗੇੜੇ ਲਾਏ ਨੇ ਜੀ ਹਲੇ ਹਲੇ ਇੱਕ ਅੱਧਾ ਗੇੜਾ ਹੋਰ ਲੈ ਕੇ ਫੇਰ ਚੱਲਾਂਗੇ ਗਰਮੀ ਕਰਕੇ ਥੋੜਾ ਰੁਕਿਆ ਜੀ ਮੈਂ ਜ਼ਿਆਦਾ ਗਰਮੀ ਆ ਹਾਂ ਬੜੀ ਗਰਮੀ ਅੱਛਾ ਇਹ ਗਰਮੀ ਤੇ ਸਿਆਲ ਦਾ ਵੀ ਕੋਈ ਫਰਕ ਆ ਤੁਸੀਂ ਤਾਂ ਹੁਣ ਸਾਰੀ ਉਮਰ ਲੰਘ ਗਈ ਗਰਮੀ 'ਚ ਕਈ ਵਾਰ ਬਲ ਭੱਜਦੇ ਨੇ ਕਈ ਸਿਆਲ 'ਚ ਵੱਧ ਭੱਜਦੇ ਨੇ ਅੱਛਾ ਵਿੱਚ ਜਿਵੇਂ ਕਹਿੰਦੇ ਆ ਵੀ ਗਰਮੀ ਦਾ ਭੱਜਿਆ ਸਿਆਲ 'ਚ ਨਹੀਂ ਭੱਜਦਾ ਇਹ ਕੋਈ ਮੰਨਦੇ ਹੋ ਗੱਲ ਇਹ ਹੋ ਜਾਂਦੀ ਹੈ ਜੀ ਫਰਕ ਪੈਂਦਾ ਫਰਕ ਪੈਂਦਾ ਜੀ ਪੈਂਦਾ ਕਿੰਨੇ ਪਰਸੈਂਟ ਮੰਨ ਲਓ 100 ਬਲਦ ਭੱਜਦਾ ਉਹਦੇ 'ਚੋਂ ਕਿੰਨੇ ਗਰਮੀ ਦੇ ਭੱਜੇ ਹੋਏ ਸਿਆਲ 'ਚ ਨਹੀਂ ਭੱਜਣਗੇ 20 ਤਾਂ ਡਾਊਨ ਹੋਣਗੇ ਜੀ 80 ਚੱਲਣਗੇ ਚੱਲਣਗੇ 80 ਸਿਆਲ 'ਚ ਵੀ ਭੱਜਣਗੇ ਭੱਜਣਗੇ ਜੀ ਫਿਰ ਤਾਂ ਕੋਈ ਬਹੁਤਾ ਫਰਕ ਨਹੀਂ ਰਿਹਾ ਫਰਕ ਨਹੀਂ ਹੈਗਾ ਜਾਨ ਦੀ ਫਰਕ ਪਾ ਦਿੰਦੇ ਨੇ ਜੀ ਪਾ ਦਿੰਦੇ ਹਾਂ ਜੀ ਕਿਉਂਕਿ ਉਹ ਵੀ ਥੋੜੀ ਬਹੁਤੀ ਰਿਸ਼ਤੇ ਆ ਜਿਵੇਂ ਆਪਾਂ ਤੁਸੀਂ ਤਾਂ ਨਵਾਂ ਯੂਥ ਹੋ ਜਿਵੇਂ ਚਾਹੇ ਉਹ ਕ੍ਰਿਕਟ ਦੇ ਆ ਚਾਹੇ ਫੁੱਟਬਾਲ ਦੇ ਆ ਤੇ ਚਾਹੇ ਕੋਈ ਹੋਰ ਜਿਹੜੇ ਗੇਮ ਰੈਗੂਲਰ ਚੱਲਦੀ ਆ ਬੰਦਾ ਕਹਿੰਦਾ ਵੀ 2 ਮਹੀਨੇ 3 ਮਹੀਨੇ ਰੈਸਟ ਜ਼ਰੂਰੀ ਆ ਉਵੇਂ ਜਿਵੇਂ ਇਹਨਾਂ ਨੂੰ ਵੀ ਰੈਸਟ ਜ਼ਰੂਰੀ ਹਾਂਜੀ ਐਨਰਜੀ ਨਵੀਂ ਜੋਸ਼ ਆ ਜਾਂਦਾ ਚਲੋ ਅੱਛਾ ਇਹ ਬੱਚਾ ਇਹ ਲਿਆ ਜੀ ਆਪਾਂ ਹਰਨਾਮਪੁਰੇ ਤੋਂ ਅੱਛਾ ਹਾਂਜੀ ਖੀਰਾ ਵਾ ਇਹ ਦੁੱਗਾ ਹੋ ਗਿਆ ਜੀ ਹੁਣ ਹਾਂ ਹਾਂਜੀ ਇਹ ਖੀਰਾ ਲਿਆ ਸੀਗਾ ਦੁੱਗਾ ਹੋ ਗਿਆ ਜਾਨੀ ਇਹਦੀਆਂ ਲਾਈਆਂ ਨੇ 4-5 ਖੇਡਾਂ ਅੱਛਾ ਤੇ ਵਧੀਆ ਭੱਜਿਆ ਜਾਨੀ ਨੰਬਰ ਕਰ ਗਿਆ ਜੀ ਅੱਛਾ ਇਹ ਵੀ ਪੂਰਾ ਸਾਊ ਆ ਹਾਂਜੀ ਹਾਂਜੀ ਪੂਰਾ ਜੀ ਪਰੇ ਰਹੇ ਕਈਆਂ ਨੇ ਢਾਇਆ ਸਾਨੂੰ ਅੱਗੇ ਐਵੇਂ ਹੱਥ ਲਾਉਂਦੇ ਸਤਨਾਮ ਰਹੀਏ ਤੇ ਪਤਾ ਕੁਛ ਨਹੀਂ ਹੁੰਦਾ ਕਿਹੜੇ ਵੇਲੇ ਕਿਹੜਾ ਮੰਤਰ ਮਾਰ ਜਵੇ ਅੱਛਾ ਇਹ ਜਾਨੀ ਪੂਰਾ ਹਾਂਜੀ ਇਹ ਸੋਹਣਾ ਜੋਰ ਲਾਉਂਦਾ ਹਾਂਜੀ ਹਾਂਜੀ ਪੂਰਾ ਵਧੀਆ ਭਾਈ ਜੀ ਅੱਛਾ ਹਾਂਜੀ ਆਉਣ ਵਾਲੇ ਸਮੇਂ ਚ ਇਹ ਉਹਦੇ ਨਾਲ ਸੀ ਰਾਜ ਝੋਟਣਾ ਜੀ ਉਹਦੇ ਨਾਲ ਅੱਛਾ ਅੱਛਾ ਬੱਚੇ ਭੱਜੇ ਨੇ ਜੀ ਖੀਰਿਆਂ ਚ ਖੀਰਾ ਦੀ ਕਦੋਂਗਾ ਜੀ ਅੱਛਾ ਕੋਈ ਆਈ ਪੋਜੀਸ਼ਨ ਹਾਂ ਜੀ ਬੱਚੇ ਆ ਜੀ ਮਨ ਟਾਈਮ 10 ਨੰਬਰ ਦਿੱਤੇ ਸੀ ਉਹਨਾਂ ਨੇ 11ਵਾਂ ਨੰਬਰ ਮਨ ਟਾਈਮ ਸੀ ਜਾਨੀ ਹੈਗੀਆਂ ਆਸਾਂ ਹਾਂਜੀ ਆਸਾਂ ਨਹੀਂ ਹੈਗੀਆਂ ਜੀ ਕਰੂ ਕੰਮ ਹਾਂਜੀ ਹਾਂਜੀ ਹਲੇ ਲੈ ਨੂੰ ਥੋੜਾ ਟਾਈਮ ਹੋਇਆ ਜੀ ਆਪਾਂ ਨੂੰ ਚਲੋ ਜਾਨੀ ਹਜੇ ਪੂਰੀ ਤਿਆਰੀ ਚ ਨਹੀਂ ਹਾਂਜੀ ਪੂਰੀ ਤਿਆਰੀ ਚ ਚੈੱਕ ਹੋ ਗਿਆ ਚੈੱਕ ਕਰਤਾ ਜੀ ਇਹਨਾਂ ਝੋਟ ਵੀ ਨੰਬਰ ਕਰ ਗਿਆ 11ਵਾਂ ਬਣਵਾ ਹਾਂ ਕੋਈ ਨਹੀਂ ਮਾਹਲ ਕਰ ਲਿਆ ਲੋਟੇ ਨੂੰ ਅੱਛਾ ਹਜੇ ਅਕਲੇ ਹੱਥ ਫੇਰੇ ਨਹੀਂ ਜਿਹਦੇ ਤੇ ਅੰਕਲ ਤੁਹਾਨੂੰ ਆ ਸਿਆਲ ਨਾ ਘਰ ਵੇ ਹੱਥ ਫੇਰਦਾ ਫੇਰਦਾ ਏ ਵੀ ਆ ਕਹੇ ਵੀ ਮੁੰਡੇ ਨੂੰ ਪਹਿਲਾਂ ਬਾਹਰ ਤੋਰ ਦਈਏ ਹੈ ਆ ਸਿਆਲ ਤਾਂ ਗਾਹ ਪਾ ਦੇ ਤੇ ਗਾਹ ਤਾਂ ਪਾਉਣਾ ਹੀ ਪਊਗਾ ਹੁਣ ਇੰਨਾ ਜੂ ਤਾਂ ਬਿੱਲੇ ਕਿ ਨਹੀਂ ਹੁਣ ਮੈਦਾਨ ਤਾਂ ਪੂਰਾ ਗੱਜ ਵੱਜ ਕੇ ਆਉਣਾ ਬੂ ਪੂਰੇ ਜੀ ਪੂਰੇ ਹੁਣ ਵੀ ਆਵਾਂਗੇ ਜੀ ਬੱਚਿਆਂ ਨੇ ਆ ਜਾਣਾ ਕੋਈ ਚਲੋ ਬੇਨਤੀ ਰਹੀ ਸਾਰੇ ਮੁੰਡੇ ਚਲੋ ਤੇ ਆ ਬੱਚੇ ਤੋਂ ਪਰੇ ਰਹੀਏ ਨਹੀਂ ਨਹੀਂ ਇਹ ਗਾਹ ਖਾਊਗਾ ਅੱਛਾ ਇਹਦੇ ਚ ਅੱਖ ਚ ਉਹ ਕੀ ਆ ਬਿੰਦਰ ਬਈ ਮੌਕਾ ਜਾਈ ਮੌਕਾ ਜਾਈ ਕੋਈ ਬਾਲ ਹੈ ਨਾ ਹਾਂਜੀ ਪਹਿਲਾਂ ਕੋਈ ਮੈਂ ਤਾਂ ਕਿਹਾ ਕੋਈ ਸ਼ਾਇਦ ਬਈ ਇਹ ਜਮਾਨ ਨਹੀਂ ਪਹਿਲਾਂ ਤੋਂ ਹੀ ਆ ਜੀ ਅੱਛਾ ਮੌਕਾ ਤਾਂ ਨਹੀਂ ਮੈਨੂੰ ਬਾਲ ਹੀ ਉਹ ਸਿੱਧੇ ਲੱਗਦੇ ਆ ਉਹ ਅਸੀਂ ਤਾਂ ਮੌਕਾ ਜਗਾ ਜਾਂਦੇ ਆ ਅੱਛਾ ਤੇ ਤੂੰ ਕਹੋ ਗਿਆ ਇਹ ਇਹਦਾ ਝੁੱਲ ਜ਼ਰੂਰ ਲਾ ਕੇ ਦਿਖਾ ਬਹੁਤ ਹੀ ਜ਼ਿਆਦਾ ਜਾਤ ਵਾਲਾ ਜੀ ਪੂਰਾ ਪਿਓਰ ਜਾਤ ਵਾਲਾ ਬਿੰਦਰ ਭਾਈ ਜਾਨੀ ਇਹਨੂੰ ਜਿਹਨੂੰ ਬ੍ਰੈਡ ਮਾਰਵਾੜੀ ਕਹਿ ਦਈਏ ਉਹ ਮੈਨੂੰ ਉਹ ਕਿੱਥੇ ਵਾਲੇ ਆਪਣੇ ਦੱਸਦੇ ਆ ਵੀ ਨਾਗਾ ਦਾ ਬਸੇਵਾ ਉਹ ਨਗੌਰ ਦੀ ਧਰਤੀ ਤੇ ਵੀ ਇਹ ਉਹ ਜਾਤ ਲੱਗਦੀ ਹੈ ਉਹੀ ਜਾਤ ਆ ਜੀ ਪਿਓਰ ਪੂਰੀ ਅੱਛਾ ਇਹਨੂੰ ਛੇੜਿਆ ਕਿਤੇ ਛੇੜਿਆ ਜੀ ਇਹਨਾਂ ਦਬਾਬੇ ਗਿਆ ਜੀ ਦੋ ਵਾਰ ਲੈ ਕੇ ਨੰਬਰ ਕਰਾਇਆ ਕਿਤੇ ਨੌਵਾਂ ਕਰਾਇਆ ਇੱਕ ਦਿਨ ਬਣਿਆ ਆਪਣਾ ਖੁਚੀ ਇਹਨਾਂ ਮੰਗਲੀ ਵਾਲੇ ਦਾ ਹਾਂ ਜੀ ਅੱਛਾ ਖੀਰੇ ਹੀ ਹਜੇ ਗਾਂਧੀਆਂ ਗੱਲਾਂ ਦੀ ਖੀਰਿਆਂ ਦੀਆਂ ਖੇਡਾਂ ਵਾਲੇ ਹੁਣ ਜਾਨੀ ਦੁੱਗਾ ਛੇਤੀ ਹੋ ਗਿਆ ਹਾਂਜੀ ਹਾਂਜੀ ਸਾਊ ਆਉਂ ਤਾਂ ਬਾਲਾ ਸਾਊ ਹੈ ਹਾਲੇ ਸਾਊ ਨੇ ਜੀ ਕਮਾਲ ਇਹ ਜਾਤ ਇੰਨੀ ਸਾਊ ਤਾਂ ਹੋ ਨਹੀਂ ਸਕਦੀ ਕਿਉਂ ਤਾਂ ਸਾਊ ਨੇ ਜੀ ਕੋਈ ਕੁਛ ਨਹੀਂ ਕਹਦਾ ਜੀ ਠੀਕ ਆ ਹੁਣ ਕੱਲ ਦੇ ਤਾਂ ਨਹੀਂ ਗੁੜ ਚਾਰੀ ਜਾਂਦੇ ਹੱਥ ਨਵੇਂ ਖੜੇ ਰਹੋ ਕਰਕੇ ਭਈ ਅੱਛਾ ਜਾਨੀ ਇਹਦੇ ਤੇ ਵੀ ਪੂਰੀਆਂ ਹਾਂਜੀ ਹਾਂਜੀ ਜਾਨੀ ਆਉਣ ਵਾਲੇ ਸਮੇਂ 'ਚ
ਇੱਕ ਹਾੜੇ ਦਾ ਨਾਂ ਤੇ ਤੁਹਾਡਾ ਸਾਰੇ ਮਿੱਤਰਾਂ ਦੋਸਤਾਂ ਦਾ ਗੱਲਬਾਤ ਕਰੂਗਾ ਕਿਉਂਕਿ ਪਰਮਾਤਮਾ ਦੀ ਅੰਗ ਵੀ ਬਹੁਤ ਸੋਹਣੇ ਲੱਗੇ। ਚਲੋ ਵਧੀਆ ਗੱਲ ਹੈ ਨਾ, ਬਹੁਤ ਜ਼ਿਆਦਾ ਬਹੁਤ ਸੋਹਣਾ ਬਹੁਤ ਸੁੰਦਰ ਆ। ਤੇ ਇੱਧਰ ਵੀ ਰਹਾ ਇਹ ਜੀ, ਇਹ ਲਿਆ ਸੀਗਾ ਜੀ ਜੈਲੀ ਤੋਂ। ਅੱਛਾ चलो वधिया गल भी चाहिदा जरूर है ना, कर पूरा उन्होंने सामभ के लिया तैयार हो रही है ना, ते बड़ा वधिया लग्या वा। ते आपां परमात्मा कृपा करे, होर कोई मन दी गल बात जिस कारण नौ थोड़े ते एंट्री पैंदी है, होर थोड़े मित्र दोस्त कोई बापू तो इधरों पैसे मंगाया करेगा ਕਿਉਂਕਿ ਉਧਰ ਤਾਂ ਹਜੇ ਪੜ੍ਹਾਈ ਤੇ ਪਹਿਲਾਂ ਤਾਂ ਮੰਗਾਉਂਗਾ ਜੀ, ਪਹਿਲਾਂ ਤਾਂ ਹੋਰ ਡਰਾ ਦੇ ਕਹਾ ਸੀ ਬੱਚਾ ਲੈਦਾ ਕੋਈ, ਪਹਿਲਾਂ ਤਾਂ ਮੰਗਾਉਂਗਾ ਜੀ, ਪਹਿਲਾਂ ਮੰਗਾਉਣੀ ਪੈਂਦੇ ਆ, ਮੰਗਾਉਣੇ ਤਾਂ ਪੈਣਗੇ, ਇਹ ਤਾਂ ਮੰਗਾਉਣੇ ਤਾਂ ਪੈਣਗੇ ਕਿਉਂਕਿ ਪੜ੍ਹਾਈ ਚੱਲਣੀ ਹੈ ਨਾ, ਕੰਮ ਥੋੜਾ ਹੀ ਹੋਣਾ ਵਾ। ਹਾਂਜੀ ਤੇ ਫਿਰ ਉਦੋਂ ਬਾਅਦ ਫਿਰ ਜਦੋਂ ਸੈੱਟ ਹੋ ਗਏ ਜੀ ਫਿਰ ਭੇਜਾਂਗੇ ਬੋਲਦ ਲੈਣਗੇ ਭਜਾਉਣਗੇ ਜੀ, ਭਜਾਉਣਗੇ। ਹਾਂਜੀ ਚਲ ਬੋਲ ਤਾਂ ਹੁਣ ਵੀ ਲੈ ਸਕਦੇ ਆ, ਬੋਲ ਤਾਂ ਲਵਾਂਗੇ ਜੀ, ਹੁਣ ਤਾਂ ਲਵਾਂਗੇ ਹੈ ਨਾ। ਹਾਂਜੀ ਹਾਂਜੀ ਤੇ ਵੱਡੇ ਵੀਰੇ ਦਾ ਵੀ ਖਿਆਲ ਰੱਖਣਾ ਵਾ, ਖਿਆਲ ਆ ਜੀ ਪੂਰਾ ਹੈ ਨਾ। ਹਾਂਜੀ ਸਾਡੇ ਆਪਦੇ ਭਤੀਜੇ ਚਾਚੇ ਦਾ, ਆਪਦੇ ਭਰਾ ਦਾ, ਸਾਰਿਆਂ ਦਾ ਹੈ ਨਾ। ਹਾਂਜੀ ਨਾਲ ਹੀ ਨੇ, ਹੋਰ ਕੋਈ ਗੱਲਬਾਤ? ਹੋਰ ਬਸ ਠੀਕ ਆ ਜੀ, ਵਧੀਆ ਠੀਕ ਠਾਕ। ਹਾਂਜੀ ਚਲੋ ਅੱਜ ਆਪਾਂ ਸਰਦਾਰ ਬਿੰਦਰ ਸਿੰਘ ਜੀ ਕਹਾੜਾ, ਸਮੁੱਚੇ ਕਹਾੜੇ ਪਰਿਵਾਰ ਨਾਲ ਤੇ ਖਾਸ ਕਰਕੇ ਅੱਜ ਨਵੇਂ ਯੂਥ ਨਾਲ ਗੱਲਬਾਤ ਕੀਤੀ ਆ, ਕਿਉਂਕਿ ਨਵੇਂ ਯੂਥ ਨਾਲ ਜਿਹੜਾ ਸ਼ੌਂਕ ਆ, ਅੱਜ ਖੇਡ ਦੇ ਵਿੱਚ 80% ਨਵਾਂ ਯੂਥ ਆ, ਪੁਰਾਣਿਆਂ ਦਾ ਵੀ ਸਤਿਕਾਰ ਆ ਅਤੇ ਬੜੇ ਠਰੰਮੇ ਵਾਲੇ ਮੁੰਡੇ ਆ, ਕਿਉਂਕਿ ਜਿਹੜੇ ਨਿਮਰਤਾ ਰੱਖਣਗੇ ਖੇਡ 'ਚ ਪਿਆਰ, ਜਿਵੇਂ ਅੱਜ ਪੁਰਾਣੇ ਬਜ਼ੁਰਗਾਂ ਨੂੰ ਯਾਦ ਕੀਤਾ ਜਾਂਦਾ, ਵਧੀਆ ਖਿਡਾਰੀਆਂ ਨੂੰ, ਅਤੇ ਪਰਮਾਤਮਾ ਕਰੇ ਇਹ ਵੀ ਉਸੇ ਪੈੜਾਂ 'ਤੇ ਜਦੋਂ ਕਿਤੇ ਕੋਈ ਗੱਲ ਚੱਲੀ ਇਸ ਨਗਰ ਦੀ ਅਤੇ ਇਸ ਗੱਭਰੂਆਂ ਨੂੰ, ਜਿਵੇਂ ਅੱਜ ਬਿੰਦਰ ਬਾਈ ਦੀ ਗੱਲ ਚੱਲਦੀ ਆ, ਮੁੰਡੇ ਦੇ ਤਾਏ ਹੋਣਾਂ ਦੀ ਗੱਲ ਚੱਲਦੀ ਆ, ਬਾਈ ਰੈਂਪੇ ਦੀ ਗੱਲ ਚੱਲਦੀ ਆ, ਕੁਹਾੜੇ ਵਾਲੇ ਦੀ, ਸਰਪੰਚ ਸਾਹਿਬ ਲਾਲੀ ਜੀ ਹੋਣਾਂ ਦੀ ਗੱਲ ਚੱਲਦੀ ਆ, ਸੋ ਉਹ ਸਾਰੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਜੇ ਕੋਈ ਵਧੀਆ ਇਨਸਾਨ ਵਧੀਆ ਖਿਡਾਰੀ ਹੋਊ ਤਦੇ ਹੀ ਚੱਲਦੀ ਆ। ਸੋ ਇਹ ਮਾਲਵਾ ਟੀ ਵੀ ਦਾ ਉਪਰਾਲਾ, ਪੁਰਾਣੇ ਬੰਦਿਆਂ ਅਤੇ ਯੂਥ ਨਾਲ ਮੁਲਾਕਾਤ ਕਰ ਰਿਹਾ ਵਾ। ਅੱਜ ਦੀ ਮੁਲਾਕਾਤ ਕਿਹੋ ਜਿਹੀ ਲੱਗੀ ਕੁਹਾੜਾ ਪਰਿਵਾਰ ਦੇ ਨਾਲ, ਸਰਦਾਰ ਬਿੰਦਰ ਸਿੰਘ ਜੀ, ਜਸਕਰਨ ਸਿੰਘ ਜੀ, ਬਾਈ ਬਿੱਲਾ ਜੀ ਅਤੇ ਉਹਨਾਂ ਦੇ ਸਹਿਲ ਜੀ, ਸਾਰੇ ਮਿੱਤਰਾਂ ਦੋਸਤਾਂ ਦੇ ਨਾਲ ਕਿਹੋ ਜਿਹੀ ਲੱਗੀ ਜ਼ਰੂਰ ਦੱਸਿਓ ਕਮੈਂਟ ਬਾਕਸ 'ਚ ਜਾ ਕੇ, ਅਤੇ ਕਿਹੋ ਜਿਹਾ ਇਹ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਿਆਰ ਭਰਿਆ, ਜਿਹੜੇ ਨਵੇਂ ਯੂਥ ਨਾਲ ਗੱਲਬਾਤ ਕੀਤੀ ਆ ਕਿ ਆਉਣ ਵਾਲੇ ਸਮੇਂ ਨਾਲ ਵੀ ਅਸੀਂ ਗੱਲਾਂ ਬਾਤਾਂ ਕਰੀਏ। ਜਿਨ੍ਹਾਂ ਨੇ ਸਾਡਾ ਮਾਲਵਾ ਟੀ ਵੀ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਓ, ਕਮੈਂਟ ਬਾਕਸ ਜਾ ਕੇ ਜ਼ਰੂਰ ਕਮੈਂਟ ਕਰਿਓ, ਆਉਣ ਵਾਲੇ ਸਮੇਂ 'ਚ ਕਿਹੜੇ ਖਿਡਾਰੀਆਂ ਨਾਲ ਮੁਲਾਕਾਤ ਚਾਹੀਦੀ ਆ। ਮੇਰੇ ਵੱਲੋਂ ਜਾਣੀ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਗੁੱਜਰਵਾਲ, ਕੈਮਰਾਮੈਨ ਸਤਨਾਮ ਸਾਡੇ, ਜਿਨ੍ਹਾਂ ਨੇ ਸਾਰਾ ਤੁਹਾਨੂੰ ਤੁਹਾਡੇ ਤੱਕ ਪਹੁੰਚਾਉਣਾ ਵਾ, ਤਰਸੇਮ ਜੀ ਅਤੇ ਸਾਡੇ ਐੱਮ ਡੀ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਗਰੇਵਾਲ ਸਾਹਿਬ, ਜਿਨ੍ਹਾਂ ਦੇ ਉਪਰਾਲਾ ਵਾ ਵੀ ਖਿਡਾਰੀਆਂ ਨਾਲ ਕਬੱਡੀ ਦੇ, ਬੈਲ ਗੱਡੀਆਂ ਦੇ, ਘੋੜਿਆਂ ਦੇ, ਸ਼ਿਕਾਰੀ ਵੀਰਾਂ ਦੇ, ਕਬੂਤਰਾਂ ਦੇ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਨਾਲ ਤੁਹਾਡੇ ਰੂਬਰੂ, ਉਹਨਾਂ ਦੀਆਂ ਜ਼ਿੰਦਗੀ ਦੇ ਸਫ਼ਰ ਦੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਕਰਨੇ ਆ। ਇਹੋ ਜਿਹੀਆਂ ਗੱਲਾਂ ਬਾਤਾਂ ਨਾਲ ਫਿਰ ਅਸੀਂ ਮਿਲਦਾ ਰਹਾਂਗੇ, ਰੱਬ ਰਾਖਾ, ਸਤਿ ਸ਼੍ਰੀ ਅਕਾਲ।